ਵਾਸਤੇ ਤੇ ਜੀ ਆਈ ਸੀ ਵਾਸਤੇ ਨਹੀਂ ਉਹ ਚੈੱਕ ਕਿਹਦੇ ਸੀਗੇ ਕਿਵੇਂ ਜੀ ਚੈੱਕ ਬਲੈਂਕ ਆ ਉਹ ਕਿਹਦੇ ਸੀਗੇ ਕਿਹਦੀ ਬੈਂਕ ਦੇ ਸੀ ਕਿਹਦੇ ਈਸ਼ਾ ਸਿੰਘ ਈਸ਼ਾ ਸਿੰਗਲਾ ਦੇ ਬੈਂਕ ਦੇ ਅਕਾਊਂਟ ਦੇ ਸੀਗੇ ਤੇ ਬੈਂਕ ਦਾ ਨਾਮ ਹੈਗਾ ਸੀ ICICI ਬੈਂਕ ਓ ਆਈ ਸੀ ਸੋ ਤੁਸੀਂ ਉਸ ਇਹ ਤੁਹਾਡੀ ਉਸ ਅਕਾਊਂਟ ਵਿੱਚ ਪੈਸੇ ਸੀ ਕੁਛ ਉਸ ਅਕਾਊਂਟ ਵਿੱਚ ਕੁਛ ਵੀ ਨਹੀਂ ਸੀ ਸਾਰੇ ਅਸੀਂ ਜਮ੍ਹਾਂ ਕਰਾਏ ਸੀਗੇ ਤੁਸੀਂ ਕਰਾਏ ਸੀ ਪੈਸੇ ਤੇ ਇਹ ਜਿਹੜੇ ਚੈੱਕ ਆ ਦਿੱਤੇ ਇਹ ਵਿਆਹ ਤੋਂ ਪਹਿਲਾਂ ਦਿੱਤੇ ਉਹਨਾਂ ਨੇ ਹਾਂਜੀ ਵਿਆਹ ਤੋਂ ਪਹਿਲਾਂ ਦਿੱਤੇ ਐ ਵੀ ਨਹੀਂ ਕਿਹਾ ਵੀ ਏਅਰਪੋਰਟ ਤੇ ਆਊਗੀ ਲੈਣ ਜਾਂ ਨਹੀਂ ਉਹਨਾਂ ਨੂੰ ਸਾਰਾ ਕੁਝ ਪਤਾ ਨਹੀਂ ਪਤਾ ਅੜਗੇ ਪਿਆਰ ਦਿੱਤਾ ਉਹਨਾਂ ਨੇ ਨਹੀਂ ਜੀ ਕੁਝ ਵੀ ਨਹੀਂ ਤੁਹਾਡੇ ਘਰ ਆਏ ਆਉਣ ਲੱਗੇ ਨਹੀਂ ਆਏ ਜੀ ਮੈਂ ਗਿਆ ਸੀਗਾ ਬਲਕਿ ਉੱਥੇ ਤਾਂ ਉਹ ਮਤਲਬ ਹੈਪੀ ਰਿਸਿਸ ਚੱਲੇ ਹੋ ਹਾਂਜੀ ਤੁਹਾਨੂੰ 1 ਰੁਪਿਆ ਵੀ ਦਿੱਤਾ ਆਪਣੇ ਜੁਆਇਨ ਨਹੀਂ ਨਾ ਸੱਸ ਨੇ ਨਾ ਸਹੁਰੇ ਨੇ ਨਹੀਂ ਆਇਆ ਤਾਂ 500 ਰੁਪਿਆ ਸ਼ਗਨ ਦਿੱਤਾ ਜੀ ਉਹਨਾਂ ਨੇ ਜਾਣ ਕੇ ਦਿੱਤਾ ਸੀ ਆਉਣ ਲੱਗੇ ਆਉਣ ਲੱਗੇ ਸੱਚ ਤੁਹਾਡੀ ਮਨ ਦੇ ਵਿੱਚ ਸੀਗਾ ਤੁਹਾਡੀ ਵਾਈਫ ਏਅਰਪੋਰਟ ਤੇ ਆਊਗੀ ਹਾਂਜੀ ਮੇਰੇ ਮਨ ਵਿੱਚ ਹੈਗਾ ਸੀਗਾ ਜੀ ਤਾਂ ਉਹ ਨਹੀਂ ਆਈ ਨਹੀਂ ਆਈ ਤੇ ਤੁਸੀਂ ਕੀ ਕੀਤਾ ਹਾਂਜੀ ਹਾਂਜੀ ਆਵਾਜ਼ਾਂ ਉੱਚੀਆਂ ਹੁੰਦੀਆਂ ਸੀ ਹਾਂਜੀ ਉਸ ਲੱਗ ਕਰਾੜੇ ਕੀ ਲੋਕਾਂ ਨੂੰ ਆਦਤ ਹੁੰਦੀ ਆ ਇੱਕ ਨੇਚਰਲ ਤੌਰ ਤੇ ਕਰਾੜੇ ਮਾਰਦੇ ਨੇ ਨਹੀਂ 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 ਕਰਾੜੇ ਮਾਰਦੇ ਉਹ ਤਾਂ ਆਵਾਜ਼ ਡਿਫਰੈਂਟ ਹੁੰਦੀ ਆ ਦੂਜੀ ਆਵਾਜ਼ ਕਰਾੜੇ ਆਵਾਜ਼ ਹੁੰਦੀ ਆ ਇਸ ਤਰ੍ਹਾਂ ਸੀ ਨਹੀਂ ਨਹੀਂ ਤੇ ਹੋਰ ਕਿਹੜੀ ਆਵਾਜ਼ ਸੀ ਫਿਰ ਉਹ ਸੈਕਸ ਵਾਲੀ ਆਵਾਜ਼ ਸੀ ਲਾਈਕ ਵਾਟ ਕਿਸ ਤਰ੍ਹਾਂ ਸੀ ਮੈਂ ਪੇਸ਼ ਕਰੋ ਸੈਂਪਲ ਦਿਓ ਇਦਾਂ ਦੀ ਸੀ ਦੁਬਾਰਾ ਬੋਲੋ ਇਦਾਂ ਦੀ ਸੀ ਨਹੀਂ ਇਹ ਲੜਕੀ ਦੀ ਆਵਾਜ਼ ਸੀ ਜਾਂ ਲੜਕੀ ਦੀ ਲੜਕੀਆਂ ਦੀ ਸੀ ਜੀ ਲੜਕੀ ਦੀ ਸੀ ਇੱਕ ਸੈਕਿੰਡ ਸੁਣੋ ਮੇਰੀ ਗੱਲ ਦੂਜੀ ਗੱਲ ਹੈ ਤੁਹਾਡੇ ਪੁੱਛਣ ਤੋਂ ਬਗੈਰ ਅਸੀਂ ਜਰਨਲਿਜ਼ਮ ਦੇ ਵਿੱਚ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਲੋਕਾਂ ਨੂੰ ਸਿਖਾ ਲਿਆ 41 ਸਾਲ ਦਾ ਮੇਰਾ ਐਕਸਪੀਰੀਅੰਸ ਇਸ ਫੀਲਡ ਦਾ ਤੁਸੀਂ ਕਹਿ ਰਹੇ ਹੋ ਕਿ ਬੰਦੇ ਨੂੰ ਮੇਰੇ ਨਾਲ ਜਗਿੰਦਰ ਵਾਸੀ ਹੈ ਕੀਪਰ ਮਾਈਂਡ ਮਿਸਟਰ ਮੁਕੇਸ਼ ਤੁਹਾਡੀ ਉਮਰ ਨਹੀਂ ਹੋਣੀ ਜਿੰਨੀ ਮੇਰੀ ਉਮਰ ਹੈ ਮੈਂ ਇਹ ਨੰਬਰ ਤੁਹਾਡਾ ਹੀ ਹੈ ਜੀ ਇਹ ਨੰਬਰ ਮੇਰਾ ਹੈ ਔਰ ਤੁਸੀਂ ਤੁਹਾਨੂੰ ਸਾਰੀ ਰਿਕਾਰਡਿੰਗ ਭੇਜਾਂਗੇ ਤੁਹਾਡਾ ਇਹ ਬੱਚਾ ਇਹ ਕਲੇਮ ਕਰ ਰਿਹਾ ਇਹ ਬਲੇਮ ਕਰ ਰਿਹਾ ਦੀਆਂ ਤੀਆਂ ਨੇ ਬਜ਼ੁਰਗ ਨੇ ਬਜ਼ੁਰਗ ਅਵਸਥਾ ਵਿੱਚ ਮਰਦ ਨੇ ਔਰਤ ਨੇ ਬੱਚੇ ਨੇ 16 ਸਾਲ ਥੱਲੇ ਉਹ ਇਸ ਫ੍ਰੀਕੁਐਂਸੀ ਦੂਰ ਚੱਲ ਗਿਆ ਇਹ ਲੜਕਾ ਅਸੀਂ ਸਟੂਡੀਓ ਵਿੱਚ ਆਪ ਲੈ ਕੇ ਆਏ ਹਾਂ ਸਾਡੇ ਨਾਲ ਇਹ ਸੰਪਰਕ ਵਿੱਚ ਪਰਸੋਂ ਤੋਂ ਹੈ ਮੈਂ ਕਿਹਾ ਪਰਸੋਂ ਤੋਂ ਹੈ ਹਾਂਜੀ ਪਰਸੋਂ ਤੋਂ ਹੈ ਲੜਕਾ ਔਰ ਬੜਾ ਇਹ ਰੋ ਰਿਹਾ ਭੱਬਾ ਮਾਰ ਕੇ ਔਰ ਅਸੀਂ ਸਟੋਰੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਸੋ ਇਹਦੀ ਵਾਈਫ ਨੇ ਤਾਂ ਵੈਲਕਮ ਨਹੀਂ ਕੀਤਾ ਪਰ ਮੈਂ ਕੈਨੇਡਾ 'ਚ ਵਾਸਤੇ ਲੋਕਾਂ ਵੱਲੋਂ ਵੈਲਕਮ ਕਰਾਂਗਾ ਇਸ ਧਰਤੀ 'ਤੇ ਇਸ ਨੌਜਵਾਨ ਲੜਕੇ ਦਾ ਤੁਹਾਡਾ ਸ਼ੁਭ ਨਾਮ ਕੀ ਬੇਟਾ ਅਭਿਸ਼ੇਕ ਜਿੰਦਲ ਅਭਿਸ਼ੇਕ ਲਾਈ ਗਿਆ ਮਾਈਕ ਤੇ ਥੋੜ੍ਹੀ ਅਭਿਸ਼ੇਕ ਜਿੰਦਲ ਛੋਟਾ ਨਾਮ ਤੁਹਾਡਾ ਹਨੀ ਹੈ ਹਾਂਜੀ ਨਿੱਕ ਨੇਮ ਹਨੀ ਹਨੀ ਤੁਹਾਡਾ ਪਿੰਡ ਕਿਹੜਾ ਆ ਬਠਿੰਡਾ ਅੱਛਾ ਜ਼ਿਲ੍ਹਾ ਵੀ ਬਠਿੰਡਾ ਸ਼ਹਿਰ ਵੀ ਤੁਹਾਡਾ ਮਤਲਬ ਤੁਸੀਂ ਬਠਿੰਡੇ ਜਵਾਰ ਹੋਏ ਹਾਂਜੀ ਮੇਨ ਬਠਿੰਡਾ ਅੱਜ ਤੁਸੀਂ ਉਦੋਂ ਲਿਖਣੇ ਟੈਲੀਵਿਜ਼ਨ ਨੂੰ ਟੈਲੀਵਿਜ਼ਨ ਤੇ ਦੁਨੀਆ ਦੇਖਿਆ ਜਾ ਠੀਕ ਹੈ ਓਕੇ ਜੀ ਤੁਸੀਂ ਬਠਿੰਡੇ ਜੰਪਾ ਲੋ ਕਿੰਨੀ ਉਮਰ ਤੁਹਾਡੀ ਇਸ ਵੇਲੇ 26 26 ਸਾਲ ਦੇ ਹੋ ਐਜੂਕੇਸ਼ਨ ਕੀ ਤੁਹਾਡੀ ਪਲੱਸ 2 ਕਿੰਨੇ ਭੈਣ ਭਰਾ ਹੋ ਦੋ ਮਤਲਬ ਮੈਰਿਡ ਹੈ ਸਿਸਟਰ ਆ ਹਾਂ ਸਿਸਟਰ ਵੱਡੇ ਆਪ ਜੀ ਦੇ ਹਾਂਜੀ ਹਾਂਜੀ ਮੈਰਿਡ ਆ ਤੁਹਾਡੇ ਮਾਤਾ ਜੀ ਦਾ ਨਾਮ ਕੀ ਹੈ ਊਸ਼ਾ ਰਾਣੀ ਊਸ਼ਾ ਰਾਣੀ ਕਿੰਨੀ ਉਮਰ ਹੈ ਤੁਹਾਡੀ ਮਾਤਾ ਜੀ ਦੀ 53 ਓਕੇ ਸੋ ਤੁਹਾਡੀ ਸਿਸਟਰ ਕਿੱਥੇ ਬਹਿ ਹੋਏ ਨੇ ਕਾਲੇ ਵਾਲੀ ਓਕੇ ਬੱਚੇ ਉਹਨਾਂ ਦੇ ਹਾਂਜੀ 2 ਓਕੇ ਤੁਹਾਡੇ ਫਾਦਰ ਸਾਹਿਬ ਫਾਦਰ ਸਾਹਿਬ ਦੀ ਡੈਥ ਹੋ ਗਈ 15-16 ਸਾਲ ਹੋ ਗਏ ਜੀ 16 ਸਾਲ ਸੋ ਇਹਦਾ ਮਤਲਬ ਕਿ ਤੁਸੀਂ ਉਦੋਂ 10 ਸਾਲ ਦੇ ਸੀ ਹਾਂਜੀ ਹਾਂਜੀ 10 ਸਾਲ ਦੇ ਸੀਗੇ ਯਾਦ ਹੈ ਕੁਛ ਆਪਣੇ ਫਾਦਰ ਦੀਆਂ ਗੱਲਾਂ ਹਾਂਜੀ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਸਨ ਪ੍ਰਾਪਰਟੀ ਡੀਲਰ ਦਾ ਕੰਮ ਸੀਗਾ ਜੀ ਪ੍ਰਾਪਰਟੀ ਡੀਲਰ ਦਾ ਤੁਹਾਡੇ ਤਾਇਆ ਚਾਚੇ ਬਾਬੇ ਤਾਏ ਹੈਗੇ ਸਖੀ ਭੂਆ ਹੈ ਦੋ ਭੂਆ ਹੈ ਬਾਬਾ ਦਾਦੀ ਨਹੀਂ ਹੈ ਨਹੀਂ ਜੀ ਭੂਆ ਜੀ ਸਾਥ ਦਿੰਦੇ ਨੇ ਤੁਹਾਡੇ ਨਹੀਂ ਜੀ ਦੋ ਭੂਆ ਨੇ ਹਾਂਜੀ ਆਉਂਦੇ ਜਾਂਦੇ ਨਹੀਂ ਹੈ ਨਹੀਂ ਆਏ ਸੀ ਤੁਹਾਡੀ ਕਾਸਟ ਕੀ ਹੈ ਬਾਣੀਆਂ ਜੀ ਜਿੰਦਲ ਆ ਬਾਣੀਆਂ ਬਾਣੀਆਂ ਨੇ ਜੱਟ ਆ ਲਿਆ ਤੁਸੀਂ ਉਹ ਬਾਣੀਆਂ ਹੋ ਅਸੀਂ ਬਾਣੀਆਂ ਜੀ ਆਏ ਸੀ ਨੋ ਪਲਮ ਔਰ ਜਾਤ ਪਾਤ ਵਿੱਚ ਕੁਛ ਨਹੀਂ ਹੈ ਆਪਾਂ ਇਨਸਾਨ ਹੈ ਇੱਕ ਹਾਂਜੀ ਪਹਿਲਾਂ ਇਨਸਾਨੀਅਤ ਉਸ ਤੋਂ ਬਾਅਦ ਇਹ ਜਾਤਾਂ ਬਣਾਈਆਂ ਗਈਆਂ ਨੇ ਪਰ ਮੇਰੇ ਵਾਸਤੇ ਹਰ ਧਰਮ ਹਰ ਜਾਤ ਦਾ ਸਤਿਕਾਰ ਹੈ ਹਾਂਜੀ ਮੇਰੇ ਵਾਸਤੇ ਉਹ ਵਿਅਕਤੀ ਅੱਛਾ ਜਿਹੜਾ ਕਿ ਦੇਸ਼ ਦਾ ਸਤਿਕਾਰ ਕਰ ਸਕੇ ਪਹਿਲਾਂ ਸਾਡਾ ਦੇਸ਼ ਹੈ ਹਾਂਜੀ ਦੇਸ਼ ਦੇ ਵਿੱਚ ਕਿਸੇ ਵੀ ਜਾਤ ਦੇ ਨੇ ਕਿਸੇ ਵੀ ਧਰਮ ਨੇ ਸਾਡਾ ਇੱਕ ਐਸਾ ਦੇਸ਼ ਹੈ ਜਿਸ ਦੇ ਵਿੱਚ ਕਿੰਨੀਆਂ ਬੋਲੀਆਂ ਨੇ ਕਿੰਨੇ ਧਰਮ ਨੇ ਅੱਜ ਸਭ ਦਾ ਸਤਿਕਾਰ ਹੈ ਅਤੇ ਸਭ ਦੇ ਵਾਸਤੇ ਪੂਰੀ ਖੁੱਲ੍ਹ ਹੈ ਕਿ ਤੁਸੀਂ ਆਪਣੇ ਦਿਨ ਤਿਉਹਾਰ ਜਦੋਂ ਵੀ ਚਾਹੋ ਮਨਾ ਸਕਦੇ ਹੋ ਜਿੱਥੇ ਵੀ ਚਾਹੋ
ਤੁਸੀਂ ਧਾਰਮਿਕ ਇਮਾਰਤਾਂ ਜਿਹੜੀਆਂ ਨੇ ਉਹਨਾਂ ਦੀ ਅਸਾਰੀ ਕਰ ਸਕਦੇ ਹੋ, ਧਾਰਮਿਕ ਪ੍ਰਚਾਰ ਜਿਹੜੇ ਤੁਸੀਂ ਕਰਨ ਦੇ ਜੋ ਵੀ ਤੁਹਾਡੇ ਆਪਣੇ ਸੋਰਸਿਸ ਨੇ ਹਾਂਜੀ, ਉਹਨਾਂ ਨੂੰ ਕੈਰੀ ਕਰ ਸਕਦੇ ਹੋ ਵੀ ਸ਼ੁਡ ਪ੍ਰਾਊਡ ਇੰਡੀਆ ਤੇ ਹਾਂਜੀ ਹਾਂਜੀ। ਅੱਛਾ, ਮੈਂ ਤੁਹਾਨੂੰ ਜਾਣਨਾ ਚਾਹੁੰਦਾ ਕਿ ਤੁਸੀਂ ਸ਼ਾਦੀ ਕਰਾਈ ਸੀ ਹਾਂਜੀ, ਕਿਹੜੇ ਸਾਲ 'ਚ ਕਰਾਈ ਸੀ? 2021 ਸਾਲ 'ਚ। ਕਿਹੜਾ ਮਹੀਨਾ ਸੀ? ਜਨਵਰੀ। ਕਿੰਨੀ ਤਰੀਕ ਸੀਗੀ? 29। 28 ਜਨਵਰੀ 2021 ਨੂੰ ਸ਼ਾਦੀ ਤੁਹਾਡੀ ਹੋਈ ਸੀ ਹਾਂਜੀ। ਇਹ ਅਰੇਂਜ ਮੈਰਿਜ ਸੀ? ਅਰੇਂਜ ਮੈਰਿਜ ਸੀ। ਇਹ ਕੰਟਰੈਕਟ ਸੀ ਕੈਨੇਡਾ ਆਉਣ ਦੀ ਖਾਤਰ ਸ਼ਾਦੀ? ਨਹੀਂ ਨਹੀਂ ਜੀ, ਪੱਕੀ ਮੈਰਿਜ ਸੀਗੀ। ਤੁਸੀਂ ਤਾਂ ਟੈਲੀਵਿਜ਼ਨ ਵੱਲ ਲੋਕਾਂ ਨੂੰ ਦੇਖੋ, ਪੱਕੀ ਮੈਰਿਜ ਸੀ ਹਾਂਜੀ, ਉੱਧਰ ਦੇਖੋ ਸਭ ਲੋਕ ਤੋਂ ਦੇਖ ਰਹੇ ਨੇ। ਠੀਕ ਹੈ, ਤੁਹਾਡੀ ਪੱਕੀ ਮੈਰਿਜ ਸੀਗੀ ਹਾਂਜੀ। ਤੁਹਾਨੂੰ ਕੁੜੀ ਦਾ ਕਿਵੇਂ ਪਤਾ ਲੱਗਾ, ਕਿਵੇਂ ਦੱਸ ਪਾਈ? ਕੋਈ ਵਿਚੋਲਾ ਸੀ ਤੁਹਾਡਾ? ਹਾਂਜੀ ਵਿਚੋਲਾ ਸੀਗਾ ਜੀ। ਕੌਣ ਸੀ? ਹਰਬੰਸ ਸਿੰਘ। ਉਹ ਵਿਚੋਲੇ ਤੁਸੀਂ ਜਾਣਦੇ ਸੀਗੇ ਜਾਂ ਜਿਹੜੇ ਲੋਕ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਰਿਸ਼ਤੇ ਕਰਾਉਂਦੇ ਨੇ ਮੈਰਿਜ ਬਿਊਰੋ ਵਾਲੇ? ਨਹੀਂ, ਮੇਰੇ ਜੀਜੂ ਜੀ ਨੂੰ ਜਾਣਦੇ ਸੀਗੇ। ਹਾਂਜੀ, ਮੇਰੇ ਜੀਜੂ ਜੀ ਨੂੰ ਜਾਣਦੇ ਸੀਗੇ। ਤੁਹਾਡੇ ਜੀਜੂ ਨੂੰ ਜਾਣਦੇ ਸੀਗੇ ਹਾਂਜੀ। ਇਹ ਮੈਰਿਜ ਬਿਊਰੋ ਦਾ ਇਹਨਾਂ ਦਾ ਹਰਵੰਸ ਸਿੰਘ? ਹਾਂਜੀ ਹਾਂਜੀ। ਕਿੱਥੇ ਆਏ? ਬਠਿੰਡੇ ਆਏ? ਇਹ ਰਾਮਪੁਰੇ ਦੇ ਆ ਜੀ। ਰਾਮਪੁਰਾ ਫੂਲ ਦੇ? ਹਾਂਜੀ। ਸੋ ਇਹਨਾਂ ਨੇ ਦੱਸ ਪਾਈ ਕਿ ਸਾਡੇ ਪਾਸ ਇੱਕ ਲੜਕੀ ਹੈ ਔਰ ਉਹ ਲੜਕਾ ਲੱਭ ਰਹੀ ਹੈ। ਹਾਂਜੀ, ਲੜਕਾ ਉਹ ਲੱਭ ਰਹੀ ਹੈ ਜੋ ਕਿ ਲੜਕੀ ਦੀ ਫੀਸ ਤਾਰ ਸਕੇ ਕੈਨੇਡਾ ਦੇ ਵਾਸਤੇ, ਰਾਈਟ? ਹਾਂਜੀ ਹਾਂਜੀ। ਸੋ ਇਹ ਇਹਨਾਂ ਦੀ ਸ਼ਰਤ ਸੀਗੀ ਤੁਸੀਂ ਫੀਸ ਤਾਰਨੀ ਹੈ ਤਾਂ ਤੁਸੀਂ ਸ਼ਾਦੀ ਕਰ ਸਕਦੀ ਸਾਡੀ ਲੜਕੀ ਤੁਹਾਡੇ ਨਾਲ। ਹਾਂਜੀ। ਇਹ ਲੜਕੀ ਜਿਹੜੀ ਹੈ ਇਹਦਾ ਨਾਮ ਕੀ ਹੈ? ਈਸ਼ਾ ਸਿੰਗਲਾ। ਕੀ ਨਾਮ? ਈਸ਼ਾ ਸਿੰਗਲਾ। ਈਸ਼ਾ ਸਿੰਗਲਾ। ਈਸ਼ਾ, ਈਸ਼ਾ ਸਿੰਗਲਾ। ਹਾਂਜੀ। ਫਾਦਰ ਸਾਹਿਬ ਦਾ ਨਾਮ ਕੀ ਹੈ ਇਹਨਾਂ ਦੇ? ਮੁਕੇਸ਼ ਕੁਮਾਰ। ਮੁਕੇਸ਼ ਕੁਮਾਰ। ਇਹਨੂੰ ਪ੍ਰੋਸੀਡ ਕਰਨ ਤੋਂ ਪਹਿਲਾਂ ਮੈਂ ਪਰਮਿਸ਼ਨ ਲੈਣੀ ਚਾਹਾਂਗਾ ਕਿ ਤੁਸੀਂ ਮੈਨੂੰ ਆਗਿਆ ਦੇ ਰਹੇ ਹੋ ਮੈਂ ਪ੍ਰੋਸੀਡ ਕਰਾਂ ਟੈਲੀਕਾਸਟ ਬ੍ਰੌਡਕਾਸਟ ਕਰਾਂ? ਹਾਂਜੀ ਹਾਂਜੀ ਹਾਂਜੀ, ਜ਼ਰੂਰ। ਜੋ ਤੁਸੀਂ ਕਹੋਗੇ ਸੱਚ ਕਹੋਗੇ ਤਾਂ ਸੱਚ ਸਭ ਕੁਛ ਕਹੋਗੇ ਤਾਂ ਤੁਸੀਂ ਹਰ ਗੱਲ ਜ਼ਿੰਮੇਵਾਰ ਹੋਵੋਗੇ? ਹਾਂਜੀ ਮੈਂ ਹੋਵਾਂ। ਠੀਕ ਹੈ ਜੀ, ਪਲੀਜ਼ ਪਲੀਜ਼। ਸ਼ਾਦੀ ਤੁਹਾਡੀ ਰਜਿਸਟਰ ਮੈਰਿਜ ਆ? ਹਾਂਜੀ। ਨਹੀਂ, ਰਜਿਸਟਰ ਨਹੀਂ ਹੈਗੀ ਜੀ ਵੀ। ਹਾਂ ਰਜਿਸਟਰ ਹੈ, ਰਜਿਸਟਰ ਮੈਰਿਜ ਆ। ਰਜਿਸਟਰ ਹੋ ਚੁੱਕੀ ਹੈ? ਹਾਂਜੀ ਰਜਿਸਟਰ ਹੋ ਚੁੱਕੀ ਹੈ। ਤੁਸੀਂ ਜੋ ਵੀ ਆਪਣੇ ਧਰਮ ਦੇ ਮੁਤਾਬਕ ਤੁਸੀਂ ਫਿਰ ਫੇਰੇ ਲਏ ਨੇ, ਉਸ ਤੋਂ ਬਾਅਦ ਕੋਰਟ ਵਿੱਚ ਜਾ ਕੇ ਮੈਰਿਜ ਰਜਿਸਟਰ? ਹਾਂਜੀ ਹਾਂ। ਸੋ ਸਭ ਤੁਸੀਂ ਤਸਵੀਰ, ਇਹ ਤਾਂ ਹੈ ਇਹਨਾਂ ਦੀ ਵਾਈਫ ਦੀ ਤਸਵੀਰ ਜਿਹੜੀ ਆ ਉਹ ਲਾ ਦਿਓ, ਅਤੇ ਨਾਲ ਇਹਨਾਂ ਦੇ ਜਿਹੜੇ ਸੱਸ ਸਹੁਰਾ ਹੈ ਈਸ਼ਾ ਸਿੰਗਲਾ ਦੀ ਤਸਵੀਰ ਥੋੜ੍ਹੀ ਜਿਹੀ ਥੋੜ੍ਹੇ ਸਮੇਂ ਲਈ ਚਿਹਰਾ ਹਾਈਡ ਕਰ ਦਿਓ ਕੁਛ ਸੈਕਿੰਡਾਂ ਲਈ, ਤਾਂ ਇਹਨਾਂ ਨੇ ਮੁਕੇਸ਼ ਤੁਹਾਡੇ ਸਹੁਰਾ ਸਾਹਿਬ ਨੇ। ਹਾਂਜੀ। ਤੁਹਾਡੀ ਸੱਸ ਦਾ ਨਾਮ ਕੀ ਹੈ? ਰਕੇਸ਼ ਬਾਲਾ। ਰਕੇਸ਼ ਬਾਲਾ। ਹਾਂਜੀ। ਤੁਹਾਡੇ ਪਰਿਵਾਰ ਦੇ ਹੋਰ ਕੌਣ ਮੈਂਬਰ ਨੇ? ਤੁਹਾਡੀ ਸਾਰੀ ਵੀ ਕੋਈ ਮਤਲਬ ਤੁਹਾਡੀ ਵਾਈਫ ਦੀ ਸਿਸਟਰ? ਬ੍ਰਦਰਸ? ਬ੍ਰਦਰ ਹੈ ਅਮਨ ਸਿੰਗਲਾ। ਉਹ ਛੋਟੇ ਨੇ ਵੱਡੇ ਨੇ? ਛੋਟਾ। ਤੁਹਾਡੀ ਵਾਈਫ ਦੀ ਸਿਸਟਰ ਵੀ ਹੈ? ਮੇਰੀ ਵਾਈਫ ਦੀ ਸਿਸਟਰ ਨੋ ਨਹੀਂ ਹੈ, ਕਜਨ ਹੈ, ਕਜਨ ਸਿਸਟਰ ਹੈ। ਤੁਸੀਂ ਸੋਚ ਕੇ ਦੱਸ ਰਹੇ ਹੋ ਕੋਈ ਚੱਕਰ? ਨਹੀਂ, ਕਜਨ ਸਿਸਟਰ ਹੈ, ਮੈਂ ਤਾਂ ਬੋਲ। ਤੁਸੀਂ ਰੀਅਲ ਪੁੱਛੇ ਨੇ ਕਿ ਕਜਨ ਪੁੱਛੇ ਨੇ? ਨੋ, ਮੈਂ ਜੇ ਪੁੱਛਦਾ ਕਿ ਤੁਸੀਂ ਕਿੰਨੇ ਭੈਣ ਭਰਾ ਹੋ, ਉਹ ਬਤਾ ਦਿੰਦਾ ਤੁਹਾਡੇ ਕਿੰਨੇ ਭੈਣ ਭਰਾ ਹੈ। ਅੱਛਾ, ਠੀਕ ਹੈ। ਇਹ ਨਹੀਂ ਬਤਾ ਦਿੰਦਾ ਕਜ਼ਨ? ਹਾਂਜੀ ਠੀਕ ਹੈ। ਸੋ ਤੁਸੀਂ ਇਕੱਲੇ ਹੀ ਹੋ ਨਾ? ਹਾਂਜੀ। ਸੋ ਤੁਹਾਡੀ ਸਿਸਟਰ ਵੀ ਇਕੱਲੀ ਹੈ ਅਤੇ ਇੱਕ ਭਰਾ ਹੈ ਉਹਦਾ, ਉਹਦਾ ਨਾਮ ਅਮਰ ਸਿੰਘ। ਅਮਨ 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 ਅਮਨ। ਕਿੰਨੀ ਉਮਰ ਹੈ ਬੱਚੇ ਦੀ? 18 ਸਾਲ। 18-19 ਸਾਲ ਹੈ। ਇੱਕ ਇਹਨਾਂ ਦਾ ਕੰਮ ਕਾਰ ਕੀ ਹੈ ਮੁਕੇਸ਼ ਫੈਮਿਲੀ ਦਾ? ਇਹਨਾਂ ਦਾ ਅਮਨ ਕੋਸਮੈਟਿਕ ਦੇ ਨਾਂ 'ਤੇ ਹੈ ਜੀ ਸ਼ੋਪ, ਭਦੌੜ ਬੱਸ ਸਟੈਂਡ ਦੇ ਕੋਲ। ਕੋਸਮੈਟਿਕ ਦੀ ਇਹਨਾਂ ਦੀ ਦੁਕਾਨ ਹੈ? ਹਾਂਜੀ, ਅਮਨ ਸਟੇਸ਼ਨਰੀ, ਬੰਗਾ, ਚੂੜੀਆਂ ਐਰਾ ਵਗੈਰਾ। ਹਾਂਜੀ ਹਾਂਜੀ ਹਾਂਜੀ। ਕਾਫੀ ਦੁਕਾਨ ਚੱਲਦੀ ਆ? ਨਹੀਂ, ਠੀਕ ਜੀ। ਆਏ ਸੀ। ਸੋ ਤੁਹਾਡੀ 21 ਜਨਵਰੀ ਨੂੰ? 21 ਹਾਂਜੀ, 21 ਜਨਵਰੀ ਤੁਹਾਡੀ ਸ਼ਾਦੀ ਹੋਈ ਹੈ। ਸ਼ਾਦੀ ਤੋਂ ਪਹਿਲਾਂ ਤੁਹਾਨੂੰ ਇੱਕ ਦੂਜੇ ਨੂੰ ਮਿਲਾਇਆ, ਤੁਸੀਂ ਵੇਖਿਆ ਆ? ਹਾਂਜੀ। ਵੇਖਣ ਲਈ ਉਹ ਆਏ ਜਾਂ ਤੁਸੀਂ ਗਏ ਸੀ ਕੁੜੀ ਵੱਲ? ਅਸੀਂ ਗਏ ਸੀਗੇ ਜੀ ਰਾਮਪੁਰਾ ਦੇਖਣ। ਪਹਿਲਾਂ ਉਹ ਆਏ ਸੀਗੇ ਦੇਖਣ ਵੀ ਉਹਦੇ ਕੁੜੀ ਦੇ ਮਾਸ, ਕੁੜੀ ਦਾ ਫੁੱਫਾ ਅਤੇ ਕੁੜੀ ਦਾ ਫਾਦਰ ਸਾਹਿਬ ਸਾਡੇ ਘਰ ਆਏ ਸੀਗੇ, ਫਿਰ ਅਸੀਂ ਦੇਖਣ ਗਏ ਸੀਗੇ ਜੀ। ਆਏ ਸੀ। ਹਾਂਜੀ। ਸੋ ਈਸ਼ਾ ਅਤੇ ਮੁਕੇਸ਼ ਦੀ ਸਿੱਧ ਸਾਹਿਬ ਮੇਰੇ ਖਿਆਲ ਕਿ ਆਪਾਂ ਨੂੰ ਤਸਵੀਰ ਲਾ ਲੈਣੀ ਚਾਹੀਦੀ ਆ, ਨਾਲ ਨਾਲ ਤੁਸੀਂ ਮੇਰਾ ਸਾਥ ਦਿੰਦੇ ਜਾਓਗੇ ਪਲੀਜ਼ ਕਾਇੰਡਲੀ, ਕਿਉਂਕਿ ਸਟੋਰੀ ਬੜੀ ਕੰਪਲੀਕੇਟਡ ਹੈ। ਤੁਹਾਡੀ ਸ਼ਾਦੀ ਹੁੰਦੀ ਹੈ ਤਾਂ ਆਈਲਟ ਜਿਹੜੀ ਹੈ ਉਹ ਪਹਿਲਾਂ ਕੁੜੀ ਕਰ ਚੁੱਕੀ ਹੁੰਦੀ ਹੈ ਜਾਂ ਤੁਸੀਂ ਕਰਾਈ ਹੈ ਆਈਲਟ ਵਿਆਹ ਤੋਂ ਬਾਅਦ? ਪਹਿਲਾਂ ਹੀ ਕਰ ਚੁੱਕੀ ਹੁੰਦੀ ਹੈ ਜੀ। ਇਹ ਉਹਨਾਂ ਨੇ ਦੱਸਿਆ ਕਿ ਕੁੜੀ ਨੇ ਆਈਲਟ ਕੀਤੀ ਹੋਈ ਹੈ? ਹਾਂਜੀ।
ਤਾਂ ਉਹਨਾਂ ਨੇ ਐਪਲੀਕੇਸ਼ਨ ਲਾਈ ਹੋਈ ਕੈਨੇਡਾ ਦੇ ਲਈ ਇਮੀਗ੍ਰੇਸ਼ਨ ਵਾਸਤੇ। ਹਾਂਜੀ ਪਹਿਲਾਂ ਲਾਈ ਹੋਈ ਸੀ? ਨਹੀਂ ਨਹੀਂ ਪਹਿਲਾਂ ਨਹੀਂ ਲਾਈ ਹੋਈ ਸੀ, ਬਾਅਦ 'ਚ ਲਾਈ ਹੈ। ਬਾਅਦ 'ਚੋਂ ਲਾਈ ਹੈ। ਤਾਂ ਉਹਨਾਂ ਨੇ ਫੀਸ ਤੁਹਾਡੇ ਤੋਂ ਲੈਣੀ ਸੀ। ਹਾਂਜੀ ਜਿੰਨੀ ਬਣਦੀ ਸੀ ਏਅਰ ਫੇਅਰ ਤੁਹਾਡੇ ਤੋਂ ਲੈਣਾ ਸੀ। ਹਾਂਜੀ ਵਿਆਹ ਤੋਂ ਪਹਿਲਾਂ ਉਹਨਾਂ ਨੇ ਕਿੰਨੇ ਪੈਸੇ ਲਏ ਤੁਹਾਡੇ ਤੋਂ? ਵਿਆਹ ਤੋਂ ਪਹਿਲਾਂ, ਵਿਆਹ ਦੀ ਰਸਮ ਕਰਨ ਤੋਂ ਪਹਿਲਾਂ ਕਿੰਨੇ ਪੈਸੇ ਡਿਮਾਂਡ ਕੀਤੀ ਸੀ, ਕਿੰਨੇ ਲਏ ਤੁਹਾਡੇ ਤੋਂ? ਅਸੀਂ ਉਹਦੇ ਈਸ਼ਾ ਸਿੰਗਲਾ ਦੇ ਅਕਾਊਂਟ 'ਚ ਸੈਂਡ ਕੀਤੇ ਆ 16 ਲੱਖ ਰੁਪਇਆ ਇੱਕ ਨੰਬਰ 'ਚ। 16 ਲੱਖ ਕਿਹਦੇ ਅਕਾਊਂਟ ਵਿੱਚੋਂ ਗਏ ਨੇ ਇਹ? ਇਹ ਮੇਰੇ ਮੰਮਾ ਦੇ ਅਕਾਊਂਟ 'ਚੋਂ ਗਏ ਆ। ਤੁਹਾਡੇ ਮਦਰ ਊਸ਼ਾ ਰਾਣੀ ਦੇ ਅਕਾਊਂਟ ਵਿੱਚੋਂ 16 ਲੱਖ? ਕਿਹੜੇ ਬੈਂਕ, ਬੈਂਕ ਦਾ ਨਾਂ ਕੀ ਹੈ? ਪੰਜਾਬ ਨੈਸ਼ਨਲ ਬੈਂਕ। ਪੰਜਾਬ ਨੈਸ਼ਨਲ ਬੈਂਕ। ਸੋ ਸਾਹਿਬ ਤੁਹਾਡੇ ਕੋਲ ਡਾਕੂਮੈਂਟ ਪਹੁੰਚੇ ਨੇ ਕਿ ਟ੍ਰਾਂਸਫਰ ਮਨੀ ਦੇ? ਪਲੀਜ਼। ਹਾਂਜੀ ਇਹਨਾਂ ਨੇ ਜਿਹੜੇ ਪ੍ਰੋਵਾਈਡ ਕੀਤੇ ਨੇ, ਕੋਈ ਚੈੱਕ ਬਾਊਂਸ ਹੋਇਆ ਉਹ ਵੀ ਪਹੁੰਚਿਆ ਜੀ। ਓ ਆਈ ਸੀ, ਬਟ ਚੈੱਕ ਦਿੱਤਾ ਸੀਗਾ ਉਹਨਾਂ ਨੇ? ਤੁਹਾਨੂੰ ਚੈੱਕ ਦਿੱਤਾ ਸੀ ਉਹ ਕਾਹਦੇ ਵਾਸਤੇ ਦਿੱਤਾ ਸੀ? ਐਜ਼ ਅ ਗਰੰਟੀ? ਨਹੀਂ ਜੀ, ਉਹ ਵੀ ਜਿਵੇਂ ਵੀ ਮੈਂ ਫਾਈਲ ਬਠਿੰਡਾ ਤੋਂ ਲਵਾਈ ਸੀਗੀ। ਹਾਂ ਫਾਈਲ ਬਠਿੰਡਾ ਤੋਂ ਲਵਾਈ ਸੀਗੀ ਤੇ ਉਹਨਾਂ ਨੂੰ ਵੀ ਜਿਹੜੀ ਫੀਸ ਸੀ ਉਹਨਾਂ ਦੇ ਅਸੀਂ ਇੱਕ ਨੰਬਰ ਅਕਾਊਂਟ 'ਚ ਜਮ੍ਹਾਂ ਕਰਾਤੀ ਸੀਗੀ, ਉਹ ਫੀਸ ਮੈਂ ਬਠਿੰਡੇ ਵੀ ਜਮ੍ਹਾਂ ਕਰਨੇ ਸੀਗੇ। ਓਕੇ ਵੀ ਉਹ ਇੱਧਰ ਭੇਜਣ ਵਾਸਤੇ ਵੀ ਚੈੱਕ ਲਗਾਉਣੇ ਸੀਗੇ, ਜਿਵੇਂ ਜੀ ਆਈ ਸੀ ਦੇ ਲੱਗਦੇ ਆ ਜਾਂ ਕੋਲੇਜ ਦੀ ਫੀਸ ਭੇਜਣ ਵਾਸਤੇ ਲੱਗਦੇ ਆ। ਟੈਲੀਵਿਜ਼ਨ ਬਰਬਾਦ ਕਰੋ ਪਲੀਜ਼। ਜਿਵੇਂ ਕੋਲੇਜ ਦੀ ਫੀਸ ਭੇਜਣ ਵਾਸਤੇ ਲੱਗਦੇ ਆ, ਜੀ ਆਈ ਸੀ ਦੀ ਭੇਜਣ ਵਾਸਤੇ ਲੱਗਦੇ ਆ ਦੋ ਚੈੱਕ, ਉਹ ਮੈਂ ਇੱਕ ਅੱਧਾ ਚੈੱਕ ਮੇਰੇ ਕੋਲ ਵੱਧ ਪਿਆ ਸੀਗਾ ਉਹਨਾਂ ਦਾ ਸਾਈਨ ਕੀਤਾ ਹੋਇਆ, ਪਰ ਮੈਨੂੰ ਐਂ ਨਹੀਂ ਪਤਾ ਸੀ ਉਹ ਮੁੱਕਰ ਜੂਗੀ। ਐਨੀਵੇ ਸੋ ਚੈੱਕ ਦੇ ਉੱਪਰ ਉਹਨਾਂ ਵੱਲੋਂ ਨਾਂ ਲਿਖਿਆ ਹੋਇਆ ਸੀ ਤੁਹਾਡਾ, ਤੁਹਾਡੀ ਮਦਰ ਦਾ? ਕਿਹਦਾ ਨਾਂ ਲਿਖਿਆ ਸੀ ਚੈੱਕ ਤੇ? ਚੈੱਕ ਬਲੈਂਕ ਸੀਗਾ। ਚੈੱਕ ਬਲੈਂਕ ਸੀਗਾ? ਹਾਂਜੀ। ਬਲੈਂਕ ਚੈੱਕ ਤੇ ਨਾਂ ਤੁਸੀਂ ਡੇਟ ਲਿਖੀ ਸੀ, ਕਿੰਨੀ ਡੇਟ ਦਾ ਅਮਾਊਂਟ? ਨਹੀਂ ਉਹਦੇ ਬਲੈਂਕ ਚੈੱਕ ਸੀਗਾ, ਬਲੈਂਕ ਚੈੱਕ ਸੀ ਇਹ ਦਿੱਤਾ ਉਹਨਾਂ ਨੇ ਦਿੱਤਾ ਸੀ ਤੁਹਾਨੂੰ? ਹਾਂਜੀ ਉਹਨਾਂ ਨੇ 3-4 ਚੈੱਕ ਦਿੱਤੇ। ਅੱਛਾ 3-4 ਚੈੱਕ ਬਲੈਂਕ ਹੈ ਤੁਹਾਡੇ ਕੋਲ ਪਏ ਉਹਨਾਂ ਦੇ? ਹਾਂਜੀ। ਸੋ ਉਹਨਾਂ ਪਰ ਨਾਂ ਤੁਸੀਂ ਭਰ ਲਿਆ? ਹਾਂਜੀ। ਤੁਸੀਂ ਨਾਂ ਕਿਉਂ ਭਰਿਆ? ਨਾਮ ਉਹਨਾਂ ਨੂੰ ਦੇਣਾ, ਇੱਥੇ ਉਹ ਕਰਨੀ ਸੀ ਨਾ ਜੀ ਆਈ ਸੀ ਭਰਨੀ ਸੀ ਅਤੇ ਕੋਲੇਜ ਦੀ ਫੀਸ ਜਮ੍ਹਾਂ ਕਰਾਉਣੀ ਸੀਗੀ ਤਾਂ ਕਰਕੇ। ਨਹੀਂ ਬਟ ਭਰਾਉਣੀ ਸੀ ਪਰ ਸਾਈਨ ਸਿਗਨੇਚਰ ਜਿਹੜੇ ਇਹਨਾਂ ਦੇ ਸੱਸ ਸਹੁਰੇ ਦੇ ਨਾਮ ਇੱਕ ਵਾਰੀ ਦੁਬਾਰੇ ਦੱਸੇ ਜਾਣ। ਹਾਂ ਇਹਨਾਂ ਨੇ ਬੋਲੋ ਆਪਣੇ ਨਾਂ ਦੱਸੋ ਸੱਸ ਸਹੁਰੇ ਦੇ। ਈਸ਼ਾ ਸਿੰਗਲਾ ਮਦਰ? ਈਸ਼ਾ ਸਿੰਗਲਾ ਕੁੜੀ ਦਾ ਨਾਂ ਹੈ ਜੀ, ਵਾਈਫ ਸੋਰੀ ਹੈ। ਹਾਂਜੀ ਵਾਈਫ ਦਾ ਨਾਮ ਹੈ ਅਤੇ ਫਾਦਰ ਨਾਮ ਦਾ ਹੈਗਾ ਰਕੇਸ਼ ਕੁਮਾਰ, ਮੁਕੇਸ਼ ਕੁਮਾਰ, ਅਤੇ ਮਦਰ ਦਾ ਨਾਮ ਹੈਗਾ ਰਕੇਸ਼ ਬਾਲਾ। ਸਿਸਟਰ ਥੋੜ੍ਹੀ ਜਿਹਾ ਧਿਆਨ ਦੇਣਾ ਪੈਣਾ ਆਪਾਂ ਨੂੰ ਕਿ ਮੈਂ ਕਨਫਿਊਜ਼ ਹੋ ਗਿਆ। ਈਸ਼ਾ ਸਿੰਗਲਾ ਇਹਦੀ ਵਾਈਫ ਹੈ। ਹਾਂਜੀ। ਔਰ ਮੁਕੇਸ਼ ਇਹਨਾਂ ਦੇ ਸਹੁਰਾ ਸਾਹਿਬ ਨੇ ਤਾਂ ਰਕੇਸ਼ ਬਾਲਾ ਜੀ ਇਹਨਾਂ ਦੇ ਮਦਰ ਲਾਓ। ਹਾਂਜੀ। ਉਹਨਾਂ ਨੇ ਤਸਵੀਰਾਂ ਟੈਲੀਕਾਸਟ ਕਰ ਸਕਦੇ ਹੋ ਮੇਰੇ ਖਿਆਲ ਕਿ ਲੀਗਲ ਪੈਨਲ ਜੱਜ ਕਰੇ ਆਪਾਂ ਜੀ ਨੂੰ, ਆਪ ਜੀ ਨੂੰ। ਅੱਛਾ ਮੈਂ ਜਾਣਨਾ ਚਾਹੁੰਦਾ ਆਪਣੇ ਜੈਂਟਲਮੈਨ, ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਸ਼ਾਦੀ ਹੋਈ ਹੈ 38 ਨੂੰ, ਤੁਸੀਂ ਤੁਹਾਨੂੰ ਚੈੱਕ ਦਿੱਤੇ ਆ, ਚੈੱਕ ਬਲੈਂਕ ਸੀਗੇ, ਉਹਨਾਂ ਚੈੱਕਾਂ ਦੇ ਉੱਪਰ ਅਮਾਊਂਟ ਲਿਖਿਆ ਹੋਇਆ ਸੀ? ਨਹੀਂ। ਕਿੰਨੇ ਚੈੱਕ ਸੀਗੇ? 4 ਚੈੱਕ ਸੀਗੇ। 4 ਚੈੱਕ ਸੀਗੇ ਉਹ ਕਾਹਦੇ ਵਾਸਤੇ ਸੀਗੇ? ਕੋਲੇਜ ਦੀ ਫੀਸ ਵਾਸਤੇ ਤੇ ਜੀ ਆਈ ਸੀ ਵਾਸਤੇ। ਨਹੀਂ ਉਹ ਚੈੱਕ ਕਿਹਦੇ ਸੀਗੇ? ਕਿਵੇਂ ਜੀ? ਚੈੱਕ ਬਲੈਂਕ ਆ ਉਹ ਕਿਹਦੇ ਸੀਗੇ, ਕਿਹਦੀ ਬੈਂਕ ਦੇ ਸੀ? ਕਿਹਦੇ? ਈਸ਼ਾ ਸਿੰਗਲਾ ਦੇ ਬੈਂਕ ਦੇ ਅਕਾਊਂਟ ਦੇ ਸੀਗੇ ਤੇ ਬੈਂਕ ਦਾ ਨਾਮ ਹੈਗਾ ਸੀ ICICI ਬੈਂਕ। ਓ ਆਈ ਸੀ। ਸੋ ਤੁਸੀਂ ਉਸ ਇਹ ਤੁਹਾਡੀ ਉਸ ਅਕਾਊਂਟ ਵਿੱਚ ਪੈਸੇ ਸੀ ਕੁਛ? ਉਸ ਅਕਾਊਂਟ ਵਿੱਚ ਕੁਛ ਵੀ ਨਹੀਂ ਸੀ, ਸਾਰੇ ਅਸੀਂ ਜਮ੍ਹਾਂ ਕਰਾਏ ਸੀਗੇ। ਤੁਸੀਂ ਕਰਾਏ ਸੀ ਪੈਸੇ? ਹਾਂਜੀ। ਤੇ ਇਹ ਜਿਹੜੇ ਚੈੱਕ ਆ ਦਿੱਤੇ ਇਹ ਵਿਆਹ ਤੋਂ ਪਹਿਲਾਂ ਦਿੱਤੇ ਉਹਨਾਂ ਨੇ? ਹਾਂਜੀ ਵਿਆਹ ਤੋਂ ਪਹਿਲਾਂ ਦਿੱਤੇ ਆ। ਸਾਈਨ ਤੁਹਾਡੀ ਵਾਈਫ ਦੇ ਹੋਏ ਸੀ ਉੱਤੇ? ਹਾਂਜੀ ਹੋਏ ਪਏ ਸੀ। ਡੇਟ ਲਿਖੀ ਸੀ ਉੱਪਰ? ਨਹੀਂ ਜੀ ਡੇਟ ਨਹੀਂ ਲਿਖੀ। ਹਾਂਜੀ। ਅਮਾਊਂਟ ਵੀ ਲਿਖਿਆ? ਨਹੀਂ ਜੀ। ਤੁਸੀਂ ਫਿਰ ਅਮਾਊਂਟ ਆਪਣੇ ਆਪ ਲਿਖ ਲਿਆ? ਹਾਂਜੀ ਅਮਾਊਂਟ ਲਿਖ ਲਿਆ। ਨਾਮ ਵੀ ਆਪੇ ਲਿਖ ਲਿਆ? ਹਾਂਜੀ। ਤੁਹਾਨੂੰ ਪਤਾ ਕਿ ਫਰੋਡ ਹੈ ਇਹ? ਨਹੀਂ ਜੀ ਉਹ ਐਂ ਨਾ ਜੀ, ਕਿਉਂਕਿ ਅਸੀਂ ਕੋਲੇਜ ਦੀ ਫੀਸ ਜਮ੍ਹਾਂ ਕਰਾਉਣੀ ਸੀਗੀ, ਕੋਲੇਜ ਦੀ ਫੀਸ ਜਮ੍ਹਾਂ ਕਰਾਉਣੀ ਸੀ, ਉਹ ਤਾਂ ਅਸੀਂ ਇੱਕ ਨੰਬਰ 'ਚ ਉਹਨੂੰ ਸੈਂਡ ਕੀਤੇ ਅਤੇ ਬਠਿੰਡੇ ਫਾਈਲ ਲੱਗੀ ਹੋਈ ਸੀਗੀ, ਬਠਿੰਡੇ ਫਾਈਲ ਲੱਗੀ ਹੋਈ ਸੀ ਅਤੇ ਅਸੀਂ ਇੱਕ ਤਾਂ ਕੀ ਕਹਿੰਦੇ ਹੁੰਦੇ ਆ ਕੋਲੇਜ ਦੀ ਫੀਸ ਭਰਨੀ ਸੀ ਉਹਦੀ ਅਤੇ ਜੀ ਆਈ ਸੀ ਦੀ ਫੀਸ ਭਰਨੀ ਸੀ। ਹੈਂਜੀ ਕਾਹਦੀ ਫੀਸ ਭਰਨੀ ਸੀ? ਕੋਲੇਜ ਦੀ ਅਤੇ ਜੀ ਉਹਦੀ ਜੀ ਆਈ ਸੀ ਦੀ। ਨੋ ਮੈਟਰ ਬਟ ਕਾਨੂੰਨ ਸਾਨੂੰ ਇਹ ਆਗਿਆ ਨਹੀਂ ਦਿੰਦਾ ਕਿਉਂਕਿ ਤੁਸੀਂ ਬਲੈਂਕ ਚੈੱਕ ਦੇ ਉੱਪਰ ਕੋਈ ਵੀ ਇਨੀਸ਼ੀਅਲ ਕਿਸੇ ਦਾ ਨਾਮ ਜਿਹੜਾ ਆ ਆਪਣੇ ਹੈਂਡ ਰਾਈਟਿੰਗ ਦੁਆਰਾ ਨਹੀਂ ਪੜ੍ਹ ਸਕਦੇ। ਠੀਕ ਹੈ ਜੀ। ਯੂ ਟੂ ਸੇ ਸੋਰੀ। ਓਕੇ ਨਾਟ ਓਕੇ ਯੂ ਸੇ ਸੋਰੀ ਪਲੀਜ਼ ਸੋਰੀ ਯਾ ਬਿਕੋਜ਼ ਦਿਸ ਇਜ਼ ਫਰਾਡ। ਓਕੇ ਐਨੀਵੇ ਸੋ 16 ਲੱਖ ਦਾ ਚੈੱਕ ਤੁਸੀਂ ਜਮ੍ਹਾਂ ਕਰਾਤਾ ਬੈਂਕ ਦੇ ਵਿੱਚ ਤਾਂ ਉਹ ਚੈੱਕ ਜਿਹੜਾ ਵਾਪਸ ਆ ਗਿਆ। ਹਾਂਜੀ। ਤੁਹਾਡੀ ਵਾਈਫ ਜਿਹੜੀ ਹੈ 29 ਜਨਵਰੀ ਨੂੰ ਸ਼ਾਦੀ ਹੁੰਦੀ ਹੈ, ਸ਼ਾਦੀ ਵਿੱਚ ਕਿੰਨੇ ਕੁ ਲੋਕ ਆਉਂਦੇ ਨੇ? 150 ਬੰਦਾ ਆਉਂਦਾ ਆ। ਹਾਂਜੀ।
ਟੋਟਲ ਕਿੰਨੇ ਬੰਦੇ ਹੁੰਦੇ ਆ ਕਿਵੇਂ ਜੀ ਕਿਹੜੇ ਪੈਲਸ ਵਿੱਚ ਹੁੰਦੀ ਹੈ ਸ਼ਾਦੀ ਬਾਇਆ ਹਾਈਟਸ ਬਠਿੰਡਾ ਟੋਟਲ ਮੁੰਡੇ ਕੁੜੀ ਵੱਲੋਂ ਕਿੰਨੇ ਆਏ ਰਿਸ਼ਤੇਦਾਰ ਤੁਹਾਡੇ 150 150 200 ਮਤਲਬ ਟੋਟਲ ਸਾਰੇ 150 ਸੀ ਹਾਂ ਜੀ ਛੋਟੀ ਪਾਰਟੀ ਖਰਚਾ ਕਿਹਨੇ ਕੀਤਾ ਵਿਆਹ ਸ਼ਾਦੀ ਤੇ ਵਿਆਹ ਦਾ ਖਰਚਾ ਜੀ ਕੁੜੀ ਵਾਲਿਆਂ ਨੇ ਕੀਤਾ ਸੀਗਾ ਕਿੰਨਾ ਖਰਚਾ ਆ ਗਿਆ ਉਹ 80-90 ਹਜ਼ਾਰ ਸ਼ਰਾਬ ਵਗੈਰਾ ਪਲਾਈ ਮੀਟ ਖਿਲਾਇਆ ਨਹੀਂ ਜੀ ਸਿਰਫ ਪਿਓਰ ਵੈਜ ਫੂਡ ਸੀਗਾ ਹਾਂ ਜੀ ਖੂਬ ਡਾਂਸ ਕੀਤਾ ਹਾਂ ਜੀ ਮਤਲਬ ਤੁਸੀਂ ਇੱਕ ਰੀਅਲ ਇਹ ਮੈਰਿਜ ਸੀ ਤੁਹਾਡੀ ਹਾਂ ਜੀ ਰੀਅਲ ਮੈਰਿਜ ਸੀ ਓਕੇ ਉਸ ਤੋਂ ਬਾਅਦ ਤੁਸੀਂ 29-21 ਜਨਵਰੀ ਨੂੰ ਆਪਣੇ ਘਰ ਆ ਜਾਂਦੇ ਹੋ ਆਪਣੇ ਪਿੰਡ ਆ ਜਾਂਦੇ ਹੋ ਹਾਂ ਜੀ ਬਠਿੰਡੇ ਆ ਜਾਂਦੇ ਹੋ ਹਾਂ ਜੀ ਸੋ ਇਹਨਾਂ ਦਾ ਪਿੰਡ ਜਿਹੜਾ ਆ ਭਦੌੜ ਹੈ ਹਾਂ ਜੀ ਹਾਂ ਜੀ ਕੁੜੀ ਵਾਲਿਆਂ ਦਾ ਪਿੰਡ ਭਦੌੜ ਹੈ ਕਿੰਨੇ ਦਿਨ ਤੁਹਾਡੇ ਨਾਲ ਰਹਿੰਦੀ ਹੈ ਲੜਕੀ ਇਹ ਮੇਰੇ ਨਾਲ ਰਹਿੰਦੀ ਹੈ 20-25 ਦਿਨ 25 ਦਿਨ ਸੋ 25 ਦਿਨ ਵਿੱਚ ਤੁਸੀਂ ਆਪਣੇ ਹਸਬੈਂਡ ਵਾਈਫ ਵਾਲੇ ਰਿਲੇਸ਼ਨ ਬਣ ਗਏ ਤੁਹਾਡੇ ਨਹੀਂ ਜੀ ਪਹਿਲਾ ਜਿਹੜਾ ਹਫ਼ਤਾ ਸੀਗਾ ਉਹ ਤਾਂ ਐਵੇਂ ਟਪਾਤਾ ਜੀ ਪਹਿਲਾ ਵੀਕ ਪਹਿਲਾ ਹਫ਼ਤਾ ਤੁਸੀਂ ਉਂਝ ਟਪਾਤਾ ਉਹ ਟੱਪਦੇ ਨੇ ਟਪਾਇਆ ਜਾਂ ਕੁੜੀ ਲਾਰੇ ਲਾਈ ਜਾਂਦੀ ਸੀ ਜੀ ਕੁੜੀ ਲਾਰੇ ਲਾਉਂਦੀ ਸੀ ਹਾਂ ਜੀ ਕਿਸ ਗੱਲੋਂ ਉਹ ਕਹਿੰਦੀ ਸੀ ਵੀ ਆਪਾਂ ਜਦੋਂ ਕੈਨੇਡਾ ਗਏ ਉੱਥੇ ਜਾ ਕੇ ਬਣਾ ਲਾਂਗੇ ਕੈਨ ਯੂ ਕਮ ਟੂ ਕਲੋਸ ਟੂ ਮਾਈਕ ਪਲੀਜ਼ ਕੁੜੀ ਕਹਿੰਦੀ ਸੀ ਕੈਨੇਡਾ ਜਾ ਕੇ ਬਣਾ ਲਾਂਗੇ ਜੀ ਰਿਲੇਸ਼ਨ ਮੈਂ ਕਿਹਾ ਨਹੀਂ ਤੇ ਉਹ ਕਹਿੰਦੀ ਸੀ ਬਣਾ ਲਾਂਗੇ ਉੱਥੇ ਵੀ ਹਲੇ ਆਪਣਾ ਟੈਚਅਪ ਜਾਣੀ ਹੋਇਆ ਮੈਂ ਕਿਹਾ ਨਹੀਂ ਮੈਂ ਨਹੀਂ ਮੈਂ ਉਹਨਾਂ 'ਚ ਟਿਕਟ ਨਹੀਂ ਕਰਾਉਂਦਾ ਤੇ ਫਿਰ ਹਫ਼ਤੇ ਬਾਅਦ ਵੀ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਟਿਕਟ ਨਹੀਂ ਕਰਾਉਂਦਾ ਫਿਰ ਉਹਨਾਂ ਨੇ ਬਣਾਇਆ ਰਿਲੇਸ਼ਨ ਤੁਸੀਂ ਮਤਲਬ ਵਿਆਹ ਤੋਂ ਬਾਅਦ ਇੱਕ ਦਿਨ ਉਹ ਬੀਤ ਗਿਆ ਦੂਜੇ ਦਿਨ ਬੀਤ ਗਿਆ ਤੀਜੇ ਦਿਨ ਬੀਤ ਗਿਆ ਤੇ ਤੁਹਾਡੇ ਸਰੀਰ ਨੇ ਤੁਹਾਨੂੰ ਵਾਰਨਿੰਗ ਦਿੱਤੀ ਕਿ ਮੈਂ ਤੁਹਾਡਾ ਜਿਹੜੀ ਬਾਡੀ ਸੀਗੀ ਉਹ ਨਹੀਂ ਸੀ ਮਤਲਬ ਤੁਹਾਨੂੰ ਮਜਬੂਰ ਕਰਦੀ ਕਿ ਮੇਰੀ ਵਾਈਫ ਆ ਮੈਂ ਇਹਦੇ ਨਾਲ ਪਿਆਰ ਸ਼ੁਰੂ ਕਰਾਂ ਦਿੰਦੀ ਸੀ ਜੀ ਲੇਕਿਨ ਕੁੜੀ ਨਹੀਂ ਨਾ ਤਿਆਰ ਸੀਗੀ ਕੁੜੀ ਮਨਾ ਕਰੀ ਜਾਂਦੀ ਸੀ ਬਾਰ ਬਾਰ ਗੁਸ਼ੀ ਜ਼ਰ ਵਾਈਫ ਉਹਦੀ ਉਮਰ ਕਿੰਨੀ ਆ ਉਹਦੀ ਉਮਰ ਹੈਗੀ ਜੀ 19 ਸਾਲ 19.5 ਸਾਲ ਤੁਹਾਡੀ ਕਿੰਨੀ ਉਮਰ ਮੇਰੀ ਹੈਗੀ ਜੀ 25 ਸਾਲ ਹੁਣ 25 ਸਾਲ ਹਾਂਜੀ ਸੋ ਉਹਦੀ ਹਾਈਟ ਉਹਦੀ ਹਾਈਟ ਹੈਗੀ ਹੈ ਜੀ 5'6" ਤੁਹਾਡੀ ਮੇਰੀ ਵੀ 5'6" ਆ ਉਹਨਾਂ ਦੀ ਐਜੂਕੇਸ਼ਨ ਕੀ ਹੈ ਉਹਨਾਂ ਦੀ +2 ਹੀ ਹੈ ਜੀ ਆਈ ਸੀ ਐਨੀਵੇ ਸੋ ਉਸ ਤੋਂ ਬਾਅਦ 6 ਦਿਨ ਬੀਤ ਗਏ 7ਵੇਂ ਦਿਨ ਫਿਰ ਤੁਸੀਂ ਕਿਵੇਂ ਕਿਸ ਤਰ੍ਹਾਂ ਉਸ ਕੁੜੀ ਨੂੰ ਆਪਣੀ ਪਿਆਰ ਦੀ ਬੁੱਕਲ 'ਚ ਲਿਆ ਅਤੇ ਤੁਸੀਂ ਆਪਣਾ ਰਿਲੇਸ਼ਨ ਜ਼ਿੰਦਗੀ ਦੇ ਸ਼ੁਰੂ ਕੀਤਾ ਹਸਬੈਂਡ ਵਾਈਫ ਵਾਲਾ ਜਿਹੜਾ ਕਿ ਤੁਸੀਂ 6 ਦਿਨ ਲੇਟ ਕੀਤਾ ਤੁਹਾਡੇ ਮਨ ਵਿੱਚ ਕੀ ਫੌਰਨ ਆਫ ਰਿਹਾ ਉਹ ਐਗਰੀ ਹੋ ਗਈ ਫਿਰ ਦੁਬਾਰਾ ਤੁਹਾਡੇ ਨਾਲ ਰਿਲੇਸ਼ਨ ਬਣਾਉਣ ਨੂੰ ਉਹ ਤਾਂ ਜਦੋਂ ਤੁਸੀਂ ਆਪ ਬਣਾਇਆ ਉਹਨੂੰ ਦੁਬਾਰਾ ਜੀ ਜਦੋਂ ਤੁਹਾਡਾ ਪਹਿਲੇ ਦਿਨ ਰਿਲੇਸ਼ਨ ਬਣਿਆ ਉਹ ਕਿੱਦਾਂ ਬਣਿਆ ਫਿਰ ਤੁਹਾਡਾ ਉਹ ਤਾਂ ਜਦੋਂ ਮੈਂ ਉਹਨੂੰ ਕਿਹਾ ਜੀ ਵੀ ਮੈਂ ਉਹਨਾਂ 'ਚ ਟਿਕਟ ਨਹੀਂ ਕਰਾਉਂਦਾ ਜਿੰਨਾ ਚਿਰ ਵੀ ਆਪਣਾ ਰਿਲੇਸ਼ਨ ਨਹੀਂ ਬਣਦਾ ਫਿਰ ਜਾ ਕੇ ਰਿਲੇਸ਼ਨ ਬਣਿਆ ਜੀ ਆਈ ਸੀ ਤੁਸੀਂ ਦਿਨ ਨੂੰ ਇਕੱਠੇ ਘੁੰਮਦੇ ਸੀ ਬਾਹਰ ਜਾਂਦੇ ਸੀ ਹਾਂਜੀ ਬਾਜ਼ਾਰਾਂ 'ਚ ਜਾਂਦੇ ਸੀਗੇ ਹਾਂਜੀ ਗਏ ਸ਼ਾਪਾਂ 'ਚ ਜਾਂਦੇ ਸੀ ਘੁੰਮਣ ਫਿਰਨ ਜਾਂਦੇ ਸੀਗੇ ਬਾਹਰ ਰਾਤਾਂ ਵੀ ਕੱਟੀਆਂ ਹਾਂਜੀ ਰਾਤਾਂ ਬਾਹਰ ਕੱਟੀਆਂ ਰਿਲੇਸ਼ਨ ਨਹੀਂ ਬਣਾਏ ਬਣਿਆ ਜੀ ਬਾਹਰ ਵੀ ਬਣਿਆ ਨਹੀਂ ਨਹੀਂ ਤੁਸੀਂ ਕਹਿੰਦੇ 6 ਦਿਨ ਪਹਿਲਾਂ 6 ਦਿਨ ਕੁਛ ਨਹੀਂ ਕੀਤਾ ਪਹਿਲੇ ਹਫ਼ਤਾ ਤਾਂ ਕੁਛ ਨਹੀਂ ਹੋਇਆ ਜੀ ਪਹਿਲੇ 6 ਦਿਨ ਤੁਸੀਂ ਬਾਹਰ ਵੀ ਗਏ ਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ 7ਵੇਂ ਦਿਨ ਜਾ ਕੇ ਤੁਹਾਡਾ ਰਿਲੇਸ਼ਨ ਬਣਿਆ ਹਾਂਜੀ 7ਵੇਂ ਦਿਨ ਤੁਹਾਡੇ ਰਿਲੇਸ਼ਨ ਬਣੇ ਆ ਇਹ ਫੋਰਸਫੁਲੀ ਬਣੇ ਆ ਔਰ ਜਾਂ ਤੁਸੀਂ ਪਿਆਰ ਨਾਲ ਬਣਾਏ ਉਹ ਰਿਲੇਸ਼ਨ ਫੋਰਸਫੁਲੀ ਲਗਾ ਲਓ ਜੀ ਕਿਉਂਕਿ ਜਦੋਂ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਉਹਨਾਂ ਚਿਰ ਮੈਂ ਟਿਕਟ ਨਹੀਂ ਕਰਾਉਂਦਾ ਆਈ ਅੰਡਰਸਟੈਂਡ ਆਈ ਗੋਟ ਯੋਰ ਪੁਆਇੰਟ ਬਟ ਮੈਨੂੰ ਇਹ ਪੁਆਇੰਟ ਦੱਸਣ ਦੀ ਤੁਹਾਨੂੰ ਪਵੇਗਾ ਕਿ ਤੁਸੀਂ ਫਿਰ ਉਸ 7ਵੇਂ ਦਿਨ ਵਾਈਫ ਨੂੰ ਆਪਣੀ ਪਿਆਰ ਵਿੱਚ ਕਿਵੇਂ ਕਿਸ ਤਰ੍ਹਾਂ ਉਹਨੂੰ ਲਿਆ ਆਪਣੀ ਪਿਆਰ ਦੀ ਬੁੱਕਲ ਵਿੱਚ ਕਿਵੇਂ ਲਿਆ ਉਹਨੂੰ ਮਨਾਇਆ ਜਾਂ ਆਪਣੇ ਆਪ ਮੰਨ ਗਈ ਜਾਂ ਫਿਰ ਉਹ ਤੁਹਾਡੇ ਪਿਆਰ ਦੇ ਵਿੱਚ ਡੁੱਲ ਗਈ ਜਾਂ ਤੁਹਾਡੇ ਪਿਆਰ ਦੇ ਮੁਹੱਬਤ ਵਿੱਚ ਰੰਗ ਵਿੱਚ ਰੰਗੀ ਗਈ ਕੀ ਹੋਇਆ ਕਿਵੇਂ ਸ਼ੁਰੂ ਹੋਇਆ ਕਿਵੇਂ ਉਹਨੇ ਐਡਜਸਟ ਕੀਤਾ ਤੁਹਾਨੂੰ ਉਹਨੇ ਤੁਹਾਨੂੰ ਹੱਗ ਕੀਤਾ ਪਹਿਲਾਂ ਜਦੋਂ ਤੁਸੀਂ ਕੀਤਾ ਹੱਗ ਪਹਿਲੇ ਦਿਨ ਜੀ ਪਹਿਲੇ ਦਿਨ ਪਹਿਲਾ ਹਫ਼ਤਾ ਤਾਂ ਕੁਛ ਨਹੀਂ ਹੋਇਆ ਜੀ ਆਈ ਅੰਡਰਸਟੈਂਡ ਫਿਰ ਜਿਸ ਦਿਨ ਹੋਇਆ 6ਵੇਂ ਦਿਨ 7ਵੇਂ ਦਿਨ ਪਹਿਲਾਂ ਕਿਸ ਨੇ ਹੱਗ ਕੀਤਾ ਪਹਿਲਾਂ ਮੈਂ ਹੀ ਕੀਤਾ ਸੀਗਾ ਜੀ ਸੀਗਾ ਕੁੜੀ ਵਰਜਨ ਨਹੀਂ ਸੀਗੀ ਪਲੀਜ਼ ਸਟਾਪ ਇਟ ਪਲੀਜ਼ ਸੋਰੀ
ਸੋ ਮੈਂ ਕਿਵੇਂ ਜਾ ਸਕਦਾ ਹਾਂ ਕਿਸ ਹੱਦ ਤੱਕ ਤੁਸੀਂ ਜਾ ਸਕਦੇ ਹੋ ਸੋ ਤੁਸੀਂ ਲੜਕੀ ਦੇ ਨਾਲ 7-8 ਵਾਰ ਰਿਲੇਸ਼ਨ ਬਣਾਏ ਆ ਜਿਹੜੇ ਕਿ 7-8 ਦਿਨਾਂ ਬਾਅਦ ਬਣੇ ਆ ਔਰ 8 ਵਾਰੀ ਬਣੇ ਆ ਔਰ 20-22 ਦਿਨ ਘਰ ਰਹੀ ਹੈ ਤੇ ਕੁੜੀ ਉਸ ਤੋਂ ਬਾਅਦ ਫਿਰ ਕੋਈ ਕੰਪਲੇਂਟ ਕਰੀ ਤੁਹਾਡੇ ਘਰ ਦੇ ਵਿੱਚ ਨਹੀਂ ਤੁਹਾਡੀ ਮਾਂ ਦਾ ਸਤਿਕਾਰ ਕਰਦੀ ਸੀਗੀ ਹਾਂਜੀ ਤੇ ਤੁਹਾਡੀ ਮਾਤਾ ਪੂਰਾ ਆਦਰ ਮਾਨ ਆਪਣੀ ਧੀ ਸਮਝਦੀ ਸੀ ਹਾਂਜੀ ਹਾਂਜੀ ਪੂਰਾ ਆਏ ਸੀ ਸੋ ਘਰ ਵਿੱਚ ਰੋਟੀ ਪਾਣੀ ਬਣਾਉਂਦੀ ਸੀ ਨਹੀਂ ਉਹ ਮੰਮਾ ਹੀ ਬਣਾਉਂਦੇ ਸੀਗੇ ਜੀ ਉਹ ਕਿਉਂ ਨਹੀਂ ਬਣਾਉਂਦੀ ਮੰਮਾ ਨੇ ਕੰਮ ਤੇ ਕਰਨ ਹੀ ਨਹੀਂ ਦਿੱਤਾ ਮੰਮਾ ਨੇ ਨਹੀਂ ਕੰਮ ਕਰਨ ਦਿੱਤਾ ਚਲੋ ਇਹ ਤਾਂ ਕਸੂਰ ਹੈ ਇਹ ਤਾਂ ਕਸੂਰ ਹੈ ਕਿ ਲਾਡਲੀ ਜੋ ਰੱਖਦੀਆਂ ਉਹਨਾਂ ਨੂੰ ਚਾਹੀਦਾ ਆ ਨੂੰਹਾਂ ਨੂੰ ਸੱਸਾਂ ਨੂੰ ਚਾਹੀਦਾ ਜੋ ਨੂੰਹਾਂ ਆਉਂਦੀਆਂ ਨੇ ਬੇਟਾ ਇਹ ਤੇਰਾ ਹੁਣ ਘਰ ਹੈ ਆ ਸੰਭਾਲ ਚਾਹ ਚੂਹ ਪਾਣੀ ਪਲਾ ਰੋਟੀ ਖਿਲਾ ਮੈਨੂੰ ਖਿਲਾ ਉਹਨੂੰ ਆਪ ਚਾਹੀਦਾ ਸੀਗਾ ਤੇਰੀ ਘਰਵਾਲੀ ਨੂੰ ਅੱਛਾ ਜੀ ਮਤਲਬ ਉਹਦੇ ਕੋਲ ਇੰਨੇ ਮਿਹਨਤ ਹੋਣੇ ਚਾਹੀਦੇ ਸੀਗੇ ਐਨੀਵੇ ਸੋ 7-8 ਦਿਨਾਂ ਦੇ ਵਿੱਚ ਤੁਹਾਡਾ ਸੱਸ ਸਹੁਰਾ ਤੁਹਾਡੇ ਘਰ ਬੈਕ ਐਂਡ ਫੋਰਥ ਆਏ ਗਏ ਤੁਸੀਂ ਜਾਂਦੇ ਸੀ ਹਾਂਜੀ ਹਾਂਜੀ ਸੋ ਕੋਈ ਪ੍ਰੋਬਲਮ ਨਹੀਂ ਤੁਹਾਡੇ ਆਪਸ ਵਿੱਚ ਕਿਸੇ ਕਿਸਮ ਦੀ ਨਹੀਂ ਸੋ ਤੁਹਾਡੀ ਫਿਰ ਜਦੋਂ ਸਾਡੀ ਵੀਜ਼ਾ ਆ ਜਾਂਦਾ ਤੁਹਾਡੀ ਵਾਈਫ ਨੂੰ ਉਹ ਵੀਜ਼ਾ ਕਦੋਂ ਆਉਂਦਾ ਆ ਵੀਜ਼ਾ ਆਇਆ ਸੀਗਾ ਜੀ ਫਰਵਰੀ 'ਚ ਓ ਸੋਰੀ ਜਨਵਰੀ 'ਚ ਜਨਵਰੀ ਦੀ ਕਿੰਨੀ ਤਰੀਕ ਨੂੰ ਆਇਆ ਇਹ ਆਇਆ ਸੀਗਾ ਜੀ ਏਜੰਟ ਨੂੰ ਥੋੜਾ ਜਿਹਾ ਲੇਟ ਪਤਾ ਲੱਗਾ ਸੀ ਵੀਜ਼ਾ ਦੀ ਏਸ਼ੀਅਨ ਤੁਹਾਡੇ ਰਿਲੇਸ਼ਨ ਬਣਨ ਤੋਂ ਪਹਿਲਾਂ ਵੀਜ਼ਾ ਆਉਂਦਾ ਰਿਲੇਸ਼ਨ ਬਣਨ ਤੋਂ ਬਾਅਦ ਵੀਜ਼ਾ ਆਉਂਦਾ ਇਹ ਵਿਆਹ ਤੋਂ ਪਹਿਲਾਂ ਹੀ ਵੀਜ਼ਾ ਆਉਂਦਾ ਜੀ ਹਲੇ ਵਿਆਹ ਨਹੀਂ ਹੁੰਦਾ ਉਸ ਤੋਂ ਪਹਿਲਾਂ ਹੀ ਵੀਜ਼ਾ ਆ ਜਾਂਦਾ ਪਰ ਏਜੰਟ ਨੂੰ ਨਹੀਂ ਪਤਾ ਲੱਗਾ ਏਜੰਟ ਨੂੰ ਪਤਾ ਨਹੀਂ ਲੱਗਾ ਸੀ ਉਹਨੇ ਥੋੜੀ ਜਿਹੀ ਲੇਟ ਪਤਾ ਲੱਗਾ ਕਿਉਂਕਿ ਜੀ ਸੀਗੀ ਪੋਰਟਲ ਤੇ ਅਪਡੇਟ ਹੋ ਗਿਆ ਸਾਨੂੰ ਵੀ ਕਦੋਂ ਪਤਾ ਲੱਗਾ ਕਿ ਵੀਜ਼ਾ ਆ ਚੁੱਕਾ ਹੈ ਜਦੋਂ ਵਿਆਹ ਹੋ ਗਿਆ ਸੀ ਨਹੀਂ ਜੀ ਵਿਆਹ ਤਾਂ ਉਹ ਦੇ ਹੀ ਨਹੀਂ ਰਹੇ ਸੀ ਨਾ ਉਹ ਕਹਿੰਦੇ ਅਸੀਂ ਜਦੋਂ ਵੀਜ਼ਾ ਆ ਗਿਆ ਉਹਦੀ ਵਿਆਹ ਦੇਵਾਂਗੇ ਉਸ ਤੋਂ ਪਹਿਲਾਂ ਅਸੀਂ ਵਿਆਹ ਨਹੀਂ ਦਿੰਦੇ ਕਾਰਨ ਕੀ ਕਾਰਨ ਹੁਣ ਇਹ ਤਾਂ ਸਾਨੂੰ ਪਤਾ ਨਹੀਂ ਸੀਗਾ ਜੀ ਇਹ ਤਾਂ ਉਹਨਾਂ ਨੇ ਗੱਲ ਵੀ ਨਹੀਂ ਖੋਲੀ ਸੀਗੀ ਲੇਕਿਨ ਉਹ ਕਹਿੰਦੇ ਵੀ ਜਦੋਂ ਵੀਜ਼ਾ ਆ ਗਿਆ ਸੀ ਉਹਦੀ ਵਿਆਹ ਦੇਵਾਂਗੇ ਸੋ ਤੁਹਾਡੇ ਕਹਿਣ ਦਾ ਭਾਵ ਹੈ ਕਿ ਇਹ ਉਹ ਚਾਹੁੰਦੇ ਸੀਗੇ ਕਿ ਅਸੀਂ ਵੀਜ਼ਾ ਦੇਵਾਂਗੇ ਲੈਣ ਆ ਗਿਆ ਤਾਂ ਤੁਹਾਡੇ ਰਿਲੇਸ਼ਨ 7 ਦਿਨਾਂ ਬਾਅਦ ਸ਼ੁਰੂ ਹੁੰਦੇ ਤੁਸੀਂ 7-8 ਵਾਰ ਰਿਲੇਸ਼ਨ ਬਣਾਏ ਨੇ ਹਾਂਜੀ 20 ਦਿਨ ਦੇ ਵਿੱਚ ਤਾਂ ਤੁਹਾਡੀ ਵਾਈਫ ਨੂੰ ਛੱਡਣ ਕੌਣ ਏਅਰਪੋਰਟ ਤੇ ਜਾਂਦਾ ਫਿਰ ਅਸੀਂ ਜਾਂਦੇ ਜੀ ਓਕੇ ਕਿਹੜੇ ਏਅਰਪੋਰਟ ਛੱਡ ਕੇ ਆਏ ਹੋ ਦਿੱਲੀ ਏਅਰਪੋਰਟ ਤਾਂ ਤੁਹਾਡੇ ਨਾਲ ਕਿੰਨੇ ਸਮਾਂ ਗੱਲ ਕਰਦੀ ਰਹੀ ਆ ਜਦੋਂ ਇੱਥੇ ਕੈਨੇਡਾ ਆ ਜਾਂਦੇ ਹਾਂ ਉਸ ਤੋਂ ਬਾਅਦ ਤਾਂ ਹੀ ਗੱਲ ਹੀ ਹੋਣੀ ਬੰਦ ਹੋ ਗਈ ਸੀਗੀ ਕੈਨੇਡਾ ਜਦੋਂ ਆਈ ਆ ਉਹਨੂੰ ਦੱਸਿਆ ਨਹੀਂ ਮੈਂ ਕੈਨੇਡਾ ਪਹੁੰਚ ਗਈ ਆ ਨਹੀਂ ਐਂ ਤਾਂ ਦੱਸਿਆ ਜੀ ਹਾਂ ਤੇ ਜਿਵੇਂ 5-6 ਦਿਨ ਸਹੀ ਗੱਲ ਹੋਈ ਆ ਉਸ ਤੋਂ ਬਾਅਦ ਬਲੌਕ ਨਹੀਂ ਕੀਤਾ ਜੀ ਬਸ ਐਂ ਲਾ ਲਓ ਵੀ ਮੈਂ ਬਿਜ਼ੀ ਆ ਮੈਂ ਕੰਮ ਤੇ ਜਾ ਰਹੀ ਆ ਕੋਈ ਵੀ ਐਂ ਬਹਾਨਾ ਲਾ ਦਿੰਦੇ ਸੀਗੇ ਐਸੀ ਇਹ ਤੁਹਾਡੀ ਵਾਈਫ ਜਿਹੜੀ ਆ ਕਿਹੜੇ ਸਾਲ ਵਿੱਚ ਕੈਨੇਡਾ ਆ ਜਾਂਦੀ ਫਿਰ ਇਹ ਆਉਂਦੇ ਮਾਰਚ 'ਚ ਜੀ ਕਿੰਨੀ ਮਾਰਚ ਨੂੰ 21 3 ਮਾਰਚ ਨੂੰ 21 ਮਾ ਸਾਨੂੰ 2021 ਵਿੱਚ ਹਾਂਜੀ ਦਿੱਲੀ ਉਤਰਦੇ ਆ 3 ਮਾਰਚ ਨੂੰ ਓਕੇ ਸੋ 3 ਮਾਰਚ ਨੂੰ ਆ ਜਾਂਦੇ ਆ ਤਾਂ ਤੁਹਾਨੂੰ ਕਦੋਂ ਰਿਸਪੌਂਸ ਕਰਦੇ ਫਿਰ ਇਹ ਮੈਨੂੰ ਕਰਦੇ ਜੀ ਸਾਲ ਬਾਅਦ ਡਾਕੂਮੈਂਟ ਭੇਜਦੇ ਆ ਉਸ ਤੋਂ ਵੀ ਦੂਜੇ ਸਮੈਸਟਰ 7-8 ਮਹੀਨੇ ਵਾ ਸੋ ਤੁਹਾਨੂੰ ਵੀਜ਼ਾ ਮਿਲ ਜਾਂਦਾ ਆ ਵੀਜ਼ਾ ਮਿਲਦਾ ਨਹੀਂਗਾ ਜੀ ਮੈਨੂੰ ਇਹ ਡਾਕੂਮੈਂਟ ਭੇਜ ਦਿੰਦੇ ਜੀ ਡਾਕੂਮੈਂਟ ਭੇਜ ਦਿੰਦੇ ਆ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਵੀ 5-6 ਮਹੀਨਿਆਂ ਬਾਅਦ ਮੈਨੂੰ ਡਾਕੂਮੈਂਟ ਰਿਕੁਐਸਟ ਆਉਂਦੀ ਆ ਹਾਂ ਡਾਕੂਮੈਂਟ ਰਿਕੁਐਸਟ ਆਉਂਦੀ ਆ ਫਿਰ ਮੈਂ ਇਹਨਾਂ ਤੋਂ ਵੀ ਡਾਕੂਮੈਂਟ ਮੰਗਦਾ ਇਹ ਡਾਕੂਮੈਂਟ ਮੈਨੂੰ ਨਹੀਂ ਸੈਂਡ ਕਰਦੇ ਲੇਕਿਨ ਫਿਰ ਆਟੋਮੈਟਿਕ ਮੈਨੂੰ ਮੇਰਾ ਵੀਜ਼ਾ ਮਿਲ ਜਾਂਦਾ ਗਾ ਲੇਕਿਨ ਇਹਨਾਂ ਨੇ ਮੈਨੂੰ ਡਾਕੂਮੈਂਟ ਕੋਈ ਸੈਂਡ ਨਹੀਂ ਕੀਤਾ ਤੁਹਾਡਾ ਵੀਜ਼ਾ ਲੱਗ ਜਾਂਦਾ ਤੁਸੀਂ ਆਪਣੀ ਵਾਈਫ ਨੂੰ ਇਨਫੋਰਮ ਕੀਤਾ ਇਨਫੋਰਮ ਕੀਤਾ ਮੈਂ ਹਾਂਜੀ ਲੇਕਿਨ ਜਦੋਂ ਇਨਫੋਰਮ ਕੀਤਾ ਇਹ ਖੁਸ਼ ਨਹੀਂ ਹੋਏ ਪਤਾ ਲੱਗ ਗਿਆ ਸੀ ਵੀ ਖੁਸ਼ ਨਹੀਂ ਹੈਗੇ ਜਦੋਂ ਮੈਂ ਇਹ ਹਾਂਜੀ ਪਤਾ ਲੱਗ ਜਾਂਦਾ ਨਹੀਂ ਤਾਂ ਕੁੜੀ ਜਦੋਂ ਤੁਹਾਨੂੰ ਪਤਾ ਕਿ ਵੀਜ਼ਾ ਲੱਗ ਗਿਆ ਤੁਸੀਂ ਕਿੰਨੇ ਵਜੇ ਤੁਸੀਂ ਕਾਲ ਕੀਤਾ ਇਹਨਾਂ ਨੂੰ ਮੈਂ ਉਸੇ ਟਾਈਮ ਕਰਤਾ ਸੀਗਾ ਜੀ ਨੇ ਉਸ ਟਾਈਮ ਕੀ ਟਾਈਮ ਦਿਨ ਦਾ ਟਾਈਮ ਦਿਨ ਦਾ ਟਾਈਮ ਸੀਗਾ ਇਧਰ ਰਾਤ ਸੀ ਇਹ ਚ ਕਿੰਨੇ ਇੰਡੀਆ ਦੇ ਰਾਤ ਦਾ ਕੀ ਟਾਈਮ ਸੀ ਰਾਤ ਇਧਰ ਕੈਨੇਡਾ ਦਾ ਜੀ ਇਹ ਕੋਈ 12-1 ਵਜੇ ਦਾ ਅੱਛਾ 12-1 ਵਜੇ ਤੁਸੀਂ ਫੋਨ ਕੀਤਾ ਹਾਂਜੀ ਔਰ ਚਾਹ ਦੇ ਵਿੱਚ ਮੈਨੂੰ ਵੀਜ਼ਾ ਮਿਲ ਗਿਆ ਤੇ ਉਹਨਾਂ ਨੇ ਫਿਰ ਖੁਸ਼ੀ ਜ਼ਾਹਰ ਕੀਤੀ ਚੰਗਾ ਹੋ ਗਿਆ ਵੀਜ਼ਾ ਮਿਲ ਗਿਆ ਨਹੀਂ ਜੀ ਨਹੀਂ ਤੁਸੀਂ ਆਪਣੇ ਸੱਸਾਂ ਨੂੰ ਫੋਨ ਕਰਤਾ ਹਾਂਜੀ ਉਹਨਾਂ ਨੂੰ ਕਰਤਾ ਸੀ ਉਸ ਤੋਂ ਬਾਅਦ ਤੁਸੀਂ ਕੈਨੇਡਾ ਆਉਣ ਤੋਂ ਪਹਿਲਾਂ ਦੱਸਿਆ ਕਿ ਮੈਂ ਆ ਰਹੀ ਨਹੀਂ ਤੀਕ ਹਾਂਜੀ ਮੈਂ ਦੱਸਿਆ ਸੀਗਾ ਤਾਂ ਉਹਨਾਂ ਨੇ ਕੁਝ ਡਿਮਾਂਡ ਕੀਤੀ ਆ ਲੈ ਕੇ ਕੱਪੜੇ ਲੈ ਕੇ ਨਹੀਂ ਕੁਝ ਨਹੀਂ ਡਿਮਾਂਡ ਕੀਤੀ ਉਹਨੇ ਕਿਹਾ ਸੀ ਮੈਂ ਇੰਨੇ ਵਜੇ ਏਅਰਪੋਰਟ ਤੇ ਆਉਂਗੀ ਪੈਕ ਕਰਨ ਨਹੀਂ ਜੀ ਜਮਾ ਵੀ ਨਹੀਂ ਨਹੀਂ ਤੁਸੀਂ ਦੱਸਿਆ ਮਨਾ ਕਰਤਾ ਮੈਂ ਹਾਂਜੀ ਉਹ ਮੈਂ ਦੱਸਿਆ ਸੀਗਾ ਵੀ ਮੈਂ ਵੀ ਇੰਨੀ ਤਰੀਕ ਨੂੰ ਪਹੁੰਚ ਜੂਗਾ ਉਹਨਾਂ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਮੈਂ ਏਅਰਪੋਰਟ ਤੇ ਲੈਣਾ ਹੁਣ ਕਿਹਾ ਹੀ ਨਹੀਂ ਤੈਨੂੰ ਹਾਂਜੀ ਤੂੰ ਸੱਸ ਨੂੰ ਮਿਲ ਕੇ ਆਇਆ ਹਾਂਜੀ ਸੱਸ ਸਹੁਰੇ ਨੂੰ ਮਿਲ ਕੇ ਹਾਂਜੀ ਮੈਂ ਮਿਲ ਕੇ ਆਇਆ ਸੱਸ ਸਹੁਰੇ ਨੂੰ ਸੱਸ ਸਹੁਰੇ ਨੇ ਕੀ ਕਿਹਾ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਐ ਵੀ ਨਹੀਂ ਕਿਹਾ ਵੀ ਏਅਰਪੋਰਟ ਤੇ ਆਊਗੀ ਲੈਣ ਜਾਂ ਨਹੀਂ ਉਹਨਾਂ ਨੂੰ ਸਾਰਾ ਕੁਝ ਪਤਾ ਨਹੀਂ ਪਤਾ ਲੱਗਿਆ ਪਿਆਰ ਦਿੱਤਾ ਉਹਨਾਂ ਨੇ ਨਹੀਂ ਜੀ ਕੁਝ ਵੀ ਨਹੀਂ ਤੁਹਾਡੇ ਘਰ ਆਏ ਆਉਣ ਲੱਗੇ ਨਹੀਂ ਆਏ ਜੀ ਮੈਂ ਗਿਆ ਸੀਗਾ ਬਲਕਿ ਉੱਥੇ ਤਾਂ ਉਹ ਮਤਲਬ ਹੈਪੀ ਰਿਸਸ ਚੱਲੇ ਹੋ ਹਾਂਜੀ ਤੁਹਾਨੂੰ 1 ਰੁਪਿਆ ਵੀ ਦਿੱਤਾ ਆਪਣੇ ਜੁਆਈ ਨੂੰ ਨਹੀਂ ਜੀ ਨਾ ਸੱਸ ਨੇ ਨਾ ਸਹੁਰੇ ਨੇ ਨਹੀਂ ਐ ਤਾਂ 500 ਰੁਪਿਆ ਸ਼ਗਨ ਦਿੱਤਾ ਸੀ ਉਹਨਾਂ ਨੇ ਜਾਣ ਕੇ ਦਿੱਤਾ ਸੀ ਹਾਂਜੀ ਆਉਣ ਲੱਗਿਆ ਨੇ ਆਉਣ ਲੱਗਿਆ ਸੋ ਤੁਹਾਡੇ ਮਨ ਦੇ ਵਿੱਚ ਸੀਗਾ ਤੁਹਾਡੀ ਵਾਈਫ ਏਅਰਪੋਰਟ ਤੇ ਆਊਗੀ ਹਾਂਜੀ ਮੇਰੇ ਮਨ ਵਿੱਚ
ਤੁਸੀਂ 2 ਅਕਤੂਬਰ 22 ਦੇ ਆਏ ਹੋ ਹਾਂਜੀ ਅੱਛਾ ਤੁਸੀਂ 2 ਅਕਤੂਬਰ 22 ਦੇ ਆਏ ਹੋਏ ਤੁਸੀਂ ਆਏ ਅੱਜ ਸਟੂਡੀਓ ਨੇ ਇੰਨੇ ਮਹੀਨੇ ਬਾਅਦ ਆਏ ਹੋ ਕਾਰਨ ਕੀ ਹੈ ਅਕਤੂਬਰ ਬੀਤ ਗਿਆ ਹਾਂਜੀ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਆ ਗਿਆ ਹਾਂਜੀ ਔਰ ਇੰਨਾ ਸਮਾਂ ਬੀਤ ਗਿਆ ਇੰਨੇ ਸਾਲਾਂ ਸਮੇਂ ਬਾਅਦ ਤੁਸੀਂ ਕਿਉਂ ਆਏ ਹੁਣ ਇੰਨੇ ਸਮੇਂ ਬਾਅਦ ਤਾਂ ਆਏ ਜੀ ਕਿਉਂਕਿ ਕੁੜੀ ਜਮਾਂ ਹੀ ਮੁੱਕਰ ਗਈ ਜਮਾਂ ਹੀ ਪਹਿਲਾਂ ਕਹਿੰਦੀ ਸੀ ਪੀਆਰ ਜੇ ਤੁਸੀਂ ਏਅਰਪੋਰਟ ਤੇ ਆਏ ਤੁਹਾਨੂੰ ਉਹਨੇ ਪਿਕ ਨਹੀਂ ਕੀਤਾ ਤੁਹਾਨੂੰ ਪਿਕ ਕੌਣ ਕਰਨਾ ਏਅਰਪੋਰਟ ਤੇ ਪਿਕ ਮੇਰਾ ਫਰੈਂਡ ਕਰਨਾ ਹੈ ਜੀ ਪਿਕ ਤੁਹਾਡਾ ਫਰੈਂਡ ਕਰਨਾ ਹੈ ਸਰ ਸਾਹਿਬ ਬੇਨਤੀ ਹੈ ਕਿ ਤੁਸੀਂ ਇਹਨਾਂ ਦੇ ਮਾਮ ਡੈਡੀ ਜਿਹੜੇ ਸੱਸ ਸਹੁਰਾ ਉਹਨਾਂ ਨੂੰ ਲਾਈਨ ਤੇ ਲਿਆਓ ਇੱਕ ਸੈਕਿੰਡ ਲਈ ਉਸ ਤੋਂ ਬਾਅਦ ਤੁਸੀਂ ਫਿਰ ਕੁੜੀ ਨੂੰ ਕਿਵੇਂ ਮਿਲਿਆ ਆਣ ਕੇ ਇੱਥੇ ਮਿਲਿਆ ਜਾਂ ਨਹੀਂ ਮਿਲਿਆ ਸੀਗਾ ਜੀ ਮੈਂ ਪਹਿਲਾਂ ਜਦੋਂ 2 ਅਕਤੂਬਰ ਨੂੰ ਆਇਆ ਮੈਂ ਆਪਦੇ ਫਰੈਂਡ ਕੋਲ ਇੱਕ ਦਿਨ ਰਿਹਾ ਫਿਰ ਮੈਂ ਉੱਥੋਂ ਵੀ ਬੱਸ ਤੇ ਗਿਆ ਟਿਮਿੰਸ ਨੌਰਥ ਵਾਲੀ ਸਾਈਡ ਤੇ ਜਦੋਂ ਬੱਸ ਤੇ ਗਿਆ ਬੱਸ ਦੀ ਟਿਕਟ ਵੀ ਮੇਰੇ ਦੋਸਤ ਨੇ ਕਰਾ ਕੇ ਦਿੱਤੀ ਕੁੜੀ ਨੇ ਨਹੀਂ ਕਰਾ ਕੇ ਦਿੱਤੀ ਓਕੇ ਮੇਰੇ ਕੁੜੀ ਨੂੰ ਪਤਾ ਲੱਗਿਆ ਤੂੰ ਪਹੁੰਚ ਗਿਆ ਹਾਂਜੀ ਕੁੜੀ ਨੂੰ ਪਤਾ ਲੱਗਾ ਉਸ ਦਿਨ ਵੀ ਇਹਨੇ ਮੇਰੇ ਨਾਲ ਫੋਨ ਤੇ ਗੱਲ ਜਮਾਂ ਨਹੀਂ ਕੀਤੀ ਵੀ ਕਿਵੇਂ ਪਹੁੰਚ ਗਿਆ ਕਿਵੇਂ ਸਫ਼ਰ ਰਿਹਾ ਜਮਾਂ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਇੱਥੇ ਆ ਮੈਂ ਆਉਂਦੀ ਹਾਂ ਤੂੰ ਆ ਜਾ ਹਾਂ ਹਾਂ ਇੱਦਾਂ ਦੀ ਕੋਈ ਗੱਲ ਨਹੀਂ ਐ ਵੀ ਨਹੀਂ ਕਿਹਾ ਵੀ ਇੱਥੇ ਆਇਆ ਮੈਂ ਸਗੋਂ ਮੈਂ ਕਿਹਾ ਮੈਂ ਟਿਕਟ ਕਰਾ ਲਈ ਐਡਰੈਸ ਸੀ ਕੁੜੀ ਦਾ ਮੇਰੇ ਕੋਲ ਐਡਰੈਸ ਸੀਗਾ ਤੂੰ ਬਿਨਾਂ ਪੁੱਛੇ ਦੱਸੇ ਚਲੇ ਗਿਆ ਉੱਥੇ ਹਾਂਜੀ ਮੈਂ ਚਲਾ ਗਿਆ ਨਹੀਂ ਮੈਂ ਦੱਸਤਾ ਸੀਗਾ ਵੀ ਮੈਂ ਆ ਰਿਹਾਗਾ ਕੀ ਕਹਿੰਦੀ ਆ ਜਾ ਐਦਾਂ ਐਦਾਂ ਕੁਛ ਨਹੀਂ ਕਿਹਾ ਵੀ ਆਇਆ ਵੀ ਇਹ ਨਹੀਂ ਕਿਹਾ ਜਾ ਆ ਜਾ ਨਾ ਕੁਛ ਕਿੰਨੇ ਵਜੇ ਗਿਆ ਫਿਰ ਕੁੜੀ ਕੋਲ ਮੈਂ ਸਵੇਰ ਚੱਲਿਆ ਸੀ ਉਹ ਰਾਤੀ ਪਹੁੰਚਿਆ ਸੀ 9 ਵਜੇ 9 ਵਜੇ ਪਹੁੰਚਿਆ ਤੇ ਦੂਜੇ ਦਿਨ ਸਵੇਰ ਨੂੰ ਕਿੰਨੇ ਵਜੇ ਪਹੁੰਚਿਆ ਰਾਤੀ 9 ਵਜੇ ਪਹੁੰਚ ਗਿਆ ਸੀ ਮੈਂ ਟਿੰਮੀ ਜੀ ਟਿੰਮੀ ਰਾਤੀ 9 ਵਜੇ ਪਹੁੰਚ ਗਿਆ ਹਾਂਜੀ ਉਸ ਦਿਨ ਹੀ ਹਾਂਜੀ ਉਸੇ ਦਿਨ ਸਵੇਰ ਨੂੰ ਆਇਆ ਸੀ ਸ਼ਾਮ ਨੂੰ ਚਲ ਗਿਆ ਉੱਥੇ ਨਹੀਂ ਇੱਥੇ ਤਾਂ ਮੈਂ ਇੱਕ ਦਿਨ ਰਿਹਾ ਸੀਗਾ ਜੀ ਇੱਥੇ ਫਿਰ ਅਗਲੇ ਦਿਨ ਸਵੇਰ ਚੱਲਿਆ ਸੀ ਮੈਂ ਇੱਥੋਂ ਕਿਹੜੀ ਏਅਰਲਾਈਨ 'ਚ ਆਇਆ ਇੱਥੇ ਇੱਥੇ ਮੈਂ ਆਇਆ ਸੀਗਾ ਜੀ ਇਹ ਕੈਨੇਡਾ ਜਾਂ ਇੰਡੀਆ ਬੰਗਲਾਦੇਸ਼ ਬੰਗਲਾਦੇਸ਼ ਹਾਂਜੀ ਓ ਆਈ ਡੋਂਟ ਨੋ ਐਨੀਵੇ ਸੋ ਉਸ ਤੋਂ ਬਾਅਦ ਤੁਸੀਂ ਜਦੋਂ ਜਾਂਦੇ ਹੋ ਟਿੰਮੀ ਹਾਂਜੀ ਟਿੰਮੀ 'ਚ ਓਕੇ ਸੋ ਉੱਥੇ ਕਿੰਨੇ ਵਜੇ ਪਹੁੰਚੇ 9 ਵਜੇ ਰਾਤ ਨੂੰ 9 ਵਜੇ ਟੈਕਸੀ ਕੀਤੀ ਬੱਸ ਰਾਹੀਂ ਗਏ ਬੱਸ ਰਾਹੀਂ ਗਿਆ ਜੀ ਤਾਂ ਤੁਸੀਂ ਜਿਹੜਾ ਸਫ਼ਰ ਤੈਅ ਕੀਤਾ ਬੱਸ ਰਾਹੀਂ ਤੈਅ ਕੀਤਾ ਤਾਂ ਤੁਹਾਨੂੰ ਫਿਰ ਘਰ ਪਹੁੰਚਣ 'ਚ ਕੋਈ ਦਿੱਕਤ ਤਾਂ ਨਹੀਂ ਕਿਵੇਂ ਘਰ ਪਹੁੰਚੇ ਨਹੀਂ ਮੇਰਾ ਬੇਸਮੈਂਟ ਹੈ ਅਪਾਰਟਮੈਂਟ ਹੈ ਫਸਟ ਟਾਈਮ ਹਾਂਜੀ ਘਰ ਆਏ ਜੀ ਘਰ ਹੈ ਦਰਵਾਜ਼ਾ ਕਿਵੇਂ ਖੋਲ੍ਹਿਆ ਘਰ ਦਾ ਨਹੀਂ ਆਏ ਤਾਂ ਉਹ ਪਹਿਲਾਂ ਮੈਨੂੰ ਕਾਰ 'ਤੇ ਲੈਣ ਆਇਆ ਸੀ ਇੱਕ ਮੁੰਡਾ ਸੀਗਾ ਨਾਲ ਇੱਕ ਆਪ ਸੀਗੇ ਇੱਕ ਕੁੜੀ ਸੀ ਨਾਲ ਤਾਂ ਤੁਸੀਂ ਮੈਂ ਤੁਹਾਨੂੰ ਉਹਨੇ ਪਿਕ ਕੀਤਾ ਬੱਸ ਸਟੈਂਡ ਤੋਂ ਹਾਂਜੀ ਬੱਸ ਸਟੈਂਡ ਤੋਂ ਆਈ ਹੈ ਤੁਹਾਡੀ ਵਾਈਫ ਹਾਂਜੀ ਸੋ ਜੋ ਲੱਕੀ ਦੈਨ ਤੁਹਾਡੇ ਲਈ ਫਲ ਵਗੈਰਾ ਲੈ ਕੇ ਆਈ ਨਹੀਂ ਜੀ ਕੁਛ ਨਹੀਂ ਲੈ ਕੇ ਕੁਛ ਵੀ ਨਹੀਂ ਲੈ ਕੇ ਤੁਹਾਨੂੰ ਜਦੋਂ ਤੁਸੀਂ ਬੱਸ ਸਟੈਂਡ ਤੋਂ ਤੁਹਾਡੇ ਸੂਟਕੇਸ ਪੈਕ ਕੀਤੇ ਉਹਨੇ ਹੈਲਪ ਕੀਤੀ ਤੁਹਾਡੀ ਜਿਹੜੇ ਨਾਲ ਵਾਲਾ ਮੁੰਡਾ ਸੀ ਉਹਨੇ ਕਰਤੀ ਸੀ ਜੀ ਕੁੜੀ ਨੇ ਕੀਤੀ ਨਹੀਂ ਜੀ ਸੋ ਤੁਸੀਂ ਤਿੰਨ ਜਣੇ ਉਹ ਸੀ ਚੌਥੇ ਤੁਸੀਂ ਸੀਗੇ ਹਾਂਜੀ ਤਾਂ ਤੁਸੀਂ ਕਿਹੜੀ ਸੀਟ ਤੇ ਬੈਠੇ ਸੀ ਮੈਂ ਫਰੰਟ ਵਾਲੀ ਤੇ ਤਾਂ ਚਲਾਉਂਦਾ ਕੌਣ ਸੀ ਮੁੰਡਾ ਚਲਾ ਰਿਹਾ ਸੀਗਾ ਜੀ ਤਾਂ ਤੇਰੀ ਵਾਈਫ ਉਹ ਪਿੱਛੇ ਬੈਠੇ ਗਏ ਸੀ ਤਾਂ ਵਾਈਫ ਦੇ ਨਾਲ ਕੌਣ ਬੈਠਾ ਸੀ ਕੁੜੀ ਕੁੜੀ ਬੈਠੇ ਸੀ ਹਾਂਜੀ ਤਾਂ ਤੇਰੀ ਵਾਈਫ ਨੇ ਰਸਤੇ ਵਿੱਚ ਗੱਲਬਾਤ ਕੀਤੀ ਨਹੀਂ ਜੀ ਮੰਮੀ ਡੈਡੀ ਠੀਕ ਠਾਕ ਹੈ ਕੋਈ ਜਮਾ ਵੀ ਨਹੀਂ ਠੀਕ ਠਾਕ ਪਹੁੰਚੇ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਅੱਛਾ ਜੇ ਤੁਸੀਂ ਘਰ ਜਾਂਦੇ ਆ ਘਰ ਜਾ ਕੇ ਫਿਰ ਤੁਹਾਨੂੰ ਖਾਣਾ ਦਿੱਤਾ ਖਾਣਾ ਮੈਂ ਬਹਿ ਗਿਆ ਸੀਗਾ ਜੀ ਹਾਂ ਬਹਿ ਕੇ ਵੀ ਫਰੈਸ਼ ਵਗੈਰਾ ਹੋਇਆ ਮਾੜਾ ਮੋਟਾ ਫਰੈਸ਼ ਹੋਇਆ ਤੇ ਉਹ ਕਹਿੰਦੇ ਵੀ ਬਾਹਰ ਆ ਜਾਓ ਉਹਨਾਂ ਨੇ ਕੇਕ ਕੱਟਣਾ ਸੀਗਾ ਹਾਂਜੀ ਹਾਂ ਤੇ ਉਹ ਤੇ ਕੱਲਾ ਵੈਲਕਮ ਲਿਖਿਆ ਹੋਇਆ ਸੀ ਹੋਰ ਕੁਛ ਨਹੀਂ ਲਿਖਿਆ ਹੋਇਆ ਸੀ ਉਸ ਤੋਂ ਇਲਾਵਾ ਓਕੇ ਕੱਲਾ ਵੈਲਕਮ ਹਾਂ ਹੋਰ ਕੁਛ ਨਹੀਂ ਉਸ ਤੋਂ ਇਲਾਵਾ ਹੋਰ ਤੁਸੀਂ ਕੀ ਚਾਹੀਦਾ ਲਿਖਣਾ ਚਾਹੀਦਾ ਲਿਖਣਾ ਕੀ ਚਾਹੀਦਾ ਸੀਗਾ ਵੀ ਵੈਲਕਮ ਵੀ ਮੈਂ ਉਹਦਾ ਹਸਬੰਡ ਸੀਗਾ ਕੁਛ ਵੀ ਲਿਖ ਦਿੰਦੇ ਹਾਂ ਹੈ ਨਾ ਉਹ ਤੇ ਕੱਲਾ ਵੈਲਕਮ ਲਿਖਿਆ ਸੀ ਹੋਰ ਕੁਛ ਨਹੀਂ ਤੇ ਮੈਂ ਜਾ ਕੇ ਉਹਨਾਂ ਨੇ ਜਦੋਂ ਬਾਹਰ ਬੁਲਾਇਆ ਮੈਂ ਬਾਹਰ ਜਾ ਕੇ ਬਹਿ ਗਿਆ ਤੇ ਕੇਕ ਵੀ ਮੈਂ ਇਕੱਲੇ ਨੇ ਕੱਟਿਆ ਨਹੀਂ ਤਾਂ ਵਾਈਫ ਨਾਲ ਹੱਥ ਫੜ ਕੇ ਕਟਾ ਹੁੰਦੀ ਹੈ ਜਾਂ ਕੁਛ ਹੋਰ ਉਹਨਾਂ ਨੇ ਕੁਛ ਵੀ ਇੱਦਾਂ ਨਹੀਂ ਮੇਰੇ ਨਾਲ ਵੀ ਨਹੀਂ ਬੈਠੇ ਓਕੇ ਪਰ ਹੀ ਬੈਠੇ ਰਹੇ ਕੇਕ ਕੀ ਲੈਂਦੇ ਸੀ ਉਹ ਹਾਂਜੀ ਕੇਕ ਉਹ ਲੈਂਦਾ ਸੀਗਾ ਕੇਕ ਕੇਕ ਲੈਂਦਾ ਸੀਗਾ ਆਈ ਨਹੀਂ ਮੈਨੂੰ ਪਤਾ ਜੀ ਤੁਹਾਡੀ ਵਾਈਫ ਨੇ ਲੈਂਦਾ ਕੋਈ ਹਾਂਜੀ ਕੇਕ ਤਾਂ ਵਾਈਫ ਨੇ ਲਿਆ ਆਈ ਕੇਕ ਕੱਟੇ ਰਸਮ ਕੀਤੀ ਤੋਂ ਉਸ ਤੋਂ ਬਾਅਦ ਖਾਣਾ ਖਾਇਆ ਖਾਣਾ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਫਿਰ ਸੌਂ ਗਏ ਹਾਂਜੀ ਮੈਨੂੰ ਉਹਨਾਂ ਨੇ ਇਕੱਲਾ ਰੂਮ ਦਿੱਤਾ ਸੀਗਾ ਵੀ ਮੇਰੇ ਰੂਮ 'ਚ ਨਹੀਂ ਆਇਓ ਅੱਛਾ ਉੱਥੇ ਕਿੰਨੇ ਜਣੇ ਸੀ ਰੂਮ ਦੇ ਵਿੱਚ ਵਿੱਚ ਘਰ ਦੇ ਵਿੱਚ ਚਾਰ ਮੁੰਡੇ ਸੀ ਦੋ ਕੁੜੀਆਂ ਓ ਮਾਈ ਗੋਡ ਚਾਰ ਮੁੰਡੇ ਦੋ ਕੁੜੀਆਂ ਪਹਿਲਾਂ ਹੀ ਰਹਿੰਦੀਆਂ ਸੀ ਹਾਂਜੀ ਪਹਿਲਾਂ ਹੀ ਰਹਿੰਦੇ ਸੀਗੇ ਮੁੰਡੇ ਕੌਣ ਨੇ ਉਹ ਮੁੰਡੇ ਉਹਦੇ ਪਿੰਡ ਦੀ ਹੈ ਜੀ ਪਿੰਡ ਦੇ ਮੁੰਡਿਆਂ ਦੇ ਨਾਲ ਲਾਈਕ ਸਿਸਟਰ ਤੌਰ ਤੇ ਰਹਿੰਦੀ ਆ ਨਹੀਂ ਜੀ ਸਿਸਟਰ ਦੇ ਤੌਰ ਤੇ ਜਦੋਂ ਹਸਬੰਡ ਨਾਲ ਹਸਬੰਡ ਆ ਗਿਆ ਫਿਰ ਹਸਬੰਡ ਨਾਲ ਰਵੇ ਉਹਨਾਂ ਨਾਲ ਰਹਿਣ ਦਾ ਕੀ ਫਾਇਦਾ ਅੱਛਾ ਮੁੰਡੇ ਪਿੰਡ ਦੇ ਨੇ ਉਹ ਚਾਰੇ ਮੁੰਡੇ ਪਿੰਡ ਦੇ ਨੇ ਦੋ ਪਿੰਡ ਦੇ ਆ ਜੀ ਦੋ ਇੱਕ ਮੋਗੇ ਕੋਲੇ ਪਿੰਡ ਦਾ ਗਾ ਇੱਕ ਮੈਨੂੰ ਪਤਾ ਨਹੀਂ ਜੀ ਇੱਕ ਮੋਗੇ ਕੋਲ ਪਿੰਡ ਦਾ ਕਿਹੜਾ ਪਿੰਡ ਦਾ ਹੈ ਨਹੀਂ ਪਿੰਡ ਦਾ ਨਾਂ ਨਹੀਂ ਮੈਨੂੰ ਪਤਾ ਜੀ ਅੱਛਾ ਇੱਕ ਦੋ ਬਠਿੰਡੇ ਦੇ ਆ ਦੋ ਭਦੌੜ ਦੇ ਜੀ ਭਦੌੜ ਦੇ ਉਹਦੇ ਪਿੰਡ ਦੇ ਆ ਉਹਦੇ ਪਿੰਡ ਦੇ ਜੀ ਓ ਆਈ ਸੀ ਸੋ ਉਹਦੀ ਏਜ ਦੇ ਆ ਹਾਂਜੀ ਉਹਦੀ ਏਜ ਦੀ ਆ ਸੋ ਤੁਹਾਨੂੰ ਕਹਿਤਾ ਸੌਣ ਲੱਗੇ ਰਾਤ ਨੂੰ ਕਿੰਨੇ ਵਜੇ ਤੁਸੀਂ ਜਿਹੜੇ ਉਹਦੇ
ਦੱਸਿਆ ਜਿੱਦਣ ਤੂੰ ਆਇਆ ਨਹੀਂ ਵੀ ਹਾਂ ਉਦੋਂ ਨਹੀਂ ਦੱਸਿਆ ਜੀ ਮੈਨੂੰ ਪਹਿਲਾਂ ਉਸ ਤੋਂ ਪਹਿਲਾਂ ਤਾਂ ਮੈਂ ਪਤਾ ਨਹੀਂ ਕਲਾਸ ਪਹਿਲੋਂ ਆ ਹਾਂਜੀ ਤੁਹਾਨੂੰ ਉਹਨਾਂ ਨੇ ਚੰਗੀ ਤਰ੍ਹਾਂ ਟ੍ਰੀਟ ਕੀਤਾ ਸੀਗਾ ਨਹੀਂ ਜੀ ਬੁਲਾਇਆ ਮੁੰਡੇ ਨੇ ਬੁਲਾਇਆ ਤੈਨੂੰ ਮੈਂ ਵੀ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਮੇਰੀ ਗੱਲ ਸੁਣੋ ਪਰ ਉਹਨਾਂ ਨੇ ਬੁਲਾਇਆ ਨਹੀਂ ਮੈਨੂੰ ਇਗਨੋਰ ਕਰ ਦਿੰਦਾ ਜੀ ਤੁਹਾਡੀ ਵਾਈਫ ਨੇ ਤੁਸੀਂ ਵਾਈਫ ਨਾਲ ਟੱਚ ਕੀਤਾ ਨਹੀਂ ਜੀ ਟੱਚ ਕਰਨ ਹੀ ਨਹੀਂ ਦਿੱਤਾ ਉਹਨਾਂ ਨੇ ਪਹਿਲੇ ਦਿਨ ਤੁਸੀਂ ਅੱਗ ਨਹੀਂ ਕੀਤਾ ਨਹੀਂ ਟੱਚ ਕਰਨ ਹੀ ਨਹੀਂ ਦਿੱਤਾ ਜੀ ਉਹਨਾਂ ਨੇ ਤੁਸੀਂ ਇੱਕ ਪਾਸੇ ਗੱਲ ਵੀ ਨਹੀਂ ਕੀਤੀ ਇੱਕ ਦੂਜੇ ਨਾਲ ਨਹੀਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਲੇਕਿਨ ਗੱਲ ਕਰਦੇ ਨਹੀਂ ਸੀਗੇ ਉਹ ਨਹੀਂ ਪਹਿਲੀ ਰਾਤ ਜਦ ਤੁਸੀਂ ਗਏ ਆ ਕੀ ਕੱਟਿਆ ਤੁਹਾਨੂੰ ਰੋਟੀ ਦਿੱਤੀ ਖਾਣ ਨੂੰ ਰੋਟੀ ਦਿੱਤੀ ਸੀ ਉਹ ਤੋਂ ਬਾਅਦ ਫਿਰ ਕੀ ਹੋਇਆ ਜਲਦੀ ਕਰੋ ਜਰਾ ਸਰ ਸਭ ਲਾਈਨ 'ਚ ਉਹਨਾਂ ਨੂੰ ਹਾਂਜੀ ਜੀ ਕੈਰੀ ਔਨ ਪਲੀਜ਼ ਕਿਉਂਕਿ ਲੇਟ ਹੋ ਜਾਣਾ ਉੱਧਰੋਂ ਉਸ ਤੋਂ ਬਾਅਦ ਫਿਰ ਕੀ ਹੋਇਆ ਕੁਛ ਨਹੀਂ ਜੀ ਮੈਂ ਰੂਮ 'ਚ ਚਲਾ ਗਿਆ ਤੈਨੂੰ ਰੂਮ ਦਿੱਤਾ ਉਹਨਾਂ ਨੇ ਬੈਡਰੂਮ ਹਾਂਜੀ ਬੈਡਰੂਮ ਦਿੱਤਾ ਸੀਗਾ ਇੱਕ ਬੈਡਰੂਮ ਦੇ ਵਿੱਚ ਬੈੱਡ ਸੀਗਾ ਜਾਂ ਮੈਟਰਸ ਸੀਗਾ ਮੈਟਰਸ ਸੀਗਾ ਜੀ ਮੈਟਰਸ ਸੀਗਾ ਹਾਂਜੀ ਸੋ ਉਹ ਫਿਰ ਮੈਟਰਸ 'ਤੇ ਕੀ ਕਹਿੰਦੀ ਮੈਂ ਆ ਰਹੀ ਹਾਂ ਤੁਸੀਂ ਪੈ ਜਾਓ ਨਹੀਂ ਉਹ ਇੱਦਾਂ ਕੁਛ ਨਹੀਂ ਕਿਹਾ ਉਹ ਕਹਿੰਦੇ ਕਹਿੰਦੇ ਤੁਹਾਡਾ ਰੂਮ ਉਹ ਸੀ ਉੱਥੇ ਜਾ ਕੇ ਪੈ ਜਾਓ ਤਾਂ ਉਹਨੇ ਕਹਿਤਾ ਤੁਹਾਨੂੰ ਤੁਸੀਂ ਮੈਨੂੰ ਟੱਚ ਨਹੀਂ ਕਰਨਾ ਇੱਦਾਂ ਨਹੀਂ ਕੁਛ ਵੀ ਕਿਹਾ ਬਸ ਉਹ ਮੇਰੇ ਰੂਮ 'ਚ ਨਹੀਂ ਆਏ ਜੀ ਨਹੀਂ ਤੁਹਾਨੂੰ ਉਹਨੇ ਕੀ ਕਹਿਤਾ ਕਿ ਆਹ ਤੁਹਾਡੇ ਰੂਮ 'ਚ ਸੌਣ ਲਈ ਹਾਂਜੀ ਇੱਥੇ ਸੌ ਜਾਓ ਬਸ ਉਹਨੇ ਕਿਹਾ ਨਹੀਂ ਕਿ ਮੈਂ ਆ ਰਹੀ ਹਾਂ ਨਾ ਇੱਦਾਂ ਕੁਛ ਨਹੀਂ ਤੂੰ ਨਹੀਂ ਕਿਹਾ ਤੂੰ ਆ ਜਾ ਮੈਂ ਕਿਹਾ ਸੀਗਾ ਜੀ ਕੀ ਕਿਹਾ ਮੈਂ ਕਿਹਾ ਆ ਜਾਓ ਰੂਮ 'ਚ ਮੈਂ ਬਹੁਤ ਬੁਲਾਇਆ ਲੇਕਿਨ ਉਹ ਕਹਿੰਦੇ ਮੈਂ ਨਹੀਂ ਆਉਣਾ ਤੁਸੀਂ ਫੜ ਕੇ ਨਹੀਂ ਲਿਜਾਣ ਦੀ ਕੋਸ਼ਿਸ਼ ਕੀਤੀ ਵਾਈਫ ਸੀ ਬਾਹਾਂ ਫੜ ਕੇ ਗਿਲਾ ਸ਼ਿਕਵਾ ਸੀ ਤੁਸੀਂ ਵਾਈਫ ਨੂੰ ਫੜ ਕੇ ਕਹਿੰਦੇ ਕਿ ਨਹੀਂ ਮੈਂ ਤਾਂ ਕੀ ਨਾਮ ਹੈ ਲੜਕੀ ਦਾ ਇੰਸ਼ੂ ਕਮਨ ਬੇਟਾ ਨਹੀਂ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕੀ ਕੀਤੀ ਸੀ ਪੁੱਛ ਕੀਤਾ ਸੀ ਪੁੱਛ ਕੀਤਾ ਸੀਗਾ ਕੋਸ਼ਿਸ਼ ਕੀਤੀ ਮੈਸੇਜ ਬਹੁਤ ਕੀਤੇ ਫੋਨ ਕੀਤੇ ਵੀ ਆਇਓ ਰੂਮ 'ਚ ਲੇਕਿਨ ਨਹੀਂ ਉਹਨੂੰ ਕਹਿੰਦੇ ਮੈਂ ਨਹੀਂ ਆਉਣਾ ਫੋਨ ਕਹਿੰਦੇ ਕੀ ਲੋੜ ਸੀ ਇੱਕ ਘਰ ਦੇ ਵਿੱਚ ਤੁਸੀਂ ਰਹਿ ਰਹੇ ਸੀ ਨਹੀਂ ਫਿਰ ਵੀ ਮੈਂ ਕਿਹਾ ਚਲੋ ਹਨਾ ਕੋਸ਼ਿਸ਼ ਕਰ ਲੈਣੇ ਕਈ ਵਾਰੀ ਗੁੱਸਾ ਹੁੰਦਾ ਗਾ ਵੀ ਸਾਹਮਣੇ ਜਿਹੜੇ ਹੋਰ ਮੁੰਡੇ ਰਹਿੰਦੇ ਆ ਕਾਹਦੇ ਕੀ ਸੀਗਾ ਤੁਹਾਡੇ ਨਾਲ ਮੈਨੂੰ ਨਹੀਂ ਪਤਾ ਜੀ ਕੋਈ ਗਲਤੀ ਕੀਤੀ ਤੁਸੀਂ ਕੋਈ ਨਹੀਂ ਮੈਂ ਕੋਈ ਗਲਤੀ ਨਹੀਂ ਕੀਤੀ ਤੁਸੀਂ ਆਪਣੀ ਵਾਈਫ ਨੂੰ ਸੈਟੀਸਫਾਈਡ ਨਹੀਂ ਕੀਤਾ ਵਿਆਹ 'ਚ ਨਹੀਂ ਕੀਤਾ ਸੀਗਾ ਜੀ ਤਾਂ ਜੇ ਸੈਟੀਸਫਾਈਡ ਕੀਤਾ ਹੁੰਦਾ ਤਾਂ ਤੁਹਾਡੀ ਵਾਈਫ ਤੁਹਾਡੇ ਤੇ ਮਰਦੀ ਤੁਹਾਨੂੰ ਪਿਆਰ ਮੁਹੱਬਤ ਦੇ ਨਾਲ ਉਡੀਕ ਕਰਦੀ ਪਰ ਇੱਕ ਪਾਸੇ ਕੇਕ ਵੀ ਲੈ ਕੇ ਆਈ ਆ ਤੁਹਾਨੂੰ ਇਹ ਉਹਨਾਂ ਨੇ ਪਿਕ ਵੀ ਕੀਤਾ ਪਰ ਏਅਰਪੋਰਟ 'ਤੇ ਨਹੀਂ ਇਹ ਵੱਖਰੀ ਗੱਲ ਹੈ ਪਰ ਉਸ ਦਿਨ ਰਾਤ ਤੁਹਾਡੇ ਨਾਲ ਬਿਲਕੁਲ ਨਹੀਂ ਸੁੱਤੀ ਤਾਂ ਤੁਹਾਡੇ ਨਾਲ ਤੁਸੀਂ ਬੈੱਡ 'ਤੇ ਇਕੱਲੇ ਆਪਣੇ ਮੈਟਸ ਪਏ ਅਤੇ ਰਾਤ ਕੱਟੀ ਹਾਂਜੀ ਤਾਂ ਤੁਹਾਡੀ ਵਾਈਫ ਨੇ ਤੁਹਾਡਾ ਦੂਜੇ ਦਿਨ ਬ੍ਰੇਕਫਾਸਟ ਲੰਚ ਵਗੈਰਾ ਬਣਾਇਆ ਨਹੀਂ ਜੀ ਕਿੰਨੇ ਦਿਨ ਤੁਸੀਂ ਰਹੇ ਉੱਥੇ ਮੈਂ 7-8 ਦਿਨ ਰਹਾਂਗਾ 7-8 ਦਿਨ ਵਿੱਚ ਤੁਹਾਡੇ ਨਾਲ ਰਹੀ ਨਹੀਂ ਬਿਲਕੁਲ ਬਿਲਕੁਲ ਵੀ ਨਹੀਂ ਰਹੀ ਜੀ ਇੱਕ ਰਾਤ ਨਹੀਂ ਸੁੱਤੀ ਹਾਂਜੀ ਨਹੀਂ ਤੁਸੀਂ ਸੌਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਨਹੀਂ ਮੈਂ ਬਹੁਤ ਕੀਤੀ ਹੈ ਜੀ ਕੋਸ਼ਿਸ਼ ਤਾਂ ਉਹ ਫਿਰ ਜਿਹੜੇ ਚਾਰ ਮੁੰਡੇ ਸੀਗੇ ਦੋ ਕੁੜੀਆਂ ਸੀਗੀਆਂ ਉਹ ਕਿਤੇ ਸੌਂਦੇ ਕਿਵੇਂ ਸੀ ਤੁਸੀਂ ਉੱਥੇ ਘਰ 'ਚ ਕਿੰਨੇ ਕਮਰੇ ਸੀ ਤਿੰਨ ਰੂਮ ਸੀਗੇ ਜੀ ਤੇ ਸੌਂਦੇ ਕਿਵੇਂ ਸੀ ਤੁਸੀਂ ਮੈਂ ਇਕੱਲਾ ਸੌਂਦਾ ਸੀਗਾ ਉਹ ਦੋ ਰੂਮਾਂ 'ਚ ਉਹ ਸੌਂਦੇ ਸੀਗੇ ਜੀ ਉਹ ਕੌਣ ਵੀ ਚਾਰ ਮੁੰਡੇ ਸੀ ਤੇ ਦੋ ਕੁੜੀਆਂ ਸੀਗਾ ਜੀ ਨਹੀਂ ਦੋ ਮੁੰਡੇ ਦੋ ਕੁੜੀਆਂ ਇੱਕ ਤੇਰੇ ਕੋਲ ਇਕੱਲੇ ਕੋਲ ਮੈਂ ਤਾਂ ਇਕੱਲਾ ਹੀ ਸੌਂਦਾ ਸੀਗਾ ਜੀ ਮੈਂ ਇਕੱਲਾ ਸੌਂਦਾ ਸੀਗਾ ਨਹੀਂ ਜੀ ਤੁਹਾਡੇ ਕੋਲ ਰੂਮ ਸੀ ਜਾਂ ਤੁਸੀਂ ਲਿਵਿੰਗ ਰੂਮ ਸੀਗਾ ਸੀਗਾ ਤੇ ਦੂਜੀਆਂ ਕੁੜੀਆਂ ਤੇ ਉਹ ਕਿੱਥੇ ਸੌਂਦੇ ਸੀ ਉਹ ਰੂਮ 'ਚ ਸੌਂਦੇ ਸੀਗੇ ਚਾਰ ਮੁੰਡੇ ਸੀ ਤੇ ਦੋ ਕੁੜੀਆਂ ਸੀਗੀਆਂ ਚਾਰ ਮੁੰਡੇ ਦੋ ਕੁੜੀਆਂ ਹਾਂਜੀ ਮਤਲਬ ਕੁੜੀਆਂ ਦੋ ਇੱਕ ਪਾਸੇ ਹਾਂਜੀ ਨਹੀਂ ਐਂ ਨਹੀਂ ਮੈਨੂੰ ਪਤਾ ਜੀ ਵੀ ਉਹ ਸੌਂਦੇ ਸੀਗੇ ਵੀ ਇੱਕ ਮੁੰਡਾ ਤੇ ਇੱਕ ਕੁੜੀ ਹੁੰਦੀ ਸੀ ਜੀ ਇੱਕ ਮੁੰਡਾ ਤੇ ਇੱਕ ਕੁੜੀ ਹਾਂਜੀ ਤੇ ਇੱਕ ਕੁੜੀ ਦੀ ਸਹੇਲੀ ਆਉਂਦੀ ਹੁੰਦੀ ਸੀਗੀ ਹਾਂ ਇੱਕ ਮੁੰਡਾ ਬਾਹਰ ਸੌਂਦਾ ਸੀਗਾ ਇੱਕ ਹੋਰ ਕੁੜੀ ਮੁੰਡੇ ਨਾਲ ਹੀ ਸੌਂਦੀ ਤੁਹਾਡੀ ਵਾਈਫ ਕਿੰਨੇ ਸੌਂਦੀ ਸੀ ਖਾਣ ਨਾਲ ਹੈ ਜੀ ਖਾਣ ਨਾਲ ਓ ਮਾਈ ਗੋਡ ਕਮ ਔਨ ਬੇਬੀ ਜੀ ਸ਼ੋਰ ਹਾਂਜੀ ਯੈਸ ਤੁਹਾਡੀ ਵਾਈਫ ਤੁਹਾਡੇ ਸਾਹਮਣੇ ਇੱਕ ਖਾਨ ਮੁੰਡਾ ਸੀ ਜਿਹਨੇ ਸੌਂਦੀ ਸੀ ਉਹ ਹਾਂਜੀ ਮੈਂ ਵਾਸ਼ਰੂਮ ਕਰਨ ਗਿਆ ਸੀਗਾ ਉਦੋਂ ਵੀ ਲਿਵਿੰਗ ਰੂਮ 'ਚ ਸੁੱਤੇ ਪਏ ਸੀ ਇੱਕ ਰਜਾਈ 'ਚ ਮੈਂ ਸੁੱਤੇ ਦੇਖਿਆਗਾ ਜਦੋਂ ਮੈਂ ਬਾਹਰ ਗਿਆ ਉਹਦੀ ਉਹ ਮੁੰਡਾ ਉੱਠ ਖੜਿਆ ਇੱਕ ਰਜਾਈ 'ਚ ਮੈਨੇ ਦੇਖਿਆ ਸੁੱਤਿਆਂ ਨੂੰ ਪਹਿਲੇ ਦਿਨ ਨਹੀਂ ਕਹਿ ਸਕਦਾ ਜੀ ਦੂਜੇ ਤੀਜੇ ਦਿਨ ਦੇਖ ਲਿਆ ਸੀਗਾ ਦੂਜੇ ਤੁਸੀਂ ਦੇਖਿਆ ਕਿ ਤੁਹਾਡੀ ਵਾਈਫ ਇੱਕ ਕਮਰ ਵਿੱਚ ਇੱਕ ਰਜਾਈ ਵਿੱਚ ਦੋਨੇ ਜਾਣੇ ਸੁੱਤੇ ਪਏ ਸੀ ਹਾਂਜੀ ਜੀ ਸ਼ੋਰ ਤੁਹਾਡੀ ਵਾਈਫ ਸੀ ਹਾਂਜੀ ਵਾਈਫ ਸੀ ਮੇਰੀ ਵਾਈਫ ਨੂੰ ਪਹਿਚਾਣਦਾ ਮੈਂ ਲਾਈਟ ਆਨ ਸੀ ਹਾਂਜੀ ਲਾਈਟ ਆਨ ਸੀਗੀ ਲਾਈਟ ਰਕਮ ਆਨ ਸੀ ਹਾਂਜੀ ਤਾਂ ਉਹਨਾਂ ਤੁਹਾਨੂੰ ਦੇਖ ਲਿਆ ਕਿ ਤੁਸੀਂ ਅੰਦਰ ਆ ਗਏ ਹੋ ਮੈਂ ਵਾਸ਼ਰੂਮ ਕਰਨ ਗਿਆ ਸੀਗਾ ਉਦੋਂ ਦੇਖ ਲਿਆ ਸੀਗਾ ਜੀ ਉਹਨਾਂ ਨੇ ਉਹਨਾਂ ਨੇ ਦੇਖ ਲਿਆ ਹਾਂਜੀ ਫਿਰ ਉਹਨਾਂ ਨੇ ਐਕਸ਼ਨ ਕੀ ਸੀ ਉਹਨਾਂ ਨੇ ਬਾਡੀ ਦੇ ਰਿਐਕਸ਼ਨ ਕੁਛ ਨਹੀਂ ਸੀ ਬਸ ਉਹਨਾਂ ਨੇ ਮੂੰਹ ਉੜ ਗਿਆ ਸੀਗੇ ਲਾਈਕ ਉਹਨਾਂ ਨੇ ਮਨ ਦੇ ਉੱਪਰ ਕੋਈ ਅਦਾਸੀ ਕੋਈ ਡਰ ਪਾਇਆ ਸੀਗਾ ਹਾਂਜੀ ਡਰ ਤਾਂ ਹੈਗਾ ਹੀ ਸੀਗਾ ਜੀ ਮੁੰਡਾ ਡਰ ਗਿਆ ਸੀ ਹਾਂਜੀ ਤਾਂ ਹੀ ਤਾਂ ਖੜਾ ਹੋ ਗਿਆ ਸੀਗਾ ਇੱਕ ਨੂੰ ਬੈਠ ਗਿਆ ਸੀਗਾ ਮੁੰਡਾ ਉੱਠ ਕੇ ਬੈਠ ਗਿਆ ਹਾਂਜੀ ਤੁਹਾਡੀ ਵਾਈਫ ਪਈ ਰਹੀ ਉਹ ਨਹੀਂ ਡਰੀ ਉਹ ਨਹੀਂ ਡਰੀ ਮੁੰਡਾ ਖਾਨ ਹੈ ਜਿਹਦੇ ਨਾਲ ਸੁੱਤੀ ਹੈ ਹਾਂਜੀ ਮੈਨੇ ਇੱਕ ਹਾਂਜੀ ਮੈਨੇ ਇੱਕ ਕੰਬਲ 'ਚ ਖੁਦ ਨੇ ਦੇਖਿਆ ਗਾ ਇਹ ਚੀਜ਼ ਵੀ ਲਿਵਿੰਗ ਰੂਮ 'ਚ ਸੁੱਤੇ ਪਏ ਸੀਗੇ ਤੁਸੀਂ ਕਹਿੰਦੇ ਕੀ ਕਰਦੇ ਹੋ ਮੈਂ ਜੇ ਕਹਿੰਦਾ ਜੀ ਉਲਟਾ ਮੇਰੇ 'ਤੇ ਕੋਈ ਐਕਸ਼ਨ ਲੈ ਲੈਂਦੇ ਫੇਰ ਜੀ ਤੁਹਾਨੂੰ ਕਿੱਦਾਂ ਪਤਾ ਕਿ ਤੁਹਾਡੀ ਵਾਈਫ ਉਹ
ਜਿਵੇਂ ਨਾਰਮਲ ਆਪਾਂ ਸੈਕਸ ਵਗੈਰਾ ਕਰਦੇ ਹੁੰਨੇ ਜੀ। ਓ ਮਾਈ ਗੋਡ ਪਲੀਜ਼ ਗਿਵ ਮੀ ਬ੍ਰੇਕ। ਯੂ ਸ਼ੋਰ? ਯਾ। ਤੁਸੀਂ ਹੱਸ ਰਹੇ ਹੋ? ਨਹੀਂ ਹੱਸ ਤਾਂ ਕੀ ਰਹੇ ਹਾਂ ਜੀ, ਹੁਣ ਜਦੋਂ ਪਤਾ ਹੀ ਹੈ ਜੀ, ਜਦੋਂ ਉਹਨੇ ਹੁਣ ਮੇਰੇ ਜਮਾ ਹੀ ਤੁਸੀਂ ਰੋ ਰਹੇ ਹੋ ਤੋੜਤਾ। ਹਾਂਜੀ। ਓ ਮਾਈ ਗੋਡ, ਤੁਹਾਡੀ ਵਾਈਫ ਜਿਹੜੀ ਹੈ ਬਗਾਨੇ ਮੁੰਡੇ ਦੇ ਨਾਲ, ਪਿੰਡ ਦੇ ਮੁੰਡੇ ਨਾਲ ਸੌ ਰਹੀ ਸੀ ਤੇ ਰਾਤ ਨੂੰ ਆਵਾਜ਼ਾਂ ਆਉਂਦੀਆਂ ਸੀ, ਤੁਹਾਨੂੰ ਸੁਣਦੀਆਂ ਸੀ ਆਵਾਜ਼ਾਂ? ਹਾਂਜੀ ਹਾਂਜੀ, ਆਵਾਜ਼ਾਂ ਉੱਚੀ ਆਉਂਦੀਆਂ ਸੀ। ਹਾਂਜੀ। ਹੁਸਲੇ ਕੇ ਘਰਾੜੇ ਕੀ ਲੋਕਾਂ ਨੂੰ ਆਦਤ ਹੁੰਦੀ ਆ, ਇੱਕ ਨੈਚੁਰਲ ਤੌਰ ਤੇ ਘਰਾੜੇ ਮਾਰਦੇ ਨੇ? ਨਹੀਂ ਨਹੀਂ ਨਹੀਂ, ਘਰਾੜੇ ਉਹ ਤਾਂ ਆਵਾਜ਼ ਡਿਫਰੈਂਟ ਹੁੰਦੀ ਆ, ਦੂਜੀ ਆਵਾਜ਼ ਘਰਾੜੇ ਆਵਾਜ਼ ਹੁੰਦੀ ਆ। ਇਸ ਤਰ੍ਹਾਂ ਆਵਾਜ਼ ਸੀ? ਨਹੀਂ ਨਹੀਂ ਜੀ। ਤੇ ਹੋਰ ਕਿਹੜੀ ਆਵਾਜ਼ ਸੀ ਫਿਰ? ਉਹ ਸੈਕਸ ਵਾਲੀ ਆਵਾਜ਼ ਸੀ ਜੀ। ਲਾਈਕ ਵਾਟ, ਕਿਸ ਤਰ੍ਹਾਂ ਸੀ? ਪੇਸ਼ ਕਰੋ, ਸੈਂਪਲ ਦਿਓ। ਏਦਾਂ ਦੀ ਸੀਗੀ। ਦੁਬਾਰਾ ਬੋਲੋ। ਏਦਾਂ ਦੀ ਸੀ ਜੀ। ਨਹੀਂ, ਇਹ ਲੜਕੀ ਦੀ ਆਵਾਜ਼ ਸੀ ਜਾਂ ਲੜਕੀ ਦੀ? ਲੜਕੀਆਂ ਦੀ ਸੀ ਜੀ, ਲੜਕੀ ਦੀ ਸੀਗੀ। ਲੜਕੀ ਦੀ ਆਵਾਜ਼ ਸੀਗੀ, ਮਤਲਬ ਤੁਹਾਡੀ ਵਾਈਫ ਦੀ ਆਵਾਜ਼ ਸੀ? ਕੀ ਆਵਾਜ਼ ਸੀ? ਉੱਚੀ ਬੋਲ, ਥੋੜੀ ਜਿਹੀ ਮਾਈਕ ਤੇ ਬੋਲੋ। ਏਦਾਂ ਦੀ ਇਤਨੀ ਆਵਾਜ਼ਾਂ ਆਉਂਦੀਆਂ ਸੀਗੀਆਂ? ਹਾਂਜੀ। ਕਿੰਨਾ ਸਮਾਂ ਆਉਂਦੀਆਂ ਸੀ ਆਵਾਜ਼ਾਂ ਇਦਾਂ ਦੀਆਂ? ਕਿੱਦਾਂ ਜੀ? ਕਿੰਨਾ ਸਮਾਂ ਆਉਂਦੀਆਂ ਰਹੀਆਂ ਆਵਾਜ਼ਾਂ ਇਹੋ ਜਿਹੀਆਂ? ਕਿੰਨਾ ਟਾਈਮ ਆਉਂਦੀਆਂ? ਕਿੰਨਾ ਟਾਈਮ ਇਹ ਆਵਾਜ਼? ਅੱਧਾ ਘੰਟਾ ਘੰਟਾ ਆਉਂਦੀਆਂ ਜੀ। ਹਾਂਜੀ, ਅੱਧਾ ਘੰਟਾ ਘੰਟਾ ਆਉਂਦੀਆਂ ਸੀ ਹਰ ਰੋਜ਼? ਨਹੀਂ, ਮੈਂ ਹਫ਼ਤਾ ਕਰਿਆ ਉੱਥੇ, ਮੈਨੂੰ ਤਿੰਨ ਚਾਰ ਦਿਨ ਆਈਆਂ। ਇਹ ਮਤਲਬ ਹਫ਼ਤੇ ਵਿੱਚ ਚਾਰ ਪੰਜ ਦਿਨ ਰਹੇ ਆ? ਹਾਂਜੀ। ਮਤਲਬ ਕਿ ਰੋਜ਼ ਆਵਾਜ਼ਾਂ ਇਹੋ ਜਿਹੀਆਂ ਆਉਂਦੀਆਂ ਸੀ? ਹਾਂਜੀ। ਕਿੰਨੇ ਕੁ ਵਜੇ ਆਵਾਜ਼ਾਂ ਸ਼ੁਰੂ ਹੁੰਦੀਆਂ ਸੀ? ਇਹ ਰਾਤੀ ਹੁੰਦੀਆਂ ਸੀ। ਕਿੰਨੇ ਕੁ ਵਜੇ ਨਾਲ? ਨੀਅਰ ਅਬਾਊਟ 11-12 ਵਜੇ ਜੀ। ਤੇ ਜਦੋਂ ਇਹ ਆਵਾਜ਼ਾਂ ਆਉਂਦੀਆਂ ਸੀਗੀਆਂ ਤੇ ਤੁਹਾਡਾ ਮਨ ਜਿਹੜਾ ਸੀਗਾ ਰੋਂਦਾ ਨਹੀਂ ਸੀਗਾ? ਰੋਂਦਾ ਕਿਉਂ ਨਹੀਂ ਸੀਗਾ ਜੀ, ਮੇਰਾ ਤਾਂ ਜੀ ਕਰਦਾ ਸੀ ਜਿਹੜੇ ਨਾਲ ਰਹਿੰਦੇ ਆ ਉਹਨਾਂ ਨੂੰ ਮੈਂ ਦੱਸਾਂ, ਪਰ ਮੈਂ ਹੁਣ ਨਵਾਂ ਆਇਆ ਸੀਗਾ ਜੀ, ਮੈਨੂੰ ਕੋਈ ਦੱਸਿਆ ਆਪਣੇ ਸੱਸ ਸਹੁਰੇ ਨੂੰ ਕਿ ਤੁਹਾਡੀ ਦੀ ਆ ਜੀ? ਮੈਂ ਦੱਸਿਆ, ਮੈਂ ਸਭ ਦੱਸਿਆ ਜੀ, ਮੈਂ ਮੁੰਡਾ ਨਾਲ ਰਹਿੰਦਾ, ਮੈਂ ਇਹ ਵੀ ਦੱਸਿਆ ਜੀ। ਹਾਂ, ਉਹਨਾਂ ਨੇ ਬਸ ਗੋਲੇ ਨਹੀਂ ਜੀ ਸਾਨੂੰ। ਨਹੀਂ, ਤੁਹਾਡੇ ਗਲਤ ਕੀ ਬੀਤੀ ਸੀ ਜਾਂ ਤੁਹਾਡੀ ਵਾਈਫ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ? ਦੁਬਾਰਾ ਕੱਢ ਕੇ ਦੱਸੋ ਆਵਾਜ਼ਾਂ। ਓ ਮਾਈ ਗੋਡ, ਕਮ ਔਨ ਬੇਬੀ ਪਲੀਜ਼। ਇਹੋ ਜਿਹੀਆਂ ਕਲਹਿਣੀਆਂ ਔਰਤਾਂ, ਹਸਬੈਂਡ ਕੋਲ ਪਿਆ ਹੋਵੇ ਤੇ ਇਹੋ ਜਿਹੀਆਂ ਆਵਾਜ਼ਾਂ ਆਉਂਦੀਆਂ, ਹੁਣ ਤੁਹਾਨੂੰ ਸ਼ਰਮ ਨਹੀਂ ਆਈ? ਸ਼ਰਮ? ਮੈਨੂੰ ਗੁੱਸਾ ਬਹੁਤ ਆਉਂਦਾ ਸੀਗਾ ਜੀ, ਮੈਨੂੰ ਰਾਤ ਨੂੰ ਰੋਣਾ ਨਿਕਲ ਜਾਂਦਾ ਸੀ ਮੇਰਾ ਜਦੋਂ ਮੇਰੇ ਕੋਲ ਆ ਕੇ ਨਹੀਂ ਪੈਂਦੀ ਸੀਗੀ। ਤੂੰ ਦੱਸਿਆ ਕਿ ਆਪਣੀ ਮਤਲਬ ਪਰਿਵਾਰ ਨੂੰ, ਸੱਸ ਸਹੁਰੇ ਨੂੰ ਕਿ ਮੇਰੀ ਵਾਈਫ ਜਿਹੜੀ ਹੈ ਦੂਜਿਆਂ ਨਾਲ ਸੁਣਦੀ ਹੈ ਤੇ ਇਹੋ ਜਿਹੀਆਂ ਆਵਾਜ਼ਾਂ ਕਰਦੀ ਹੈ? ਮੈਂ ਦੱਸਿਆ ਸੀਗਾ ਜੀ ਜਦੋਂ ਵੀ ਐਂ ਲਾ ਲਓ, ਮੈਂ ਜਾਣ ਕੇ ਕਰਦੇ ਸੀਗੇ ਆਵਾਜ਼ਾਂ ਕੱਢਦੇ? ਨਹੀਂ ਨਹੀਂ, ਜਦੋਂ ਮੈਂ ਤਿੰਨ ਚਾਰ ਵਾਰੀ ਉੱਠਿਆ ਜੀ, ਹੁਣ ਸੁੱਤੀ ਹੁੰਦੀ ਸੀ ਘਰ ਵਾਲੀ, ਮੈਨੇ ਖੁਦ ਨੇ ਦੇਖਿਆ ਹੈ ਤਾਂ ਅੱਖੀ ਸੁੱਤੀ ਹੁੰਦੀ ਆ, ਹੁਣ ਸੁੱਤੇ ਹੋਏ ਆਪਣੇ ਕੱਪੜਾ ਕਈ ਵਾਰੀ ਉੱਤੇ ਨੀਵਾਂ ਹੁੰਦਾ ਗਾ, ਮੁੰਡੇ ਜਾ ਕੇ ਪੰਗੇ ਲੈਣ ਲੱਗ ਜਾਂਦੇ, ਉਠਾਉਂਦੇ ਸੀ ਉਹਨੂੰ, ਹੱਥ ਮਰੋੜ ਦਿੰਦੇ ਸੀਗੇ। ਹਾਂ, ਮੇਰੇ ਸਾਹਮਣੇ ਇੱਕ ਦੋ ਵਾਰੀ ਤਾਂ ਗਾਲ ਵੀ ਕੱਢੀ ਹੈ ਮੁੰਡੇ ਨੇ। ਹਾਂ, ਤੁਹਾਡੀ ਘਰ ਵਾਲੀ ਨੂੰ? ਹਾਂ, ਕਿਹੜੀ ਗੱਲ ਤੋਂ? ਉਈ ਵੀ ਮਾੜੀ ਮੋਟੀ ਉਈ ਮਜ਼ਾਕ ਮਜ਼ਾਕ ਜਿਹਾ ਕੁਛ ਵੀ ਕਹਿ ਦਿੰਦੇ ਸੀ, ਗਾਲ ਕੱਢ ਦਿੰਦੇ ਸੀਗੇ। ਗਾਲ ਕੱਢਣ ਦਾ ਕੀ ਤਰੀਕਾ? ਉਦੋਂ ਮੈਨੂੰ ਬਹੁਤ ਗੁੱਸਾ ਆਉਂਦਾ ਸੀਗਾ, ਮਤਲਬ ਬੈੱਡ ਤੇ ਪੈ ਕੇ ਉਹਨੂੰ ਗਾਲ ਕੱਢਦਾ ਸੀਗਾ? ਹਾਂ, ਵਜਾ ਬਾਂਹ ਬਰੋੜਾ ਲੱਗ ਜਾਂਦੇ ਸੀਗੇ ਤੇਰੇ ਸਾਹਮਣੇ। ਹਾਂ, ਬੈੱਡ ਤੇ ਜਾ ਕੇ ਤੂੰ ਦੇਖਦਾ ਸੀ? ਹਾਂਜੀ ਹਾਂਜੀ, ਮੈਂ ਦੇਖਿਆ ਉਹ ਤਾਂ ਦੋ ਤਿੰਨ ਵਾਰੀ। ਤੇਰੀ ਅੱਖਾਂ ਨੇ ਸਭ ਕੁਝ ਬਰਦਾਸ਼ਤ ਕਿਵੇਂ ਕੀਤਾ? ਬਰਦਾਸ਼ਤ ਕੀ ਜੀ, ਮੇਰਾ ਸੁਸਾਈਡ ਕਰਨ ਨੂੰ ਦਿਲ ਕਰਨ ਲੱਗ ਗਿਆ ਸੀਗਾ ਜੀ। ਸੁਸਾਈਡ ਨਹੀਂ ਕਰਨਾ, ਦਿਸ ਪਾਰਟ ਆਫ ਲਾਈਫ। ਸੋ ਤੇਰੀ ਵਾਈਫ ਨੂੰ ਸ਼ਰਮ ਨਹੀਂ ਆ ਰਹੀ ਕਿ ਇਹ ਚੀਜ਼ਾਂ ਕਰਦੀ ਨੂੰ? ਈਸ਼ਾ ਦੇ ਡੈਡੀ ਲਾਈਨ ਤੇ ਨੇ ਜੀ। ਹਾਂਜੀ, ਲਾਈਨ ਤੇ ਨੇ ਡੈਡੀ? ਡੈਡੀ ਲਾਈਨ ਤੇ। ਕੀ ਨਾਮ ਹੈ ਤੁਹਾਡਾ, ਗੱਲ ਕਰੋ। ਹੈਲੋ ਹੈਲੋ। ਹਾਂਜੀ ਹਾਂਜੀ, ਕਿਵੇਂ ਹੋ? ਠੀਕ ਹੈ ਜੀ। ਮੈਂ ਅਭਿਸ਼ੇਕ ਗੱਲ ਕਰ ਰਿਹਾ ਜੀ। ਹਾਂਜੀ, ਤੁਹਾਨੂੰ ਪਤਾ ਹੀ ਹੈ ਜੀ ਤੁਹਾਡੀ ਕੁੜੀ ਨੇ ਜੋ ਕੀਤਾ ਮੇਰੇ ਨਾਲ। ਨਹੀਂ, ਮੈਨੂੰ ਸਾਰਾ ਹੀ ਪਤਾ ਜੋ ਤੁਸੀਂ ਕੀਤਾ। ਹਾਂਜੀ ਦੱਸੋ, ਮੈਂ ਸਬੂਤ ਇੱਥੇ ਦਿਖਾ ਦਿੰਦਾ ਜੀ, ਪ੍ਰੂਫ ਇੱਥੇ ਮੈਂ ਕਰ ਦੇਣਾ, ਤੁਸੀਂ ਪ੍ਰੂਫ ਕਰ ਦਿਓ ਜੋ ਮੈਂ ਕੀਤਾ ਗਾ। ਪ੍ਰੂਫ ਹਲੇ ਵੀ ਤੁਹਾਨੂੰ 3 ਮਹੀਨੇ ਪ੍ਰੂਫ ਮੈਂ ਕਰ ਦੇਣਾ ਜੀ, ਤੁਸੀਂ ਕਰ ਦਿਓ। ਮੈਂ 3-4 ਮਹੀਨੇ ਮੈਂ ਤਾਂ ਨਹੀਂ, 3-4 ਮਹੀਨੇ ਪੁਲ 'ਚ ਹੁਣ ਵੀ ਕੌਣ ਮੁੱਕਰੇ ਜੀ, ਸਾਰਿਆਂ ਨੂੰ ਪਤਾ ਜੀ। ਜੋ ਗੱਲ ਕਰ ਲਈ, ਨਹੀਂ ਨਹੀਂ, ਹੁਣ ਪ੍ਰੂਫ ਕਰਾਂਗੇ ਜੀ, ਪ੍ਰੂਫ ਕਰੋ, ਪ੍ਰੂਫ ਕਰੋ ਜੀ, ਪ੍ਰੂਫ ਮੇਰੇ ਕੋਲ ਆ, ਪ੍ਰੂਫ ਤੁਸੀਂ ਕਰੋ। ਜਿਹੜਾ ਬੰਦਾ ਤੁਸੀਂ ਵਿੱਚ ਲਿਆਓ, ਸਾਰੇ ਬੰਦੇ ਸਾਡੇ ਨਾਲ ਹੈ ਭਦੌੜ ਦੇ, ਜਿਹੜੇ ਤੁਸੀਂ ਬੰਦੇ ਵਿੱਚ ਪਾਏ, ਜਿਹੜੇ ਭਦੌੜ ਦੇ ਤੁਸੀਂ ਬੰਦੇ ਵਿੱਚ ਪਾਏ ਹੈ ਨਾ ਜੀ, ਸਾਰੇ ਵਿੱਚ ਹੈ ਉਹ ਸਾਰੇ। ਮੈਨੂੰ ਐਂ ਦੱਸੋ, ਹਾਂਜੀ ਹਾਂਜੀ ਬੋਲੋ, ਬੰਦਿਆਂ ਲਈ ਗੱਲ ਕੋਈ ਕਰਨੀ ਹੈ, ਕਿਹੜੀ ਕੀ ਕਰਨੀ ਹੈ? ਨਹੀਂ ਨਹੀਂ, ਉਹ ਕਰਾਂਗੇ ਜੀ, ਕੋਈ ਨਹੀਂ, ਹੁਣ ਗੱਲ ਹੀ ਕਰਨੀ ਹੈ ਹੁਣ। ਜਿਵੇਂ ਫੋਨ ਕਾਹਦੇ ਵਾਸਤੇ ਫੋਨ ਕਰਿਆ ਉਹ ਦੱਸੋ। ਨਹੀਂ ਨਹੀਂ, ਗੱਲ ਤਾਂ ਕਰਾਂਗੇ ਨਾ ਜੀ, ਜਿਵੇਂ ਹੁਣ ਤੁਹਾਡੀ ਕੁੜੀ ਮੁੱਕਰੀ ਗਈ ਆ ਜੀ, ਤੁਸੀਂ ਥਾਣੇ ਜਾ ਕੇ ਮੁੱਕਰ ਗਏ ਜੀ ਜਮਾ, ਪਹਿਲਾਂ ਜਿਹੜਾ ਤੁਸੀਂ ਮੁੱਕਰ ਗਏ ਜੀ। ਕੌਣ ਮੁੱਕਰੇ? ਕਰਾ ਦੀ ਮੰਮੀ ਨਾਲ ਗੱਲ। ਹਾਂ ਕੋਈ ਨੀ, ਕਰਾ ਦੂੰਗਾ ਜੀ ਮੈਂ, ਦੱਸ ਦੇ ਨਾ ਗੱਲ ਕਰਾ, ਤੂੰ ਆਪਣੀ ਗੱਲ ਕਰ ਨਾ ਕਿ ਉਹ ਉਹਦੇ ਸਾਰੀ ਜਵਾਨ ਕਰਕੇ ਮੁੱਕਰੇ। ਹਾਂਜੀ, ਜਿਹੜੇ ਮੁੰਡੇ ਉਹਦੇ ਨਾਲ ਰਹਿੰਦੇ ਆ ਜੀ, ਉਹ ਦੱਸੋ ਜੀ।
ਮੇਰੇ ਨਾਲ ਨਹੀਂ ਆਈ ਇੱਕ ਦਿਨ ਇੱਕ ਨਹੀਂ ਹਾਂਜੀ ਹਾਂਜੀ ਤੇ ਗੱਲ ਕਰਨਾ ਸਾਨੂੰ ਕਹਿੰਦੇ ਵੀ ਮੁੱਕਰ ਗਏ ਉਹਦੇ ਚਾਚੇ ਨੂੰ ਜਾਂ ਉਹਦੀ ਮੰਮੀ ਨੂੰ ਕਿਵੇਂ ਜੀ ਜਿਹੜੀ ਰਾਤ ਨੂੰ ਆਵਾਜ਼ਾਂ ਆਉਂਦੀਆਂ ਸੀ ਮੇਰਾ ਉਦੋਂ ਸੁਸਾਈਡ ਕਰਨ ਨੂੰ ਮੈਂ ਉਦੋਂ ਤੁਹਾਨੂੰ ਇੱਕ ਦਿਨ ਪਹਿਲਾਂ ਕਾਲ ਕਰਕੇ ਵੀ ਦੱਸਿਆਗਾ ਇੱਕ ਦਿਨ ਮੈਂ ਪਹਿਲਾਂ ਉਹਦੀ ਸਾਰੀ ਰਿਕਾਰਡਿੰਗ ਪਈ ਹੈ ਮੇਰੇ ਨਾਲ ਚਾਲਾ ਕੌਣ ਖੇਡਦਾ ਜੀ ਲੜਕੀ ਦੇ ਸਾਰੀ ਲੜਕੀ ਗੱਲ ਨੀ ਕੋਈ ਕਰਦੇ ਜੀ ਸਾਰੀ ਅਸੀਂ ਮੈਂ ਤੁਹਾਨੂੰ ਉਹੀ ਦੱਸੀ ਨਾ ਪ੍ਰੂਫ ਕਰ ਦਾਂਗੇ ਕੌਣ ਗਲਤ ਹੈ ਕੌਣ ਸਹੀ ਹੈ ਤੂੰ ਦੱਸ ਕਿ ਤੁਹਾਡੀ ਲੜਕੀ ਜਿਹੜੀ ਦੂਜੇ ਮੁੰਡੇ ਤੁਹਾਡੀ ਕੁੜੀ ਦੂਜੇ ਮੁੰਡੇ ਨਾਲ ਮੈਂ ਦੇਖੀ ਹੈ ਹਾਂਜੀ ਕਰ ਲਾਂਗੇ ਜੀ ਅਸੀਂ ਤਾਂ ਪ੍ਰੂਫ ਹੀ ਕਰਨਾ ਜੀ ਜਿਹੜੀ ਕੋਈ ਗੱਲ ਜੇ ਤੋ ਕੀ ਕੰਮ ਦੀ ਗੱਲ ਕਰਨੀ ਹੈ ਤਾਂ ਦੱਸੋ ਕੰਮ ਦੀ ਤਾਂ ਇਹ ਕੀ ਜੀ ਤੁਹਾਡੀ ਕੁੜੀ ਜਾ ਜਦੋਂ ਮੈਂ ਉੱਥੇ ਗਿਆ ਹਫ਼ਤਾ ਰਿਹਾ ਮੈਂ ਮੇਰੇ ਨਾਲ ਰਹੀ ਨੀ ਰਾਤ ਨੂੰ ਜਦੋਂ ਮੈਂ ਇਕੱਲਾ ਹੁੰਦਾ ਸੀ ਰਾਤ ਨੂੰ ਵਾਜਾਂ ਆਉਂਦੀਆਂ ਸੀਗੀ ਤੂੰ ਉੱਥੇ ਚਾਲਾਂ ਖੇਡ ਕੇ ਕਿਉਂ ਆਇਆਗਾ ਕਿਹੜੀ ਚਾਲਾਂ ਖੇਡ ਕੇ ਦੱਸੋ ਇੱਕੋ ਚਾਲ ਵੀ ਦੱਸੋ ਜੀ ਦੱਸੋ ਕਿਹੜੀਆਂ ਚਾਲਾਂ ਜੀ ਚਾਲ ਦੱਸੋ ਚਾਲ ਦੱਸੋ ਕਿਹੜੀ ਚਾਲ ਖੇਡ ਕੇ ਦੱਸੋ ਜਿਹੜੀ ਉਹਦੀ ਫਰੈਂਡ ਸੀਗੀ ਉਹਦੀ ਫਰੈਂਡ ਥਰੂ ਮੈਂ ਮਨਾਇਆ ਹਾਂ ਫਿਰ ਦਿਖਾਓ ਰਿਕਾਰਡਿੰਗਾਂ ਸੁਣਾਓ ਸੁਣਾਓ ਓਹੋ ਪ੍ਰੂਫ ਕਰੋ ਜੀ ਪ੍ਰੂਫ ਕਰੋ ਪ੍ਰੂਫ ਕਰੋ ਇੱਥੇ ਬੈਠੇ ਆ ਪ੍ਰੂਫ ਕਰੋ ਸਾਰੇ ਕਰਨਗੇ ਮੈਂ ਵੀ ਕਰੂੰਗਾ ਪ੍ਰੂਫ ਮੈਂ ਵੀ ਕਰੂੰਗਾ ਉਹਨੂੰ ਜਦੋਂ ਮੈਂ ਜਦੋਂ ਕੈਨੇਡਾ ਗਿਆ ਮੈਂ ਉਹਦੇ ਕੋਲੇ ਗਿਆ ਜਦੋਂ ਮੈਂ ਉਹਨੂੰ ਬੱਸ ਤੇ ਪਿਕਅਪ ਕਰਨ ਕਰਿਆ ਉਹਨੂੰ ਮੈਨੂੰ ਔਕਵਰਡ ਫੀਲ ਲੱਗਿਆ ਲੜਕੇ ਨੇ ਸੋਹਣੀ ਸਵਾਜਾ ਨਾ ਕਰ ਲੜਕੇ ਦੇ ਨਾਲ ਸੋਹਣੀ ਸੀ ਮੈਨੇ ਖੁਦ ਨੇ ਦੇਖਿਆਗਾ ਉਹ ਕੋਲੇ ਕਿਹੜਾ ਹੈਗਾ ਕਿਵੇਂ ਗੱਲ ਕਰਾਉ ਮੇਰੀ ਗੱਲ ਕਿਉਂ ਤੁਹਾਨੂੰ ਵਿੱਚ ਕੌਣ ਬੋਲਦਾ ਉਹਦੇ ਨਾਲ ਯਾਰ ਉਹਦੇ ਨਾਲ ਤਾਂ ਤੁਸੀਂ ਗੱਲ ਛੱਡੋ ਮੇਰੇ ਨਾਲ ਕਰੋ ਸਬੂਤ ਹੈਗਾ ਪ੍ਰੂਫ ਕਰੋ ਤੁਸੀਂ ਉਹ ਤਾਂ ਨਹੀਂ ਕਰਦੇ ਜੀ ਤੁਹਾਡੇ ਨਾਲ ਐਨੀਵੇ ਅਸੀਂ ਵਾਪਸ ਆ ਰਹੇ ਹਾਂ ਔਰ ਲਾਈਨ ਨੂੰ ਹੋਲਡ ਰੱਖੋ ਜੀ ਇੱਕ ਸੈਕਿੰਡ ਲਾਈਨ ਨੂੰ ਹੋਲਡ ਰੱਖੋ ਮੁਕੇਸ਼ ਜੀ ਸਿੱਧ ਸਾਹਿਬ ਇਹਨਾਂ ਨੂੰ ਹੋਲਡ ਰਖਾਓ ਮੁਕੇਸ਼ ਜੀ ਨੂੰ ਸਿੱਧ ਸਾਹਿਬ ਇਹਨਾਂ ਨੂੰ ਇੱਕ ਮਿੰਟ ਲਾਈਨ ਜਲਦੀ ਨੱਪੇ ਕਰਕੇ ਹੋਲਡ ਕਰਾਓ ਕਿ ਅਸੀਂ ਗੱਲ ਕਰਨੀ ਆ ਸਿੱਧ ਸਾਹਿਬ ਇਹਨਾਂ ਨੂੰ ਦੱਸੋ ਅਸੀਂ ਕਿੱਥੋਂ ਬੋਲ ਰਹੇ ਹਾਂ ਪਲੀਜ਼ ਕਹਿ ਨੂੰ ਦੱਸ ਕੇ ਆਉਣੇ ਯਾਰ ਪਾਇਆ ਸੀ ਕਿਸੇ ਨੂੰ ਵੀ ਆਪਾਂ ਬਿਨਾਂ ਦੱਸੇ ਆਉਣੇ ਨਹੀਂ ਪਾਉਂਦੇ ਨਹੀਂ ਸਿੱਧ ਸਾਹਿਬ ਮੇਰੇ ਕਹਿਣ ਦਾ ਭਾਵ ਹੈ ਕਿ ਦੱਸੋ ਕਿ ਅਸੀਂ ਹੁਣ ਗੱਲ ਕਰਨੀ ਆ ਇਹਨਾਂ ਨੂੰ ਬਕਾਇਦਾ ਦੱਸ ਚੁੱਕਾ ਕਿ ਤੁਸੀਂ ਗੱਲ ਕਰੋ ਓਕੇ ਜੀ ਰੈਡੀ ਪ੍ਰੋਸੀਡ ਕਰੋ ਮੁਕੇਸ਼ ਜੀ ਵੈਲਕਮ ਟੂ ਸ਼ੋ ਮੁਕੇਸ਼ ਜੀ ਮੈਂ ਜੋਗਿੰਦਰ ਬਾਸੀ ਬੋਲ ਰਿਹਾ ਬੀਬੀਸੀ ਟੋਰਾਂਟੋ ਕੈਨੇਡਾ ਤੋਂ ਅਸੀਂ ਗੱਲ ਕਰ ਰਹੇ ਹਾਂ ਕੌਣ ਬੋਲ ਰਹੇ ਜੀ ਮੈਂ ਜੋਗਿੰਦਰ ਬਾਸੀ ਬੋਲ ਰਿਹਾ ਔਰ ਅਸੀਂ ਪਿਛਲੇ 41 ਸਾਲ ਤੋਂ ਕੈਨੇਡਾ ਦੀ ਧਰਤੀ ਤੋਂ ਪ੍ਰੋਗਰਾਮ ਚਲਾ ਰਹੇ ਹਾਂ ਜਿਸ ਦੇ ਵਿੱਚ ਜਿਹੜੀਆਂ ਸਟੋਰੀਆਂ ਨੇ ਮੈਰਿਜ ਦੀਆਂ ਫਰੋਡ ਸਟੋਰੀਆਂ ਜਿਹੜਾ ਫਰੋਡ ਨੇ ਉਹਨਾਂ ਨੂੰ ਅਸੀਂ ਕਵਰ ਕਰਦੇ ਹਾਂ ਇਹ ਲੜਕਾ ਜਿਹੜਾ ਤੁਹਾਡਾ ਜਵਾਈ ਹੈ ਇਹਨੇ ਆਪਣੀ ਕੰਪਲੇਂਟ ਸਾਡੇ ਹੈੱਡ ਆਫਿਸ ਭੇਜੀ ਹੈ ਔਰ ਇਹ ਦੋਸ਼ ਲਾ ਰਿਹਾ ਹੈ ਇਹ ਲੜਕਾ ਕਹਿ ਰਿਹਾ ਅਸੀਂ ਨਹੀਂ ਕਹਿ ਰਹੇ ਕਿ ਇਹ ਕਹਿੰਦਾ ਕਿ ਮੇਰੇ ਨਾਲ ਫਰੋਡ ਹੋਇਆ ਤੇ 16 ਲੱਖ ਰੁਪਈਆ ਅਸੀਂ ਫੀਸ ਦਾ ਤਾਰਿਆ ਆ ਔਰ ਸਾਡੀ ਸ਼ਾਦੀ ਰੀਅਲ ਸ਼ਾਦੀ ਹੋਈ ਹੈ ਤੇ ਲੜਕੀ ਨੇ ਏਅਰਪੋਰਟ ਤੋਂ ਆਣ ਕੇ ਮੈਨੂੰ ਪਿੱਕ ਨਹੀਂ ਕੀਤਾ ਜਦੋਂ ਮੈਂ ਲੜਕੀ ਦੇ ਕੋਲ ਗਿਆ ਤੇ ਮੇਰੇ ਨਾਲ ਮਿਸ ਵੇਵ ਕੀਤਾ ਔਰ ਉਹ ਕਿਸੇ ਹੋਰ ਪਿੰਡ ਦੇ ਲੜਕਿਆਂ ਦੇ ਨਾਲ ਰਾਤਾਂ ਨੂੰ ਸੌਂਦੀ ਸੀ ਤਾਂ ਵੱਖ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਇਹਦੇ ਕੰਨਾਂ ਨੇ ਸੁਣੀਆਂ ਅਤੇ ਅੱਖਾਂ ਨੇ ਵੇਖੀਆਂ ਤਾਂ ਇਹਨੂੰ ਮਨ ਨੂੰ ਬੜਾ ਇਹ ਗਿਲਾ ਆ ਸ਼ਿਕਵਾ ਆ ਇਹਦੇ ਮਨ ਦੇ ਵਿੱਚ ਇਹ ਆ ਕਿ ਇਹਨਾਂ ਨਾਲ ਫਰੋਡ ਹੋਇਆ ਮੁਕੇਸ਼ ਸਿੰਘ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਬੰਦਾ ਤੁਹਾਡੇ ਨਾਲ ਬੋਲਦਾ ਉਹ ਗੱਲ ਕਰਨੀ ਚਾਹੁੰਦਾ ਉਹ ਮੈਂ ਹਾਂ ਮੇਰੇ ਨਾਲ ਜੋਗਿੰਦਰ ਬਾਸੀ ਹੈ ਮੈਂ ਕੈਨੇਡੀਅਨ ਜਰਨਲਿਸਟ ਨੂੰ ਇਹਦੇ ਵਿੱਚ ਫਰੋਡ ਇਨਵੋਲਵ ਹੈ 16 ਲੱਖ ਰੁਪਈਆ ਤੁਸੀਂ ਫੀਸ ਲਵਾ ਕੇ ਇਸ ਲੜਕੇ ਦੀ ਸ਼ਾਦੀ ਕਰਕੇ ਤੁਹਾਡੀ ਲੜਕੀ ਜਿਹੜੀ ਹੈ ਲੜਕੀ ਨੂੰ ਏਅਰਪੋਰਟ ਤੋਂ ਨਹੀਂ ਪਿੱਕ ਕਰਦੀ ਉਹਦੀ ਚੁਆਇਸ ਹੈ ਆਪਣੀ ਉਹ ਰਹਿਣਾ ਜਾਂ ਨਹੀਂ ਰਹਿਣਾ ਤੁਹਾਡੇ ਮੁਤਾਬਕ ਇਹ ਜੋ ਲੜਕਾ ਕਹਿ ਰਿਹਾ ਇਹ ਸਹੀ ਕਹਿ ਰਿਹਾ ਜੇ ਗਲਤ ਕਹਿ ਰਿਹਾ ਤੁਸੀਂ ਹੁਣ ਮੈਂ ਤੁਹਾਨੂੰ ਸਾਰੀ ਗੱਲ ਸਮਝਾ ਦਿੰਦਾ ਜੀ ਜੀ ਮੇਰੇ ਕੋਲ ਇਹਨਾਂ ਦੀ ਤੁਸੀਂ ਮੁਕੇਸ਼ ਜੀ ਸਾਡੇ ਸੁਣੋ ਮੁਕੇਸ਼ ਜੀ ਤੁਸੀਂ ਸਾਡੇ ਸਿਰ ਦੇ ਤਾਜ ਹੋ ਤੁਹਾਡਾ ਪੂਰਾ ਸਤਿਕਾਰ ਹੈ ਮੈਂ ਤੁਹਾਡੀ ਸਾਰੀ ਗੱਲ ਸੁਣ ਲਈ ਜੀ ਕੈਰੀ ਓਨ ਹੁਣ ਤੁਸੀਂ ਮੇਰੀ ਜੇ ਥੋੜੀ ਗੱਲ ਸੁਣੋਗੇ ਜੀ ਬਿਲਕੁਲ ਕੈਰੀ ਓਨ ਮੈਨੂੰ ਇਹ ਨਹੀਂ ਪਤਾ ਵੀ ਤੁਹਾਨੂੰ ਇਹਨੇ ਕੀ ਕਿਹਾ ਕੀ ਨਹੀਂ ਕਿਹਾ ਤੁਹਾਡੇ ਸਾਹਮਣੇ ਜੋ ਕਿਹਾ ਸਾਡੇ ਕੋਲੇ ਬਹੁਤ ਝੂਠ ਫੰਗ ਬੋਲੇ ਆ ਜੀ ਤੇ ਹੈਂਡ ਫਰੀ ਕਰ ਲਓ ਮੈਨੂੰ ਕੋਈ ਉਹ ਨਹੀਂ ਹੈਗੀ ਚੇਪ ਨਹੀਂ ਹੈਗੀ ਤੁਹਾਡੀ ਗੱਲਾਂ ਇਹਨਾਂ ਨੇ ਤੁਹਾਨੂੰ ਆਹ ਦੱਸੀਆਂ ਨੇ ਜੀ ਜੀ ਕਰ ਰਹੇ ਆ ਇਹ ਕੱਲੀ ਕੱਲੀ ਗੱਲ ਦਾ ਪ੍ਰੂਫ ਆ ਮੇਰੇ ਕੋਲੇ ਜੀ ਕਿਹੜੀ ਗੱਲ ਦਾ ਪ੍ਰੂਫ ਤੁਹਾਡੇ ਕੋਲ ਆ ਜਿਹੜਾ ਤਾਂ ਇਹ ਤੁਸੀਂ ਪਹਿਲੀ ਗੱਲ ਸ਼ੁਰੂ ਕਰੋ ਮੈਂ ਤੁਹਾਨੂੰ ਉਸੇ ਗੱਲ ਦਾ ਜਵਾਬ ਦੇਵਾਂਗਾ ਹਾਂਜੀ ਇਹ ਕਹਿ ਰਹੇ ਨੇ ਕਿ ਜਦੋਂ ਮੈਂ ਗਿਆ ਆ ਤੁਹਾਡੀ ਧੀ ਰਾਣੀ ਨੇ ਏਅਰਪੋਰਟ ਤੇ ਪਿੱਕ ਨਹੀਂ ਕੀਤਾ ਉਸ ਤੋਂ ਬਾਅਦ ਹਾਂਜੀ ਉਹਨਾਂ ਨੇ ਇਹਨੂੰ ਇਹ ਗੱਲ ਦਾ ਜਵਾਬ ਲੈ ਲਓ ਇਹ ਗੱਲ ਦੀ ਮੇਰੇ ਇਹਦੇ ਮੂੰਹੋਂ ਰਿਕਾਰਡਿੰਗ ਪਈ ਆ ਜੀ ਬੋਲੋ ਇਹਨਾਂ ਦੇ ਉਤਰਨਾ ਸੀ ਟੋਰਾਂਟੋ ਜੀ ਠੀਕ ਹੈ ਜੀ ਗੁੜੀਆ ਟੀਮੀ ਨਸ ਆ ਹਾਂ ਤੁਹਾਨੂੰ ਪਤਾ ਵੀ ਟੋਰਾਂਟੋ ਟੀਮੀ ਨਸ ਦੇ ਕਿੰਨੀ ਉਹ ਹੈਗੀ ਦੂਰੀ ਆ ਜੀ ਫਿਰ ਇਹਨਾਂ ਨੇ ਇੱਕ ਦੋ ਦਿਨ ਇਹ ਕਹਿੰਦੇ ਵੀ ਅਸੀਂ ਆਪਦੇ ਦੋਸਤ ਕੋਲੇ ਰੁਕਣਾ ਗਾ ਜੀ ਠੀਕ ਹੈ ਜੀ ਉਦੋਂ ਬਾਅਦ ਉੱਥੋਂ ਗੁੜੀਆ ਨੇ ਟਿਕਟ ਬੁੱਕ ਕਰਾਉਣੀ ਸੀ ਉਹਦੀ ਬੱਸ ਦੀ ਉਹ ਪਤਾ ਨੀ ਗੁੜੀਆ ਨੇ ਕਰਾਈ ਕਿੰਨੇ ਦੋਸਤ ਨੇ ਕਰਾਈ ਜੀ
ਠੀਕ ਆ ਉਦੋਂ ਬਾਅਦ ਉੱਥੋਂ ਏਅਰ ਉੱਥੋਂ ਰਿਸੀਵ ਕੀਤਾ ਗੁੜੀਆਂ ਨੇ ਘਰੇ ਇੰਜੋਏ ਕੀਤਾ ਕੇਕ ਕੱਟਿਆ ਪੁੱਛੋ ਇਹਨਾਂ ਨੂੰ ਕੇਕ ਕੱਟਿਆ ਇੰਜੋਏ ਕੀਤਾ ਜਾਂ ਨਹੀਂ ਕੀਤਾ ਇਹ ਕਹਿੰਦੇ ਕਿ ਕੇਕ ਕੱਟਿਆ ਕੱਲਾ ਕੇਕ ਕੱਟਿਆ ਕੱਲਾ ਕੇਕ ਕੱਟਿਆ ਉਹ ਮੈਂ ਦੱਸਦਾ ਇੰਜੋਏ ਕੀਤਾ ਕਿਹੜਾ ਇੰਜੋਏ ਕੀਤਾ ਕੀ ਇੰਜੋਏ ਕੀਤਾ ਦੱਸਿਓ मुकेश बोलने तरीका सिफ्ट बनी है मैं बंदा नहीं है मैं एक जर्नलिस्ट हूं मैं ओनर स्टेशन का मालिक हां और अपनी गल करन च आ गया जी मैं एक सेकंड मुकेश जी थोड़ी आवाज कोशिश की और विदाउट मैनर्स गल कीते आई एम टेलिंग यू यू मस्ट बिहेव योरसेल्फ तुसी मेरे नाल कर लो जेड़ी सोनू जानकारी चाहिंदी आ थोड़ा ए लड़का दोष ला रहा कि थोड़ी धी राणी मैं नहीं कह रहा ये कह रहे हैं कि जेड़े थोड़े पिंड दे लड़के आ उन्हां दे नाल रह रही है मैं कहा कि भैण भरा रह रहे ओही गल करदा जी जी जो भी ये गल करते जी ठीक है मेरे को कली कली गल कर लो मैं सुनो कली कली गल का जवाब दूंगा जी ਤੁਸੀਂ ਕਹਿੰਦੇ ਕਿ ਕੇਕ ਕੱਟਿਆ ਨੋ ਡਾਊਟ ਮੈਂ ਪੁੱਛ ਰਿਹਾ ਹਾਂਜੀ ਮੁਕੇਸ਼ ਜੀ ਇੱਕ ਸੈਕਿੰਡ ਤੁਹਾਨੂੰ ਜਿਹੜੀ ਗੱਲ ਇਹ ਕਹਿੰਦੇ ਆ ਉਹਦਾ ਤੁਹਾਨੂੰ ਪ੍ਰੂਫ ਦੇਊਂਗਾ ਓਕੇ ਜੀ ਮੁਕੇਸ਼ ਜੀ ਇਹਨਾਂ ਨੂੰ ਮੈਂ ਪੁੱਛਿਆ ਕਿ 16 ਲੱਖ ਰੁਪਈਆ ਤੁਹਾਡੇ ਕਹਿਣ ਤੋਂ ਬਗੈਰ ਤੁਹਾਡੇ ਪੁੱਛਣ ਤੋਂ ਬਗੈਰ ਕਿ 16 ਲੱਖ ਰੁਪਈਏ ਦੇ ਤੇ ਚੈੱਕ ਸੀਗੇ ਤੁਸੀਂ ਉਹਦੇ ਉੱਪਰ ਕੇਨ ਸਾਈਨ ਕੀਤੇ ਆ ਕੇ ਨਾਮ ਲਿਖਿਆ ਇਹ ਕਹਿੰਦੇ ਸੀ ਆਮ ਲਿਖਿਆ ਮੈਂ ਕਿ ਇਹ ਇੱਕ ਫਰਾਡ ਹੈ ਤੁਹਾਨੂੰ ਅਸੀਂ ਫਰਾਡ ਵਿੱਚ ਚਾਰਜ ਕਰਾ ਸਕਦੇ ਹਾਂ ਮੈਂ ਆਲਰੇਡੀ ਤੁਹਾਡੇ ਜਵਾਈ ਨੂੰ ਕਹਿ ਚੁੱਕਾ ਹਾਂ ਕਾਨੂੰਨ ਆਗਿਆ ਦਿੰਦਾ ਕਿ ਤੁਸੀਂ ਕਿਸੇ ਬਲੈਂਕ ਚੈੱਕ ਦੇ ਉੱਪਰ ਆਪਣੀ ਮਰਜ਼ੀ ਦੇ ਨਾਲ ਸਾਈਨ ਲਿਖ ਲਓ ਪੇਬਲ ਟੂ ਔਰ ਡੇਟ ਪਾ ਦਿਓ ਅਮਾਊਂਟ ਪਾ ਦਿਓ ਇੱਕ ਫਰਾਡ ਹੈ ਇਹ ਫਰਾਡ ਦੇ ਵਿੱਚ ਚਾਰਜ ਹੋ ਸਕਦੇ ਆ ਚਾਹੇ ਇਹਦੀ ਮਦਰ ਹੈ ਚਾਹੇ ਇਹ ਆਪ ਹੈ ਨੰਬਰ 1 ਨੰਬਰ 2 ਹਾਂਜੀ ਇੱਕ ਸੈਕਿੰਡ ਸਾਡੇ ਮੇਰੀ ਗੱਲ ਸੁਣੋ ਅਸੀਂ ਵਿਆਹ ਕੀਤਾ ਜੀ ਇੱਕ ਸੈਕਿੰਡ ਸੁਣੋ ਮੇਰੀ ਗੱਲ ਦੂਜੀ ਗੱਲ ਹੈ ਤੁਹਾਡੇ ਪੁੱਛਣ ਤੋਂ ਬਗੈਰ ਅਸੀਂ ਜਰਨਲਿਜ਼ਮ ਦੇ ਵਿੱਚ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਲੋਕਾਂ ਨੂੰ ਸਿਖਾ ਲਿਆ 41 ਸਾਲ ਦਾ ਮੇਰਾ ਐਕਸਪੀਰੀਅੰਸ ਇਸ ਫੀਲਡ ਦਾ ਤੁਸੀਂ ਕਹਿ ਰਹੇ ਹੋ ਕਿਸ ਬੰਦੇ ਨੂੰ ਮੇਰੇ ਨਾਲ ਜਗਿੰਦਰ ਬਾਸੀ ਹੈ ਕੀਪ ਇਨ ਮਾਈਂਡ ਮਿਸਟਰ ਮੁਕੇਸ਼ ਤੁਹਾਡੀ ਉਮਰ ਨਹੀਂ ਹੋਣੀ ਜਿੰਨੀ ਮੇਰੀ ਉਮਰ ਹੈ ਮੈਂ ਇਹ ਨੰਬਰ ਤੁਹਾਡਾ ਹੀ ਹੈ ਜੀ ਇਹ ਨੰਬਰ ਮੇਰਾ ਹੈ ਔਰ ਤੁਸੀਂ ਤੁਹਾਨੂੰ ਸਾਰੀ ਰਿਕਾਰਡਿੰਗ ਭੇਜਾਂਗੇ ਤੁਹਾਡਾ ਇਹ ਬੱਚਾ ਇਹ ਕਲੇਮ ਕਰ ਰਿਹਾ ਇਹ ਬਲੇਮ ਕਰ ਰਿਹਾ ਅਸੀਂ ਨਹੀਂ ਕਰ ਰਹੇ ਇਹ ਕਹਿ ਰਿਹਾ ਕਿ ਮੇਰੀ ਵਾਈਫ ਨੇ ਕੇਕ ਕੱਟਿਆ ਜ਼ਰੂਰ ਕੱਟਿਆ ਪਰ ਉਸ ਤੋਂ ਬਾਅਦ ਉਸਨੇ ਮੇਰੇ ਨਾਲ ਮਿਸਬਿਹੇਵ ਕੀਤਾ ਰਾਤਾਂ ਨੂੰ ਇਹ ਕਿਸੇ ਬਗਾਨੇ ਲੜਕੇ ਦੇ ਨਾਲ ਆਰਾਮ ਫਰਮਾਉਂਦੀ ਸੀ ਜਿਹੜੀ ਕਿ ਮੈਂ ਪਿਆਰ ਗਵਾਜ ਸੁਣੀ ਜੀ ਇਹਨਾਂ ਨੇ ਇੱਥੇ ਜਾ ਕੇ ਕਿਹੜੇ ਮੁੜਕੇ ਡਰਾਮੇ ਖੇਡੇ ਆ ਦੱਸੋ ਕਿਹੜੇ ਖੇਡੇ ਦੱਸੋ ਇਹਨਾਂ ਨੇ ਇੱਥੇ ਆ ਕੇ ਇੱਥੇ ਕਹਿਣ ਲੱਗੇ ਵੀ ਮੈਨੂੰ ਬੁਲਾਉਂਦੀ ਨਹੀਂ ਜੀ ਵੀ ਮੇਰੇ ਨਾਲ ਕੋਈ ਗੱਲ ਨਹੀਂ ਕਰੀ ਮੈਨੂੰ ਬੁਲਾਇਆ ਨਹੀਂ ਮੈਂ ਕਮਰੇ 'ਚ ਇਕੱਲਾ ਬੈਠਾ ਰਹਿੰਦਾ ਸੀ ਤੇ ਇਕੱਲਾ ਹੀ ਬੈਠਾ ਰਹਿੰਦਾ ਸੀ ਮੈਂ ਜੀ ਇਹੀ ਗੱਲ ਤੁਹਾਨੂੰ ਕਹਿ ਰਹੇ ਆ ਜੀ 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 ਠੀਕ ਹੈ ਨਾ ਜੀ ਇਹ ਚੀਜ਼ ਦੀ ਇਹਨਾਂ ਨਾਲ ਇਸ ਮੇਰੀ ਗੁੜੀਆ ਦੀ ਗੱਲ ਹੋਈ ਆ ਉਦੋਂ ਬਾਅਦ ਇਹਨਾਂ 'ਚ ਸਾਸੀ ਇਕੱਠੇ ਹੋਏ ਸੀਗੇ ਬਠਿੰਡੇ ਜੀ ਪੰਚਾਇਤ ਇਕੱਠੀ ਹੋਈ ਸੀ ਜੀ ਉੱਥੇ ਇਹਨਾਂ ਨੂੰ ਅਸੀਂ ਸਮਾਂ ਦੇਤਾ ਮਹੀਨੇ 20 ਦਿਨ ਦਾ ਜੀ ਵੀ ਤੁਸੀਂ ਆਸ ਵਿੱਚ ਫੋਨ ਤੇ ਸਾਰੀ ਗੱਲਬਾਤ ਕਰੋ ਜੋ ਤੁਹਾਡੇ 'ਚ ਗਿੱਲਾ ਸ਼ਿਕਵਾ ਗਾ ਉਹਨੂੰ ਕਲੀਅਰ ਕਰ ਲਓ ਠੀਕ ਹੈ ਨਾਰਮਲ ਹੈ ਜੀ ਇਹਨਾਂ ਨੇ ਫੋਨ ਤੇ ਸਾਰੀਆਂ ਗੱਲਾਂ ਕਲੀਅਰ ਕਰ ਲਈਆਂ ਇਹ ਗੱਲ ਵੀ ਕਲੀਅਰ ਹੋਈ ਵੀ ਆ ਗੁੜੀਆ ਵੀ ਬੁਲਾਉਂਦੀ ਰਹੀ ਆ ਇਹ ਆਪ ਖੁਦ ਨਹੀਂ ਗਏ ਅੱਛਾ ਕੁੜੀ ਨੇ ਬੁਲਾਉਂਦੀ ਰਹੀ ਇਹ ਆਪ ਨਹੀਂ ਗਿਆ ਕੁੜੀ ਕੋਲ ਮੈਨੂੰ ਐ ਦੱਸੋ ਜੀ ਜਦੋਂ ਮੈਂ ਉਹਦੇ ਵਾਸਤੇ ਕੁੜੀ ਮੇਰੇ ਕੋਲ ਇਸ ਚੀਜ਼ ਦੀ ਵੀ ਰਿਕਾਰਡਿੰਗ ਪਈ ਹੈ ਜੋ ਮੇਰੇ ਕੋਲ ਇਸ ਚੀਜ਼ ਦੀ ਕੁੜੀ ਇੱਕ ਮਿੰਟ ਕਿਉਂ ਜਦੋਂ ਤੂੰ ਹੋਲਡ ਆਰ ਬਸ ਸਟਾਪ ਇਟ ਆਪਣੀ ਕੀ ਨਾਮ ਹੈ ਤੁਹਾਨੂੰ ਆਸ ਵਿੱਚ ਗੱਲ ਕਰ ਲੈਣ ਦੋ ਹੋਲਡ ਆਨ ਦੋ ਮਿੰਟ ਹੋਰ ਮੈਂ ਮੁਕੇਸ਼ ਨੂੰ ਗੱਲ ਕਰਨੇ ਔਰ ਬੋਲਣ ਦੀ ਤੈਨੂੰ ਅੱਗੇ ਨਹੀਂ ਹਲੇ ਓਕੇ ਓਕੇ ਮੇਰੇ ਇਸ ਵੇਲੇ ਰਿਸਪੈਕਟਰ ਨੇ ਮੈਂ ਗੱਲ ਕਰਨੀ ਚਾਹਾਂਗਾ ਹਾਂ ਮੁਕੇਸ਼ ਜੀ ਤੁਸੀਂ ਗੱਲ ਕਰੋਗੇ ਬਿਲਕੁਲ ਨਹੀਂ ਬੋਲੂਗਾ ਹਾਂਜੀ ਹਾਂ ਇਹਨਾਂ ਨੂੰ ਚੁੱਪ ਕਰਾਓ ਜੀ ਇਹ ਬਿਲਕੁਲ ਵੀ ਬੋਲੂਗਾ ਨਹੀਂ ਸਕਿੰਟ ਜੀ ਹਾਂਜੀ ਇਹ 10 ਸੈਕਿੰਡ ਨਹੀਂ 10 ਮਿੰਟ ਨਹੀਂ ਬੋਲੂਗਾ ਬੋਲੋ ਕੈਰੀ ਓਨ ਅਸਾ ਉਹ ਸਾਰੀ ਮੇਰੇ ਕੋ ਜੋ ਇਹਨਾਂ ਨਾਲ ਗੱਲਬਾਤ ਹੋਈ ਹੈ ਉਹ ਰਿਕਾਰਡਿੰਗ ਪਈ ਹੈ ਜੀ 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 ਠੀਕ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਪਹਿਲਾਂ ਇਹਨਾਂ ਨੇ ਕੀ ਕਲੇਮ ਲਾਇਆ ਜਦੋਂ ਵੀਜ਼ਾ ਆ ਗਿਆ ਵੀ ਮੈਨੂੰ ਗੁੜੀਆਂ ਨੇ ਪੂਰੇ ਪ੍ਰੂਫ ਨਹੀਂ ਭੇਜੇ ਠੀਕ ਹੈ ਜੀ ਜੀ ਹੈਲੋ
लड़की जी दूजे बगान सुन आवाजा आलो हम टाइम होने मैं कहो भी बोलो मैं बोलू हां गल करो जी गल करने वाली है ठीक है ऐसे अपने स्रोतों को यह जानकारी दे दी कि एक जो भी तुम शॉपिंग करने बारे सोचो तो इंडियन सब्जी बाजार एक ऐसा ग्रोसरी स्टोर है जो हफ्ते के 24 घंटे खुलता ना रेस्टोरेंट है इतने थोड़े से एक पहले दिन गया मेरे नाल रूम च नहीं आए पर जो एक दिन बीतिया दूजे दिन मैं आवाजा सुनिया सहेली भी मेरे नाल कुड़ी नूं पैण नूं इतराया सीगा कुड़ी मुंडे दी सहेलियां भी आंदियां रहिंदियां सी कुड़ी मुंडे सहेलियां आउण ना आउण तुहाडा तेरे नाल कोई मकसद नहीं है तेरा मतलब तेरी वाइफ नाल आ हां जी कोई किसे दा मैं जदों वॉशरूम करन उठा दो तीन दिन बाद ते उदों इक रजाई च सुते पए सी मेरे हुंदे की मतलब बंदा का इक रजाई च सुंदा इक ईशा सी ते इक खान मुंडा सीगा कोई खान मुंडा तुहाडी वाइफ नाल हां जी मैं खुद ने देखा इह मेरे नूं देख के खड़ा हो गया एकदम रात नूं सुती हुंदी सी कुड़ी ते उहदे जाके उहनूं उठाउणा एकदम जां उहदी बांह मरोड़ देणी गाला एक दूजे नूं गाला कढ़ी जाणियां नहीं खड़ा कौन हो गया खड़ा मुंडा हो गया सीगा जी एकदम मैनूं देख के खान है हां जी मुकेश जी इह कहिंदा है कि केक तां कट्टिआ है हनी कहिंदा है कि इंजॉय तां करदा रहा हनी केक जिहड़ा है कट्टदा हां जी बोल गल करो ना फिर हां जी केक तां कट्टिआ मैं खुद ही कही जाणागा केक तुसीं कट्टिआ इंजॉय इंजॉय कोई इंजॉय नहीं कीता जी कहदा इंजॉय बस केक कट्टिआ इकल्ला केक कट के वह भी आए हैं भी मेरे तो दूर बैठी रही केक फड़ के कटे जी इस ए कहने भाव है कहते जी केक मैं तो केक ही कटिया तो इंजॉय जोड़ा है वह मेरा तू कुछ नहीं लगता जेडे मुंडे मेरी फैमिली है मतलब खान जो मेरी फैमिली है जे फैमिली जे कोई बॉयफ्रेंड है ताई फैमिली बन गई ਤੁਹਾਡੀ ਅੱਖਾਂ ਨੇ ਦੇਖਿਆ ਕਿ ਜਿਹੜੀ ਹੈ ਤੁਹਾਡੀ ਵਾਈਫ ਹੈ ਉਹ ਖਾਨ ਦੇ ਨਾਲ ਸੁੱਤੀ ਪਈ ਸੀ ਹਾਂਜੀ ਮੈਂ ਖੁਦ ਨੇ ਦੇਖਿਆ ਹੈਗਾ ਤੂੰ ਦੱਸਿਆ ਆਪਣੇ ਸਾਰੇ ਸਾਹਿਬ ਨੂੰ ਹਾਂਜੀ ਦੱਸਿਆ ਮੈਂ ਮੇਰੀ ਇੱਕ ਦਿਨ ਪਹਿਲਾਂ ਜਦੋਂ ਮੈਂ ਉੱਥੇ ਛੱਡ ਕੇ ਆਉਣਾ ਸੀ ਮੇਰੀ ਸਾਰੀ ਚੈਟ ਹੋਈ ਆ ਸਾਰੀ ਗੱਲ ਹੋਈ ਆ ਮੁਕੇਸ਼ ਜੀ ਤੁਹਾਡੀ ਬੇਟੀ ਈਸ਼ਾ ਲਾਈਨ ਤੇ ਆ ਮੁਕੇਸ਼ ਜੀ ਗੱਲ ਕਰੋ ਜੀ ਆਪਣੀ ਬੇਟੀ ਦੇ ਨਾਲ ਬਾਤ ਸਾਹਿਬ ਮੇਰੀ ਪਹਿਲੇ ਗੱਲ ਸੁਣ ਲਓ ਜੀ ਉਹਨਾਂ ਨਾਲ ਬਾਅਦ ਚ ਗੱਲ ਕਰਦਾ ਜੀ ਇਹ ਜਿਹੜੇ ਇਹ ਇਸ ਟਾਈਮ ਇਹ ਗੱਪ ਮਾਰ ਰਿਹਾ ਜੀ ਅਸਲ ਵਿਚ ਮੇਰੇ ਕੋਲ ਰਿਕਾਰਡਿੰਗ ਪਈ ਹੈ ਇਹਦੀ ਕਿਸੇ ਕੁੜੀ ਨਾਲ ਇੱਥੇ ਗੱਲ ਹੈ ਜੀ ਇਸ ਮੁੰਡੇ ਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਹਾਂਜੀ ਉਹਦੀ ਰਿਕਾਰਡਿੰਗ ਪਈ ਹੈ ਮੇਰੇ ਕੋਲ ਇਹਨਾਂ ਦੇ ਮੂੰਹੋਂ ਮੇਰੇ ਕੋਲ ਇਹ ਗੱਲ ਹੈਗੀ ਆ ਇਹ ਸਬੂਤ ਕਰ ਦੇਣਾ ਮੇਰੀ ਗੁੜੀਆ ਦਾ ਹਾਂਜੀ ਮੇਰੇ ਕੋਲ ਵੀ ਰਿਕਾਰਡਿੰਗ ਪਈ ਆ ਵੀ ਈਸ਼ਾ ਦੀ ਵੀ ਹੈਗੀ ਸੀਗੀ ਬਠਿੰਡੇ ਹੋਣਾ ਸਟਾਪ ਇਟ ਮੈਂ ਗੱਲ ਕਰੇ ਮੁਕੇਸ਼ ਜੀ ਨਾਲ ਮੇਰੇ ਸਰ ਦੇ ਤਾਜ਼ ਨੇ ਮੁਕੇਸ਼ ਜੀ ਜਿਹੜੇ ਇਸ ਵੇਲੇ ਮੇਰੇ ਸਰ ਦੇ ਤਾਜ਼ ਨੇ ਔਰ ਤੁਸੀਂ ਗੱਲ ਸੁਣਦੇ ਨਹੀਂ ਗਾ ਯੂ ਮਸਟ ਲਿਸਨ ਟੂ ਮੀ ਹਨੀ ਆਮ ਟੈਲਿੰਗ ਯੂ ਮੇਰੀ ਗੱਲ ਵੀ ਸੁਣੋਗੇ ਜੀ ਉਹਨਾਂ ਨੇ ਮੁਕੇਸ਼ ਜੀ ਦੀ ਗੱਲ ਸੁਣੋ ਮੇਰੀ ਗੱਲ ਵੀ ਸੁਣ ਲਓ ਹਾਂ ਮੈਂ ਉਹ ਤੁਹਾਡੇ ਵਾਸਤੇ ਹੀ ਕਹਿ ਰਿਹਾ ਤੁਹਾਡੇ ਵਾਸਤੇ ਮੈਂ ਸ਼ਾਊਟ ਕੀਤਾ ਇਸ ਲੜਕੇ ਨੂੰ ਹਾਂ ਤੁਸੀਂ ਮੇਰੀ ਗੱਲ ਸੁਣੋ ਜੀ ਹੁਣ ਥੋੜੀ ਜੀ ਬੋਲੋ ਫਰਮਾਓ ਜਿਹੜੀ ਕੇਕ ਕੱਟਣ ਦੀ ਗੱਲ ਕਰ ਰਹੇ ਆ ਜੀ ਜੀ ਗੁੜੀਆ ਦੂਰ ਬੈਠੀ ਆ ਜੀ ਕਹਿ ਰਹੇ ਨਾ ਵੀ ਇਕੱਲੇ ਨੇ ਕੇਕ ਕੱਟਿਆ ਉਹਦੀ ਮੇਰੇ ਕੋਲ ਹੁਣ ਵੀ ਫੋਟੋਆਂ ਪਈਆਂ ਨੇ ਤੁਹਾਡੀ ਧੀਰਾਂ ਦੀ ਲਾਈਨ ਤੇ ਇੱਕ ਸੈਕਿੰਡ ਮੁਕੇਸ਼ ਜੀ ਹੋਲਡ ਕਰੋ ਤੁਹਾਡੀ ਧੀਰਾਂ ਦੀ ਸਾਡੇ ਸਰ ਦਾ ਤਾਜ ਇੱਕ ਸੈਕਿੰਡ ਹਾਂਜੀ ਹੋਲਡ ਕਰੋ ਆਪਣੇ ਕੀ ਨਾਮ ਤੁਹਾਡੀ ਵਾਈਫ ਦਾ ਈਸ਼ਾ 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 ਜੀ ਤੁਸੀਂ ਲਾਈਨ ਤੇ ਤੁਹਾਡੇ ਫਾਦਰ ਸਾਹਿਬ ਲਾਈਨ ਤੇ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਲੱਕੀ ਸਰ ਇਹਨਾਂ ਨੇ ਹੁਣ ਤੁਸੀਂ ਉੱਤੇ ਚਲੋ ਵਿੱਚ ਰਹੀ ਸੀ ਜੀ ਆਪਣੀ
ਅਸੀਂ ਬਠਿੰਡੇ ਇਕੱਠੇ ਹੋਏ ਉੱਥੇ ਫੈਸਲਾ ਕਰਿਆ ਜੀ ਇਹਨਾਂ ਨੂੰ ਅਸੀਂ ਮਹੀਨਾ 20 ਦਿਨ ਦਾ ਟਾਈਮ ਦਿੱਤਾ ਚਲੋ ਸਰ ਜੀ 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 ਹਾਂਜੀ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਜੀ ਆਪਸ ਵਿੱਚ ਗੱਲਬਾਤ ਕਰਕੇ ਸਾਰੇ ਜ਼ਿਲ੍ਹੇ ਸ਼ਿਕਵੇ ਦੂਰ ਕਰੋ ਜੀ ਜੀ ਠੀਕ ਹੈ ਜੀ ਇਹਨਾਂ ਦਾ ਸਾਰੇ ਇਹਨਾਂ ਨੇ ਆਪਦੀ ਫੋਨ ਤੇ ਗੱਲਬਾਤ ਕਰੀ ਜੋ ਵੀ ਹੋਈ ਗਈ ਸੀਗੀ ਜੋ ਇਹਨਾਂ ਨੇ ਇੱਥੇ ਗੱਲਾਂ ਕਹੀਆਂ ਉਹ ਸਾਰੀਆਂ ਕੁੜੀਆਂ ਨੇ ਕਲੀਅਰ ਕਰੀਆਂ ਇੱਥੇ ਇਹ ਕੀ ਝੂਠ ਬੋਲਿਆ ਤੇ ਸਾਡੇ ਕੋਲ ਰਿਕਾਰਡਿੰਗ ਵਿੱਚ ਕੀ ਆ ਉਹ ਸਾਰੀਆਂ ਗੱਲਾਂ ਮੇਰੇ ਕੋਲ ਰਿਕਾਰਡਿੰਗਾਂ ਨੇ ਏ ਟੂ ਜ਼ੈਡ ਮੇਰੇ ਚਾਚਾ ਜੀ ਨੂੰ ਵੀ ਰਿਕਾਰਡਿੰਗ ਭੇਜੀ ਸੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰਤੀ ਜੀ ਠੀਕ ਹੈ ਜੀ ਫਿਰ ਉਹਨੇ ਦੂਜੇ ਚਾਚਾ ਜੀ ਨਾਲ ਗੱਲ ਹੋਈ ਉਹ ਵੀ ਜਵਾਬ ਦੇ ਗਏ ਤੇ ਅਸੀਂ ਕੁਛ ਨਹੀਂ ਕਰ ਸਕਦੇ ਗੱਲ ਗੱਲ ਤੇ ਮੁੱਕਰ ਜਾਂਦੇ ਆ ਕਿਸੇ ਗੱਲ ਤੇ ਖੜਦੇ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਟਾਈਮ ਦੇਤਾ ਗੁੜੀਆ ਆਪਦਾ ਪਹਿਲਾਂ ਤੁਸੀਂ ਇਹ ਦੱਸੋ ਵੀ ਗੁੜੀਆ ਪਹਿਲਾਂ ਗਈ ਗਿਆ ਆਪਦੇ ਕੰਮ ਤੇ ਸੈੱਟ ਆ ਇਹਨਾਂ ਨੇ ਉੱਥੇ ਉਹਦੇ ਕੋਲ ਰਹਿਣਾ ਸੀ ਤੇ ਗੁੜੀਆ ਨੇ ਇਹਦੇ ਕੋਲ ਰਹਿਣਾ ਉੱਥੇ ਆਉਣਾ ਸੀ ਵਾਪਸ ਛੱਡ ਕੇ ਗੁੜੀਆ ਨੂੰ ਛੱਡ ਕੇ ਇਹ ਆਇਆ ਨਾ ਕਿ ਗੁੜੀਆ ਨੇ ਛੱਡ ਜਦੋਂ ਮੁੰਡਿਆਂ ਨਾਲ ਰਹਿੰਦੀ ਸੀ ਜੀ ਮੈਂ ਕਿਵੇਂ ਰਹਿਣਾ ਦਾ ਉਹਦੇ ਨਾਲ ਇਹਨਾਂ ਦੀ ਸੈਟਿੰਗ ਹੋਊਗੀ ਇਹਨਾਂ ਨੂੰ ਵਿੱਚ ਬੋਲਣ ਨੂੰ ਚੁੱਪ ਕਰਾਓ ਜੀ ਜੇ ਤਾਂ ਕੋਈ ਗੱਲ ਕਰਨੀ ਆ ਹਾਂਜੀ ਆਪਣੇ ਹਾਂਜੀ ਜੀ ਤੁਸੀਂ ਬੋਲ ਨਹੀਂ ਸਕਦੇ ਜਦੋਂ ਚੱਕ ਤੁਹਾਡੇ ਫਾਦਰ ਸਾਹਿਬ ਗੱਲ ਕਰ ਰਹੇ ਆ ਤੁਹਾਨੂੰ ਬੋਲਣ ਦੀ ਆਗਿਆ ਨਹੀਂ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਉਹ ਆ ਰਹੀ ਆ ਬਿਲਕੁਲ ਕਲੀਅਰ ਹੋ ਗਿਆ ਵਾਰੀ ਵਾਰੀ ਉਹਨਾਂ ਤੋਂ ਪੁੱਛ ਰਿਹਾ ਵੀ ਤੂੰ ਪੱਕਾ ਆ ਰਹੀ ਆ ਦਿਲੋਂ ਆ ਰਹੀ ਆ ਉਹ ਕਹਿੰਦੀ ਵੀ ਹਾਂ ਮੈਂ ਆ ਰਹੀ ਹਾਂ ਉਸ ਤੋਂ ਬਾਅਦ ਉਹਦੇ ਨਾਲ ਫਿਰ ਕਲੇਸ਼ ਪਾ ਲੈਂਦੇ ਆ ਮੈਂ ਇੰਡੀਆ ਜਾ ਰਿਹਾ ਜਿਹੜੀ ਚਾਚੇ ਨੇ ਟਿਕਟ ਬੁੱਕ ਕਰਾਤੀ ਮੈਂ ਕੱਲ ਨੂੰ ਸੋਮਵਾਰ ਨੂੰ ਇੰਡੀਆ ਜਾਣਾ ਹੈਗਾ ਠੀਕ ਹੈ ਜੀ ਮੇਰੀ ਮੇਰੇ ਚਾਚੇ ਨਾਲ ਗੱਲ ਹੋਈ ਜਦ ਮੈਨੂੰ ਗੁੜੀਆ ਨੇ ਦੱਸਿਆ ਤੇ ਮੈਂ ਇਹ ਚਾਚੇ ਜੀ ਨੂੰ ਪੁੱਛਿਆ ਵੀ ਕੀ ਗੱਲ ਜੀ ਵੀ ਹੁਣ ਉਹਨਾਂ ਦੀ ਸਾਰੀ ਗੱਲਬਾਤ ਹੋ ਰਹੀ ਆ ਚੁਲਾ ਸਫਾਈ ਹੋ ਗਈ ਗੁੜੀਆ ਉੱਥੇ ਆ ਰਹੀ ਆ ਤੇ ਫਿਰ ਇੰਡੀਆ ਆਉਣ ਦਾ ਕੀ ਮਤਲਬ ਤੁਸੀਂ ਟਿਕਟ ਕਿਉਂ ਕਰਾਈ ਉਹ ਕਹਿੰਦੇ ਜੀ ਮੈਂ ਕੋਈ ਟਿਕਟ ਨੀ ਅਸੀਂ ਹਜੇ ਕਰਾਈ ਉਹ ਮੇਰੇ ਕੋਲੇ ਹਨੀ ਦਾ ਫੋਨ ਆਇਆ ਅਭਿਸ਼ੇਕ ਜੀ ਦਾ ਤੇ ਵੀ ਮੇਰੇ ਕੋਲੇ ਰੋਣ ਲੱਗ ਗਿਆ ਕਹਿੰਦੇ ਜੀ ਮੈਂ ਕੀ ਕਰਦਾ ਮੈਂ ਟਿਕਟ ਬੁੱਕ ਨੀ ਕਰਾਈ ਜੀ ਜਾਣੀ ਕਿ ਉਹ ਕੀ ਕਹਿੰਦੇ ਹੁੰਦੇ ਉਹਨੂੰ ਜੀ ਕਿਸੇ ਦੋਸਤ ਨੂੰ ਕਹਿ ਕੇ ਇੱਕ ਰਿਜ਼ਰਵ ਕਰਾ ਲਈ ਜੀ ਸਾਡੇ ਇੱਕ ਟਿਕਟ ਰੱਖ ਲਿਓ ਬਸ ਅਬ ਲੜਕੀ ਦੱਸ ਸਕਦੀ ਨਾ ਬੈਟਰ ਤਾਂ ਲੜਕੀ ਗੱਲ ਕਰ ਰਹੀ ਆ ਲੜਕੀ ਨਾਲ ਗੱਲ ਕੀਤੀ ਹੈਲੋ ਲੋੜ ਪੈਣ ਤੇ ਅਸੀਂ ਪ੍ਰੋਸੀਡ ਕਰਾਂਗੇ ਇਹ ਤੁਹਾਡਾ ਮੈਟਰ ਜਿਹੜਾ ਹੈ ਅਸੀਂ ਇੱਥੋਂ ਦੀ ਪੁਲਿਸ ਨੂੰ ਤੇ ਆਰਸੀਐਮਪੀ ਨੂੰ ਅਤੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਭੇਜ ਰਹੇ ਹਾਂ ਕਿ ਇਸ ਮੈਟਰ ਦੇ ਵਿੱਚ ਫਰਾਡ ਇਨਵੋਲਵ ਹੈ ਤੁਸੀਂ ਕੇਸ ਕੀਤਾ ਨਹੀਂ ਕੀਤਾ ਅਸੀਂ ਤੁਹਾਡੀ ਰਿਕਾਰਡਿੰਗ ਜਿਹੜੀ ਹੈ ਕਾਨੂੰਨ ਦੇ ਮੁਤਾਬਕ ਇਹ ਇੱਕ ਫਰਾਡ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਨਾਲ ਅੱਛਾ ਮੇਰਾ ਸਵਾਲ ਇਹ ਆ ਤੁਹਾਡੀ ਧੀ ਰਾਣੀ ਨੂੰ ਤੁਹਾਡੀ ਬੱਚੀ ਨੂੰ ਤੁਹਾਡੀ ਬੱਚਾ ਜਿਹੜਾ ਹੈ ਸਾਡੀ ਧੀ ਆ ਈਸ਼ਾ ਜੀ ਇਸ ਤੁਸੀਂ ਇਹਨੂੰ ਏਅਰਪੋਰਟ ਤੋਂ ਨਹੀਂ ਲੈਣ ਗਏ ਇਹਨਾਂ ਨੇ ਤਾਂ ਦੱਸਿਆ ਸੀ ਕਿ ਮੈਂ ਏਅਰਪੋਰਟ ਤੇ ਆ ਰਹੇ ਹਾਂ ਤੁਸੀਂ ਪੈਕ ਨਹੀਂ ਕਰਨਗੇ ਕਾਰਨ ਕੀ ਸੀਗਾ ਛੁੱਟੀ ਲੈ ਲੂ ਕੁਛ ਮੈਂ ਬਿਮਾਰ ਸੀਗੀ ਸਾਰਾ ਨੀ ਪਤਾ ਗਾ ਇਹਨਾਂ ਦੇ ਮੇਰੀ ਜਿਹੜੀ ਇਨ-ਲਾਜ਼ ਆ ਗਈ ਉਹਨਾਂ ਨੂੰ ਵੀ ਪਤਾ ਮੈਂ ਬਹੁਤ ਜ਼ਿਆਦਾ ਬਿਮਾਰ ਸੀਗੀ ਕਿਉਂਕਿ ਮੈਨੂੰ ਇੱਥੇ ਦਾ ਮੌਸਮ ਬਹੁਤ ਛੇਤੀ ਇਫੈਕਟ ਕਰ ਜਾਂਦਾ ਤੇ ਜਦੋਂ ਇੱਥੇ ਆਏ ਬਹੁਤ ਜ਼ਿਆਦਾ ਦੂਰ ਆ ਇੱਥੇ ਇੰਨਾ ਕੁ ਵੈਦਰ ਦਾ ਇਫੈਕਟ ਹੁੰਦਾ ਗਾ ਹੁਣ ਵੀ ਸਾਡੀ ਕਿਸ ਨੂੰ ਪੈ ਕੇ ਹਟੀ ਆ ਤੇ ਇਹਨਾਂ ਨੇ ਕਿਹਾ ਵੀ ਹਾਂ ਆਪਾਂ ਉੱਥੇ ਰਹਿਣਾ ਵੀ ਉੱਥੇ ਸਹੀ ਹੈਗਾ ਮੈਡਮ ਨੇ ਕਿਹਾ ਉਹ ਏਰੀਆ ਵਧੀਆ ਗਾ ਆਪਣੇ ਲਈ ਵੀ ਆਪਣੀ ਪਾਈ ਵੀ ਸਟਰੋਂਗ ਆ ਤੇ ਪੀਆਰ ਦਾ ਵੀ ਸੌਖਾ ਤੇ ਹੁਣ ਇਹ ਮੈਨੂੰ ਸਾਰਾ ਕੁਛ ਸੈੱਟ ਹੋ ਕੇ ਜਦ ਮੇਰਾ ਐਕਸਪੀਰੀਅੰਸ ਸਟਾਰਟ ਹੋਇਆ ਰਿਹਾ ਗਾ ਤੇ ਮੈਨੂੰ ਕਹਿ ਰਹੇ ਤੂੰ ਵਾਪਿਸ ਆ ਇੱਥੇ ਬ੍ਰੈਂਪਟਨ ਆਉਣਾ ਠੀਕ ਹੈ ਪਹਿਲੀ ਗੱਲ ਤਾਂ ਮੈਨੂੰ ਬਿਨਾਂ ਦੱਸੇ ਬ੍ਰੈਂਪਟਨ ਗਏ ਆ ਇਹ ਕਹਿ ਰਹੀ ਆ ਨਾ ਵੀ ਮੈਂ ਮੁੰਡਿਆਂ ਨਾਲ ਰਹਿੰਦੀ ਸੀ ਤੇ ਇਹਨਾਂ ਨੂੰ ਪੁੱਛੋ ਇਸ ਤੋਂ ਪਹਿਲਾਂ ਮੈਂ ਕੁੜੀਆਂ ਨਾਲ ਹੀ ਰਹਿ ਰਹੀ ਸੀ ਚਾਰ ਕੁੜੀਆਂ ਦੇ ਵਿੱਚ ਮੈਂ ਪੰਜਵੇਂ ਮੁੰਡੇ ਨੂੰ ਮੇਰੇ ਤਾਂ ਘਰ ਆ ਲੈਣਾ ਬਾਕੀਆਂ ਲਈ ਤਾਂ ਇੱਕ ਮੁੰਡਾ ਜਾਣਾ ਤੇ ਨਾ ਹੀ ਮੇਰਾ ਵਾਲਾ ਓਨਰ ਅਲਾਓ ਕਰ ਰਿਹਾ ਸੀ ਤੇ ਉਸ ਟਾਈਮ ਪਿਨਿੰਗ ਦੇ ਵਿੱਚ ਇੰਨੇ ਕੁ ਜ਼ਿਆਦਾ ਸਟੂਡੈਂਟ ਆਏ ਸੀਗੇ ਨਾ ਤੇ ਮੈਨੂੰ ਘਰ ਵੀ ਨਹੀਂ ਸੀ ਮਿਲ ਰਿਹਾ
ਓਕੇ ਈਸ਼ਾ ਇੱਕ ਸੈਕਿੰਡ ਹੋਲਡ ਔਨ ਈਸ਼ਾ ਇਹ ਕਹਿ ਰਿਹਾ ਕਿ ਜਿਸ ਦਿਨ ਮੈਂ ਆਇਆ ਕੇਕ ਲਿਆਂਦਾ ਕੇਕ ਕੱਟਿਆ ਤੁਸੀਂ ਇਹਨੂੰ ਬੱਸ ਸਟੈਂਡ ਤੋਂ ਪੈਕ ਕੀਤਾ ਨੋ ਡਾਊਟ ਪਰ ਤੁਸੀਂ ਇਹਨੂੰ ਹੱਗ ਔਰ ਇਹਨੂੰ ਫਿਜ਼ੀਕਲ ਤੌਰ ਤੇ ਰਿਲੇਸ਼ਨ ਨਹੀਂ ਬਣਾਏ ਅਤੇ ਇਹ ਕਹਿੰਦਾ ਕਿ ਖਾਨ ਨਾਂ ਦਾ ਲੜਕਾ ਆਇਆ ਜਿਹਦੇ ਨਾਲ ਇਹਦੀਆਂ ਅੱਖਾਂ ਨੇ ਤੇ ਇਹਦੇ ਕੰਨਾਂ ਨੇ ਇੱਕ ਵੱਖਰੀ ਕਿਸਮ ਦੀਆਂ ਆਵਾਜ਼ਾਂ ਸੁਣੀਆਂ ਆਵਾਜ਼ਾਂ ਕਿਹੜੀ ਸੁਣੀਆਂ ਸੀ ਆਪਣੀਆਂ ਬੋਲੋ ਹਾਂਜੀ ਸੁਣੀਆਂ ਮੈਂ ਜਲਦੀ ਕਰੋ ਕੀ ਬੋਲ ਸੁਣੀਆਂ ਕਰਕੇ रजाई च बैठे देखा खान ते एक रजाई च बैठे देखा मैं तेन शर्म नहीं आ रही तेरी वाइफ है अपनी वाइफ ने खुद ने क्या होया मेरे डैडी ने धक्के नाल व्याह किया मेरे को रिकॉर्डिंग पई है भी ईशा ने खुद ने कहा भी मेरे डैडी ने मेरे नाल धक्के नाल व्याह किया गा बंदा प्रूफ मेरे को मैं हुण मेरी गल सुनो ओही तां गल है ना जे मैं पोते फोटो खिचदा ईशा मेरे ते होर ब्लेम ला लांदी कोई गल करनी इहदे नाल तुसीं करो जी इहनूं फोन ते चुप कराओ अपनी वाइफ ने गल करो ईशा जी ना तुसीं साबित करो कि ईशा जी नाल कि तुसीं देखे सी ईशा नूं कि अपनी तेरी वाइफ जिहड़ी आ ओह खान दे नाल हां जी मैं देखिया खुद देखियागा मैं देखिया हां सर मेरी गल सुनोगे थोड़ी कि प्लीज रिक्वेस्ट वाली गल आ जी कैरी ऑन सर ओ लड़का ना ऑलरेडी एंगेज्ड आ ते इंडिया मैरिड करवाउन जा रहा मेनू पता ते वाइदरु नु पता भी आपां दोनों भैण भरां गे मेरे कोई होर भी दीदी हरे हैगी हैगी लाइक जिदा आपां सारे खाना खा रहे हैं ओदे ही बैठे टीवी देख रहे हैं क्योंकि साडी लॉबी दे विच टीवी हुंदा सी सिर्फ इक अलग तो सैपरेट मैट्रेस दा हुंदा सीगा ते आपां सारे उत्थे बह के टीवी देखदे हुंदे सीगे सर्दी दा मौसम सीगा ते जनवरी दी गल आ गई उत्थे उदे ब्लैंकेट पई सी तो उत्थे बैठ के सिर्फ आपां टीवी देख रहे सी क्योंकि कम तो आने आ कि जदों उत्थे सानूं आप सी टीवी देख लैंदे सी इहनां नूं बहुत वार बुलाया सीगा कि तुसीं बाहर आओ बैठो है ना सारिआं नाल गलबात करो फिर ही कुछ बनूगा पर इन्हां ने मैनूं जिदे आपां सिम लैण गए आ नैक्सट वीक जिदे ही आए आ उदे ही इन्हां ने मैनूं रस्ते च इह गल कहिणा शुरू करती भी ब्रैम्पटन जाणा ब्रैम्पटन जाणा ब्रैम्पटन जाणा भी मैं इत्थे सर्वाइव नहीं कर सकदा क्योंकि तुहानूं पता भी इह गोरिआं दी सिटी है इत्थे इंग्लिश दी बहुत ज्यादा जरूरत पैंदी है ते मैं इहनूं पहलां वी कहा सीगा इह गोरिआं दी सिटी है ते इत्थे आपां नूं इंग्लिश दी बहुत ज्यादा जरूरत पैंदी है जी रोटी खानी जरूरी सी मेरे नाल बह के खानी जरूरी नहीं सी इन्ने टाइम बाद मैं आया सीगा तेरा हसबेंड सीगा ओना नाल रजाई च बह जांदी मेरे नाल नहीं बहना मेरा मैं हथ लाया मेरा हथ चक के मारे ने मेरा हथ चक के मारे ने अच्छा तेरे पापे ने आया सिखाया भी दूजे मुंडे नाल रजाई च बह जे रोटी खावे ओना नाल बह के पर हस्बैंड नाल ना बैठी सोच के बंदे नाल आर्गू कर रहे हो तुहानू पता ना मैं केड़ी कंडीशन चो निकल गई ते कंडीशन चो ईशा मैं भी निकल रहा मैं तेनू दसा सी मेरे कोले कोई एह जी ऑप्शन ना छड्डियो भी मैं गलत स्टेप चक्का भी गलत स्टेप मैं तां चक्या क्योंकि तुसीं हरेक गल तो मुकरी जांदे हो थाने भी थाने वाले नू मैं हुणी फोन ते ला लैणा भदौड़ वाले नू थाने सामने तेरा डैडी मुकर के आया गा
ਤੂੰ ਮੈਨੂੰ ਹਰੇਕ ਰਿਪੋਰਟਿੰਗ ਪਈ ਹੈ ਤੇਰੀ ਤੇਰੀ ਤੂੰ ਤੂੰ ਕਹਿੰਦੀ ਮੈਨੂੰ ਔਕਵਰਡ ਫੀਲ ਹੁੰਦਾ ਮੇਰੇ ਨਾਲ ਰਹਿ ਕੇ ਤੈਨੂੰ ਔਕਵਰਡ ਫੀਲ ਹੁੰਦਾ ਜਿਹੜੇ ਉਹ ਚਾਰ ਮੁੰਡੇ ਰਹਿੰਦੇ ਉਹ ਨੀ ਤੈਨੂੰ ਦਿਖਦੇ ਹੈ ਜਬ ਦੁਨੀਆਦਾਰੀ ਕੀ ਸੋਚਦੀ ਹੋਊਗੀ ਹੁਣ ਦੁਨੀਆਦਾਰੀ ਨੂੰ ਪਤਾ ਲੱਗੂ ਕੌਣ ਸਹੀ ਹੈ ਕੌਣ ਗਲਤ ਹੈ ਮੈਂ ਤਾਂ ਫੇਸਬੁੱਕ ਤੇ ਹਰੇਕ ਚੀਜ਼ ਤੇ ਪਾਊਂਗਾ ਵੀ ਆਹ ਕੁੜੀ ਨੇ ਮੇਰੇ ਨਾਲ ਐ ਕੀਤਾ ਜ਼ਿਆਦਾ ਨਹੀਂ ਕੀਤਾ ਤਾਂ ਕਹਿ ਤੂੰ ਤਾਂ ਮੈਨੂੰ ਹੁਣ ਵੀ ਕਹੀ ਜਾਂਦੀ ਸੀ ਵੀ ਰੁਕਸਾਣਾ ਮੈਨੂੰ ਮੇਰੇ ਨਾਲ ਬੋਲਦੀ ਨਹੀਂ ਮੇਰੇ ਨਾਲ ਤਾਂ ਮੇਰੇ ਸਾਰੇ ਦੋਸਤ ਬੋਲਦੇ ਤੇਰੇ ਨਾਲ ਰੁਕਸਾਣਾ ਕਿਉਂ ਨਹੀਂ ਬੋਲਦੇ ਤੇਰੀ ਸਹੇਲੀ ਹੈ ਕਿਉਂ ਨਹੀਂ ਬੋਲਦੀ ਉਹਨਾਂ ਨੂੰ ਪਤਾ ਵੀ ਤੂੰ ਗਲਤ ਹੈ ਸਾਰਿਆਂ ਨੂੰ ਪਤਾ ਵੀ ਤੂੰ ਗਲਤ ਹੈ ਤੇਰੇ ਤੇਰੇ ਜਿੱਥੇ ਤੂੰ ਰਹਿੰਦੀ ਹੈ ਜਿੱਥੇ ਤੂੰ ਕੰਮ ਕਰਦੇ ਹੋ ਤੇਰੇ ਨਾਲ ਕਿਉਂ ਨਹੀਂ ਬੋਲਦੇ ਉਹ ਤੇਰੇ ਨਾਲ ਤਾਂ ਨਹੀਂ ਬੋਲਦੇ ਉਹਨਾਂ ਨੂੰ ਪਤਾ ਤੂੰ ਗਲਤ ਹੈ ਮੇਰੇ ਕੋਲ ਹਰੇਕ ਚੈਟ ਪਈ ਆ ਵੀ ਮੈਂ ਤੇਰੀ ਕਿੰਨੀਆਂ ਮਿੰਟਾਂ ਕੀਤੀਆਂ ਮੈਂ ਚੈਟ ਉਹਨੂੰ ਹੁਣ ਹੀ ਅਪਲੋਡ ਕਰ ਦੇਣਾ ਵੀ ਕਿੰਨੀਆਂ ਮਿੰਟਾਂ ਕੀਤੀਆਂ ਤੇਰੀ ਮੈਂ ਰਜਾਈ ਦੇ ਵਿੱਚ ਜੋ ਤੁਸੀਂ ਦੇਖਿਆ ਰੂਮ ਦੇ ਵਿੱਚ ਕਿਹੋ ਜਿਹੇ ਹਾਲਾਤ ਵਿੱਚ ਕਿਹੋ ਜਿਹੀਆਂ ਆਵਾਜ਼ਾਂ ਆ ਰਹੀਆਂ ਸੀ ਬੋਲੋ ਆਵਾਜ਼ਾਂ ਕਿਹੜੀਆਂ ਸੀ ਪੁੱਛੋ ਉਹਨਾਂ ਨੂੰ ਆਵਾਜ਼ਾਂ ਜਿਹੋ ਜਿਹੀਆਂ ਸੈਕਸ ਕਰਦੇ ਹੋ ਜਿਹੀ ਆਵਾਜ਼ਾਂ ਆ ਰਹੀਆਂ ਸੀ ਸਾਰੀ ਰਾਤ ਉੱਚੀ ਉੱਚੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਇਹ ਈਸ਼ਾ ਨੂੰ ਪੁੱਛ ਲਓ ਵੀ ਮੈਨੂੰ ਨਹੀਂ ਪਤਾ ਘਰੇ ਕੀ ਹੁੰਦਾ ਸੀਗਾ ਉੱਚੀ ਉੱਚੀ ਆਵਾਜ਼ਾਂ ਆਉਂਦੀਆਂ ਸੀ ਕਿ ਨਹੀਂ ਆਉਂਦੀਆਂ ਸੀਗੀਆਂ ਜਿਆਦਾ ਇਹ ਬੋਲੇ ਨਹੀਂ ਆਉਂਦੀ ਸੀਗੀ ਨਹੀਂ ਨਹੀਂ ਆਵਾਜ਼ਾਂ ਕਿਹਦੀ ਸੀ ਆਵਾਜ਼ ਆਵਾਜ਼ ਈਸ਼ਾ ਦੀ ਹੋਣੀ ਹੈ ਹੋਣੀ ਸੀਗੀ ਹੋ ਜੀ ਇਹਨਾਂ ਦੀ ਹੋਣੀ ਹੈ ਹੋਰ ਕੌਣ ਕੁੜੀ ਸੀ ਜੀ ਹੋਰ ਕੋਈ ਕੁੜੀ ਹੈ ਨਹੀਂ ਸੀਗੀ ਆਵਾਜ਼ ਕਿਹੜੀ ਸੀ ਆਵਾਜ਼ ਕਿਸ ਤਰ੍ਹਾਂ ਦੀ ਸੀਗੀ ਜੀ ਕਿ ਬੋਲ ਕੇ ਬੋਲੋ ਐਂ ਕਰਦੇ ਰਹਿੰਦੇ ਸੀ ਉੱਚੀ ਉੱਚੀ ਜੀ ਦੁਬਾਰਾ ਬੋਲੋ ਉੱਚੀ ਦੇਣੀ ਐਂ ਜੀ ਓ ਮਾਈ ਗੋਡ ਕਮ ਆਨ ਬੇਬੀ ਲੈਟਸ ਗੋ ਮੈਂ ਬਹੁਤ ਮਿੰਤਾ ਕਰ ਲਈਆਂ ਪਰ ਹੁਣ ਮੇਰਾ ਵੀ ਸਵਰ ਟੁੱਟ ਗਿਆ ਤੁਸੀਂ ਵੇਖਿਆ ਇਹਨਾਂ ਨੂੰ ਜਾਈ ਦੇ ਵਿੱਚ ਹਾਂ ਮੈਂ ਖੁਦ ਨੇ ਦੇਖਿਆ ਮੈਂ ਵਾਸ਼ਰੂਮ ਕਰਨ ਜਾ ਰਿਹਾ ਸੀਗਾ ਉਦੋਂ ਵੀ ਇਹਨੇ ਜਮਾਂ ਵੀ ਉਹ ਮੁੰਡਾ ਉੱਠ ਕੇ ਖੜਾ ਹੋ ਗਿਆ ਬਹਿ ਗਿਆ ਲੇਕਿਨ ਇਹਨੇ ਜਮਾਂ ਵੀ ਰਿਐਕਟ ਨਹੀਂ ਕੀਤਾ ਇਹਨੇ ਫੱਖੇ ਵੀ ਚਲੇ ਆਪਣੀਆਂ ਇਹ ਬਸ ਉੱਥੇ ਸੁੱਤੀ ਰਹੀ ਰਜਾਈ ਉੱਤੇ ਲੈ ਲਈ ਇਹਨੇ ਆਪਣੇ ਮੂੰਹ ਨੂੰ ਕਵਰ ਕਰ ਲਿਆ ਹਾਂਜੀ ਤੁਸੀਂ ਕੋਲ ਖੜੇ ਰਹੇ ਹਾਂਜੀ ਮੈਂ ਨਹੀਂ ਮੈਂ ਵਾਸ਼ਰੂਮ ਕਰਨ ਭੱਗ ਗਿਆ ਮੈਂ ਉਦੋਂ ਇਹ ਮੈਂ ਮੈਨੂੰ ਇੰਨਾ ਗੁੱਸਾ ਆਉਂਦਾ ਸੀ ਨਾ ਵੀ ਮੁੰਡਿਆਂ ਨੂੰ ਕੁੱਟਾਂ ਪਰ ਮੈਂ ਕੀ ਕਰਾਂ ਮੈਂ ਨਵਾਂ ਨਵਾਂ ਆਇਆ ਸੀਗਾ ਸਿਰਫ ਮੈਨੂੰ ਆਇਆ ਸੀ ਉੱਥੇ ਖੜੇ ਖੜੇ ਤੇ ਮੈਨੂੰ ਕੋਈ ਹੋਰ ਬਲੇਮ ਨਾ ਲਾ ਦੇ ਮੈਂ ਤਾਂ ਚੁੱਪ ਸੀਗਾ ਓ ਮਾਈ ਗੋਡ ਥਿਸ ਇਜ਼ ਟੂ ਮੱਚ ਆਓ ਅਸੀਂ ਪਬਲਿਕ ਪੀਨੀਅਨ ਲੈਣ ਚਾਹਾਂਗੇ ਪਬਲਿਕ ਪੀਨੀਅਨ ਦੇ ਬਾਰੇ ਵਿੱਚ ਲੋਕ ਕੀ ਕਹਿਣਾ ਚਾਹੁੰਦੇ ਨੇ ਸੋ ਜੀ ਸ਼ੋਰ ਕਿ ਤੁਹਾਡੀ ਵਾਈਫ ਮੇਰੇ ਕੋਲੇ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਜਿਨ੍ਹਾਂ ਜਿਹੜੇ ਇਹਨਾਂ ਨੇ ਇੱਕ ਇੱਕ ਰਿਸ਼ਤੇਦਾਰ ਵਿੱਚ ਪਾਇਆ ਉਹ ਸਾਰਾ ਮੇਰੇ ਨਾਲ ਖੜਿਆ ਸਾਰੇ ਮੇਰੇ ਨਾਲ ਖੜਿਆ ਸਾਰੇ ਸਰ ਤੁਸੀਂ ਕੁਝ ਪੁਲਿਸ ਸਟੇਸ਼ਨ ਵਾਲੇ ਵੀ ਮੇਰੇ ਨਾਲ ਖੜੇ ਆ ਪਲੀਜ਼ ਗਿਵ ਤੁਸੀਂ ਕਮੈਂਟ ਜਿਹੜੇ ਸਾਡੇ ਨਾਲ ਸਾਂਝੇ ਕਰੋ ਪਲੀਜ਼ ਕਮੈਂਟਾਂ ਵਾਲੇ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਜੀ ਇਹਨਾਂ ਨੂੰ ਮੈਨੂੰ ਤਾਂ ਸ਼ਰਮ ਆਉਂਦੀ ਕੀ ਕਰੀ ਜਾਂਦੇ ਆ ਜੀ ਬੀਬੀ ਸ਼ੁੱਡ ਨੋ ਦੈਟ ਵਾਟਸ ਗੋਇੰਗ ਔਨ ਹਨੀ ਤੁਹਾਨੂੰ ਤਾਂ ਪਤਾ ਹੀ ਹੋਣਾ ਈਸ਼ਾ ਕਿਵੇਂ ਕੱਢਦੀ ਆਵਾਜ਼ ਤੁਸੀਂ ਪਛਾਣ ਗਏ ਸੀ ਹਾਂਜੀ ਮੈਂ ਪਛਾਣ ਗਿਆ ਸੀ ਬਿਲਕੁਲ ਪਛਾਣ ਗਿਆ ਸੀ ਮੈਂ ਕਿਉਂਕਿ ਤੁਸੀਂ ਪਹਿਲਾਂ ਵੀ ਇਹਨੇ ਆਵਾਜ਼ ਜਦੋਂ ਤੁਹਾਡੇ ਨਾਲ ਸੌਂਦੇ ਸੀ ਉਦੋਂ ਵੀ ਇਦਾਂ ਹੀ ਕੱਢਦੀ ਸੀ ਹਾਂਜੀ ਜਦੋਂ ਤੁਹਾਡੇ ਨਾਲ ਸੌਂਦੇ ਸੀ ਮੇਰੇ ਨਾਲ ਤਾਂ ਪਹਿਲਾਂ ਇਹਨੂੰ ਰਿਲੇਸ਼ਨ ਹੀ ਨਹੀਂ ਬਣਾਉਣਾ ਪਸੰਦ ਸੀਗਾ ਜਦੋਂ ਤੁਹਾਡਾ ਰਿਲੇਸ਼ਨ ਬਣਾਇਆ ਉਦੋਂ ਵੀ ਸੇਮ ਹਾਂਜੀ ਸੇਮ ਸੇਮ ਕੀ ਤੁਹਾਡੇ ਵੇਲੇ ਆਵਾਜ਼ ਕਿਹੜੀ ਸੀਗੀ ਐਂ ਕੱਢਦੇ ਸੀ ਬਸ ਯਾਰ ਪਲੀਜ਼ ਮਾਈਕ ਔਨ ਕਰੋ ਪਲੀਜ਼ ਪਬਲਿਕ ਪੀਨੀਅਨ ਲੈਣ ਚਾਹਾਂਗੇ ਪਬਲਿਕ ਪੀਨੀਅਨ ਲੈ ਲੈਣੇ ਬਸ ਆ ਬਸ ਪਬਲਿਕ ਪੀਨੀਅਨ ਲੈਣ ਚਾਹਾਂਗੇ ਪਬਲਿਕ ਪੀਨੀਅਨ ਦਿਓ ਪਬਲਿਕ ਪੀਨੀਅਨ ਲੈ ਦਿਓ ਜੀ ਪਬਲਿਕ ਪੀਨੀਅਨ ਵਿੱਚ ਅਸੀਂ ਫਸਟ ਕਾਲ ਲੈ ਰਹੇ ਹਾਂ ਪਬਲਿਕ ਪੀਨੀਅਨ ਦਿਓ ਜੀ ਰੁਪੀਨ ਵਿੱਚ ਅੱਜ ਤੁਸੀਂ ਕਾਲ ਕਰੋ ਜੀ ਕੇ ਕੰਕਰੀਟ ਵਾਲੇ ਤੁਹਾਡੇ ਸੇਵ ਵਿੱਚ ਹਾਜ਼ਰ ਨੇ ਬੰਤ ਧਨੋਆ ਅਤੇ ਮਿਸਟਰ ਬਰਾੜ ਜੀ ਕਹਿੰਦੇ ਜੇ ਅਸੀਂ ਆਪਣੇ ਘਰ ਦੀ ਚਾਹੁੰਦੇ ਹੋ ਕਿ ਸਾਈਡ ਐਂਟਰੈਂਸ ਕਰਵਾਉਣੀ ਵਿੰਡੋਆਂ ਛੋਟੀਆਂ ਤੋਂ ਵੱਡੀਆਂ ਕਰਵਾਉਣੀਆਂ ਘਰ ਦੇ ਤੁਸੀਂ ਡਰਾਈਵ ਬਣਾਉਣਾ ਚਾਹੁੰਦੇ ਹੋ ਘਰ ਦਾ ਡਰਾਈਵ ਕੰਕਰੀਟ ਦਾ ਤਾਂ ਨੰਬਰ ਨੋਟ ਕਰ ਲਓ 4337782368 4337782368 ਜਾਂ 6472487408 ਤੇ ਕਾਲ ਕਰ ਸਕਦੇ ਹੋ ਜੀ ਹਾਂ ਸਿਹਤ ਬਣਾਓ ਤਾਕਤ ਵਾਲਾ ਆਟਾ ਲੈ ਕੇ ਆਓ ਸ਼ੇਰ ਵਾਈਟ ਹੋਲ ਵੀਟ ਆਟਾ ਹੀ ਲਿਆਓ ਪਕਾਓ ਤੇ ਖਾਓ ਕਰਦੇ ਸਕਦੇ ਮਾਫ ਕਰਵਾਉਣਾ ਚਾਹੁੰਦੇ ਤਾਂ ਉਹ ਡੈਪਸੂਸ਼ਨ ਨੂੰ ਕਾਲ ਕਰੋ ਉਹ ਡੈਪਸੂਸ਼ਨ 888-888-99 ਫੋਨ ਕਰ ਸਕਦੇ ਹੋ ਖਾਣਾ ਖਾਣ ਲਈ ਸਵੀਟ ਵਾਲੇ ਸੁੱਕਾ ਜੀ ਨੂੰ ਕਾਲ ਕਰੋ ਪਬਲਿਕ ਪੀਨੀਅਨ ਵਿੱਚ ਅਸੀਂ ਕਾਲ ਕਰ ਰਹੇ ਹਾਂ ਨੰਬਰ 1 ਕਾਲਰ ਪਲੀਜ਼